ਨਰਿੰਦਰ ਸਿੰਘ ਕਪੂਰ ਨੂੰ ਸੁਣਿਆ ਤੁਸੀਂ? ਨਰਿੰਦਰ ਸਿੰਘ ਕਪੂਰ ਹੋਰਾਂ ਬਾਰੇ ਪੜ੍ਹਿਆ ਜਾਂ ਸੁਣਿਆ? ਬੰਦਾ ਉਹਨਾਂ ਦਾ ਬੜਾ ਫੈਨ ਸੀ। ਮੁਕਤਸਰੋਂ ਆਇਆ ਚੱਲ ਕੇ ਕਿਸੇ ਦੇ ਥਰੂ ਵੀ ਉਹਨਾਂ ਨੂੰ ਮਿਲਣਾ। ਉਹ ਬੰਦਾ 2 ਘੰਟੇ ਆ ਕੇ ਯੂਨੀਵਰਸਿਟੀ ਵੇਟ ਕਰਦਾ ਰਿਹਾ, ਕਦੋਂ ਲੈਕਚਰ ਚੋਂ ਬਾਹਰ ਆਉਣਗੇ, ਕਦੋਂ ਮੈਂ ਮਿਲੂੰਗਾ। ਉਹ ਬਾਹਰ ਆਏ ਤੇ ਉਹਨਾਂ ਨੂੰ ਬੰਦੇ ਨੇ ਰੋਕ ਲਿਆ ਵੀ ਮੈਂ ਫਲਾਣਾ ਬੰਦਾ ਜੀ, ਤੁਹਾਨੂੰ ਫੋਨ ਕੀਤਾ ਸੀ, ਮੈਨੂੰ 2-3 ਘੰਟੇ ਹੋ ਗਏ ਤੁਹਾਡੀ ਵੇਟ ਕਰੀ। ਉਹਨਾਂ ਨੇ ਹੱਥ ਮਿਲਾਇਆ, ਹੋਰ ਕਹਿੰਦੇ ਠੀਕ ਠਾਕ? ਉਹ ਕਹਿੰਦਾ ਜੀ ਠੀਕ ਹੈ। ਕਹਿੰਦਾ ਚੰਗਾ ਮੈਂ ਚੱਲਿਆ। ਉਹ ਕਹਿੰਦਾ ਜੀ ਮੈਂ ਤਾਂ ਏਡੀ ਦੂਰੋਂ ਆਇਆ। ਉਹ ਕਹਿੰਦਾ ਭਰਾਵਾ ਤੇਰੇ ਵੀ 2 ਖਾਣੇ, ਮੇਰੇ ਵੀ 2 ਨੇ, ਤੇਰੇ ਵੀ 1 ਕੰਨ, 2 ਕੰਨ ਮੇਰੇ ਵੀ, ਉਹੀ ਸਾਰਾ ਕੁਛ ਹੈ, ਮੈਂ ਵੀ ਬੰਦਾ ਹੀ ਹੈ, ਐਡਾ ਕੋਈ ਮਸਲਾ ਨਹੀਂ। ਕਹਿੰਦਾ ਬੰਦੇ ਨੂੰ ਪੜ੍ਹਨਾ ਸਿੱਖੋ, ਮਿਲਣ 'ਚ ਐਡਾ ਕੋਈ ਮਸਲਾ ਨਹੀਂ ਹੁੰਦਾ, ਤੁਹਾਡੇ ਅਰਕੇ ਨਹੀਂ, ਇਸ ਕਰਕੇ ਭਾਈ ਮੈਂ ਵੀ ਤੁਹਾਡੇ ਅਰਕੇ, ਐਡਾ ਕੋਈ ਮਸਲਾ ਨਹੀਂ ਹੈ। ਉਹ ਮੈਡਮ ਜ਼ਿਆਦਾ ਕਰਦੀ, ਠੀਕ ਹੈ ਚਲੋ ਹੜੱਪਣਾ ਉਹਨਾਂ ਦਾ ਵੱਡੇ। YouTube ਪੀਐਸਟੈਟ ਦਾ ਸਟਰਕਚਰ ਤੁਹਾਨੂੰ ਪਤਾ ਹੀ ਹੋਣਾ, ਖਾਸਕਰ ਜਿਹੜੇ ਪਹਿਲੀ ਵਾਰ ਦੇਣ ਜਾ ਰਹੇ। 30 ਨੰਬਰ ਦੀ ਪੰਜਾਬੀ ਆਉਂਦੀ ਹੈ, ਠੀਕ ਹੈ, 30 ਨੰਬਰ ਦੀ ਤੁਹਾਨੂੰ ਇੰਗਲਿਸ਼ ਅਤੇ ਬਾਕੀ 60 ਨੰਬਰ 30 ਨੰਬਰ ਸੈਕਟਰ, ਹੈ ਨਾ।
ਇਹਦੇ ਵਿੱਚ ਕੀ ਹੁੰਦਾ ਕਿ ਜ਼ਿਆਦਾਤਰ ਜਦੋਂ ਤੁਸੀਂ ਸੋਚਦੇ ਹੋ ਤਿਆਰੀ ਕਰਨ ਬਾਰੇ, ਤਾਂ ਜਾਂ ਤਾਂ ਇਹ ਹੁੰਦਾ ਕਿ ਚਲੋ SST ਦੀ ਤਿਆਰੀ ਕਰਨੀ ਆ ਤਾਂ ਬੰਦਾ ਐਡਮਿਸ਼ਨ ਲੈਣ ਦੀ ਸੋਚਦਾ, ਜਾਂ ਮੈਥ ਸਾਇੰਸ ਵਾਲੇ ਆਪਣੇ ਸਬਜੈਕਟ ਦੀ, ਜਾਂ ਵੱਧ ਤੋਂ ਵੱਧ ਸਾਈਕੋਲੋਜੀ ਉਹਨੂੰ ਪੜ੍ਹਨ ਦੇ ਲਈ ਹੀ ਸੁਣਿਆ ਹੁੰਦਾ ਕਿ ਐਡਮਿਸ਼ਨ ਲਈ ਜਾਵੇ ਕਿਤੇ ਨਾ ਕਿਤੇ। ਲੈਂਗੁਏਜ ਬਾਰੇ ਬਹੁਤਾ ਨਹੀਂ ਹੁੰਦਾ ਕਿ ਵੀ ਸਿਰਫ ਪੰਜਾਬੀ ਪੜ੍ਹਨ ਦੇ ਲਈ ਜਾਂ ਇੰਗਲਿਸ਼ ਪੜ੍ਹਨ ਦੇ ਲਈ ਐਡਮਿਸ਼ਨ ਲੈਣ ਦੀ ਲੋੜ ਹੈ, ਨਹੀਂ ਇਦਾਂ ਖਿਆਲ ਆਉਂਦਾ। ਪਰ ਹੁਣ ਤੱਕ ਦਾ ਜਿਹੜੇ ਸੀਨੀਅਰ ਤੁਹਾਡੇ ਹੈਗੇ ਆ ਉਹਨਾਂ ਦੇ ਤਜਰਬੇ ਥੋੜੇ ਜਿਹੇ ਫਰਕ ਵੱਖਰੇ ਰਹੇ ਆ ਕਿ ਜੇ ਉਹ ਟੈਟ ਕਰ ਚੁੱਕ ਸਕੇ ਹੈਗਾ ਤਾਂ ਲੈਂਗੁਏਜ ਕਰਕੇ ਕਰ ਸਕੇ, ਜਾਂ ਇੰਗਲਿਸ਼ ਕਰਕੇ ਜਾਂ ਪੰਜਾਬੀ ਕਰਕੇ। ਪਿਛਲਾ ਜਿਹੜਾ ਰਿਜ਼ਲਟ ਸੀਗਾ ਸਾਡਾ HCAT ਦਾ, ਉਹਦੇ 'ਚ 150 ਤੋਂ ਜ਼ਿਆਦਾ ਸੀਗੇ ਸਟੂਡੈਂਟ, ਅਤੇ ਮੈਜੋਰਿਟੀ ਸਟੂਡੈਂਟ ਉਹ ਸੀਗੇ ਕਿ ਜਿਨ੍ਹਾਂ ਨੇ ਪੰਜਾਬੀ ਕਰਕੇ ਆਪਦਾ HCAT ਪਾਸ ਕਰ ਲਿਆ ਸੀ, ਕਿਉਂਕਿ ਸਾਇੰਸ ਦੇ ਅਤੇ ਜਾਂ SST ਦੇ ਸਵਾਲ ਕੁਝ ਔਖੇ ਸੀਗੇ। ਤਾਂ ਮੇਰੇ ਕਹਿਣ ਦਾ ਮਕਸਦ ਇਹ ਹੈਗਾ ਕਿ ਬਹੁਤੀ ਵਾਰੀ ਤਾਂ ਇਹ ਲੱਗਦਾ ਹੁੰਦਾ ਕਿ ਕੋਈ ਪੜ੍ਹਨ ਵਾਲਾ ਸਬਜੈਕਟ ਹੈ ਨਹੀਂ, ਮਦਰ ਟੰਗ ਹੈ, ਪੰਜਾਬੀ ਹੋਈ ਹੈ, ਕੋਈ ਗੱਲ ਨਹੀਂ, ਵੇਖਾਂਗੇ, ਆ ਜਾਣਗੇ, ਇਹ ਵੋ। ਇੱਕ ਇਸ ਕਿਸਮ ਦਾ ਭਰਮ ਜਾਂ ਇਸ ਕਿਸਮ ਦੀ ਬਣੀ ਹੁੰਦੀ ਹੈ ਦਿਮਾਗ 'ਚ, ਬਣੀ ਨਹੀਂ ਬਣਾਈ ਹੁੰਦੀ ਹੈ, ਹੁਣ ਤੱਕ ਸਿਸਟਮ ਹੀ ਐਵੇਂ ਦਾ, ਠੀਕ ਹੈ, ਸਕੂਲਾਂ ਨੇ ਵੀ ਬਣਾਈ ਹੁੰਦੀ ਹੈ, ਕਿਉਂਕਿ ਪ੍ਰਾਈਵੇਟ ਸਕੂਲ 'ਚ ਜੇ ਖੂੰਜੇ ਲੱਗਿਆ ਹੁੰਦਾ ਪੰਜਾਬੀ ਵਾਲਾ ਅਧਿਆਪਕ ਹੀ ਹੁੰਦਾ, ਠੀਕ ਹੈ। ਅਤੇ ਜੇ ਤੁਹਾਡੇ 'ਚੋਂ ਕਿਸੇ ਨੇ ਪੰਜਾਬੀ ਪੜ੍ਹਾਈ ਹੋਵੇ ਪ੍ਰਾਈਵੇਟ ਸਕੂਲ 'ਚ, ਤਾਂ ਸ਼ਾਇਦ ਜ਼ਿਆਦਾ ਵਧੀਆ ਤਜਰਬਾ ਹੋਵੇ, ਕਿ ਉੱਥੇ ਸਭ ਤੋਂ ਵੱਧ ਉਸੇ ਨੂੰ ਹੀ ਗੱਲਾਂ ਸੁਣਨੀਆਂ ਕਹਿਣੀਆਂ ਪੈਂਦੀਆਂ, ਅਤੇ ਆਪਦੀ ਹੋਂਦ ਨੂੰ ਬਣਾਈ ਰੱਖਣਾ ਖਾਸਾ ਵੱਡਾ ਮਸਲਾ ਹੁੰਦਾ। ਪਰ ਪਿਛਲੇ ਟਾਈਮ 'ਤੇ ਕੁਛ ਤਜਰਬੇ ਵੱਖਰੇ ਹੋਏ ਜਿਹਦੇ ਕਰਕੇ ਖਾਸੀ ਪਰੇਸ਼ਾਨੀ ਹੋਈ ਵਿਦਿਆਰਥੀਆਂ ਨੂੰ। ਇੱਕ ਤਾਂ ਇਹ ਹੋਗਾ ਕਿ ਪੰਜਾਬ ਸਰਕਾਰ ਨੇ ਪੇਪਰ ਲਾਤਾ ਹਰ ਨੌਕਰੀ ਦੇ ਲਈ ਕਿ ਤੁਸੀਂ ਪੰਜਾਬੀ ਦਾ ਪੇਪਰ ਦੇਣਾ। ਦੂਜਾ ਹੈ ਕਿ ਪੇਪਰ ਇੱਕ ਵਾਰੀ ਆ ਗਿਆ ਔਖਾ ਐਕਸਾਈਜ਼ ਇੰਸਪੈਕਟਰ ਦਾ, 13,000 ਬੰਦਾ ਪੰਜਾਬੀ ਦੇ ਪੇਪਰ 'ਚ ਫੇਲ ਹੋਇਆ, ਕੁਆਲੀਫਾਈ ਨਹੀਂ ਕਰ ਸਕਿਆ। ਉਹ ਬੰਦੇ ਵੀ ਨਹੀਂ ਕਰ ਸਕੇ ਜਿਨ੍ਹਾਂ ਨੇ ਐਕਸਾਈਜ਼ ਇੰਸਪੈਕਟਰ ਲੱਗ ਜਾਣਾ ਸੀ। ਲੱਗ ਜਾਣ ਦਾ ਮਤਲਬ ਕਿ ਜਿਨ੍ਹਾਂ ਦੇ ਮੇਨ ਪੇਪਰ ਦੇ ਵਿੱਚੋਂ 95% ਨੰਬਰ ਸੀ, ਇਹ ਸੀਗਾ ਕਿ ਬਸ ਪਈ ਆ ਨੌਕਰੀ ਵੱਟ ਤੇ। ਪਰ ਸਿਰਫ ਪੰਜਾਬੀ ਨਹੀਂ ਪੜ੍ਹੀ, ਬੇਸ ਨਹੀਂ ਸੀ, 50 ਦੇ ਵਿੱਚੋਂ 25 ਲੈਣੇ ਸੀ, 25 ਨਹੀਂ ਆਏ, 24 ਰਹਿ ਗਏ, 23 ਰਹਿ ਗਏ, 20 ਰਹਿ ਗਏ, ਨੌਕਰੀ ਗਈ। ਕਿਉਂਕਿ ਇੰਨਾ ਨਹੀਂ ਸੀ ਸੋਚਿਆ ਕਿ ਇਹ ਵੀ ਕੋਈ ਪੜ੍ਹਨ ਵਾਲੀ ਚੀਜ਼ ਹੈ ਜਾਂ ਇਹ ਤਾਂ ਕੋਈ ਹੋ ਹੀ ਜਾਣੀ ਹੈ। ਤਾਂ ਕਈ ਵਾਰੀ ਇਸ ਕਿਸਮ ਦਾ ਜਿਹੜਾ ਭਰਮ ਹੈਗਾ ਉਹ ਬੰਦੇ ਨੂੰ ਮਰਵਾ ਜਾਂਦਾ। ਇਹਦੇ ਕਹਿੰਦਾ ਮਤਲਬ ਇਹ ਵੀ ਮੈਂ ਤੁਹਾਨੂੰ ਡਰਾ ਰਿਹਾ, ਮੈਂ ਤੁਹਾਡੇ ਸਾਹਮਣੇ ਇੱਕ ਸਿਚੁਏਸ਼ਨ ਸਹੀ ਸਹੀ ਰੱਖ ਰਿਹਾ ਕਿ ਜਦੋਂ ਵੀ ਕਿਸੇ ਵੀ ਸਬਜੈਕਟ ਦੀ ਕਿਸੇ ਵੀ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਜਿੰਨੇ ਨੰਬਰ ਮੰਗਦਾ ਹੈ ਉਹ ਸਬਜੈਕਟ ਉਨਾ ਟਾਈਮ ਵੀ ਉਹਨੂੰ ਦੇਣਾ ਚਾਹੀਦਾ। ਇੱਕ ਪਾਸੜ ਹੋ ਕੇ ਨਹੀਂ ਬਣਦੀ। ਮੈਂ ਨਹੀਂ ਕਹਿੰਦਾ ਸਾਰਾ ਦਿਨ ਪੰਜਾਬੀ ਪੜ੍ਹੀ ਚਲੋ, ਸਾਰਾ ਦਿਨ ਸਾਈਕੋਲੋਜੀ ਪੜ੍ਹੀ ਚਲੋ, ਬਟ ਜਿੰਨੇ ਨੂੰ ਟਾਈਮ ਚਾਹੀਦਾ, ਜਿੰਨੇ ਨੰਬਰ ਉਹਨੇ ਦੇਣੇ ਆ ਤੁਹਾਨੂੰ, ਉਨਾ ਘੱਟੋ ਘੱਟ ਉਹਨੂੰ ਜ਼ਰੂਰ ਫੋਕਸ ਉਹਤੇ ਰੱਖੋ। ਪਤਾ ਨਹੀਂ ਹੁੰਦਾ ਤੁਹਾਡਾ ਕਿਹੜੇ ਸਬਜੈਕਟ ਨੇ ਤੁਹਾਡਾ ਕਿਤੇ ਕਿਵੇਂ ਕੰਮ ਆ ਜਾਣਾ, ਠੀਕ ਹੈ। ਹਰ ਸਬਜੈਕਟ ਦਾ ਬੜਾ ਹੀ ਸੌਖਾ ਲੈਵਲ ਹੁੰਦਾ, ਹਰ ਸਬਜੈਕਟ ਦਾ ਬਹੁਤ ਔਖਾ ਲੈਵਲ ਹੁੰਦਾ। ਸਾਇੰਸ ਮੈਥ ਅਨਪੜ੍ਹ ਬੰਦੇ ਨੂੰ ਵੀ ਆਉਂਦੀ ਹੈ, ਠੀਕ ਹੈ, ਉਹਨੂੰ ਪਤਾ ਹੈ ਕਿੰਨੇ ਜੋ ਕਿੰਨੇ ਪੈਸੇ ਮੋੜਨੇ ਆ ਦੁਕਾਨ ਵਾਲੇ ਨੂੰ, ਕਿ 2,000 ਦਾ ਨੋਟ ਦਿੱਤਾ 1,350 ਕੱਟਣਾ, ਉਹ ਕੈਲਕੂਲੇਟਰ ਤੋਂ ਬਿਨਾਂ ਹੀ ਨਹੀਂ ਮੋੜ ਦੂਗਾ। ਉਹਨਾਂ ਕੁ ਮੈਥ ਉਹਨੂੰ ਵੀ ਆਉਂਦਾ, ਉਨੀ ਕੁ ਸਾਇੰਸ ਪਿੰਡ ਵਾਲਿਆਂ ਨੂੰ ਵੀ ਆਉਂਦੀ ਹੈਗੀ, ਖੇਤ 'ਚ ਕਿਵੇਂ ਕੰਮ ਕਰਨਾ, ਠੀਕ ਹੈ, ਉਹਨਾਂ ਕੁ ਪਤਾ ਸਰ ਹਰ ਬੰਦੇ ਨੂੰ। ਪਰ ਜਿਹੜੇ ਉਹਦੇ ਡੈਫਥ ਰੂਲ ਹੈਗੇ ਆ ਸਾਇੰਸ ਦੇ ਜਾਂ ਮੈਥ ਦੇ, ਟ੍ਰਿਗਨੋਮੈਟਰੀ, ਉਹ ਤੁਹਾਨੂੰ ਆਉਣੇ ਆ। ਇਸੇ ਤਰ੍ਹਾਂ 19 ਕੁ ਪੰਜਾਬੀ ਆਮ ਬੰਦੇ ਨੂੰ ਵੀ ਆਉਂਦੀ ਹੈ, ਘਰੇ ਬੈਠੇ ਨੂੰ ਬੋਲਣਾ ਵੀ ਆਉਂਦਾ, ਲਿਖਣਾ ਵੀ ਪੜ੍ਹਨਾ ਆਉਂਦਾ, ਪਰ ਕਿਰਿਆ ਕੀ ਹੁੰਦੀ ਹੈ, ਕਾਰਦੰਤ ਕੀ ਹੁੰਦਾ, ਵਿਸ਼ੇਸ਼ਣ ਕੀ ਹੁੰਦਾ, ਠੀਕ ਆ,
ਕਾਲ ਦੀਆਂ ਕਿਸਮਾਂ ਕੀ ਹੁੰਦੀਆਂ, ਭਾਵਵਾਚੀ ਕੀ ਹੁੰਦਾ, ਕਰਮਣੀ ਕੀ ਹੁੰਦਾ, ਇਹ ਸਾਰੀਆਂ ਚੀਜ਼ਾਂ ਬਿਨਾਂ ਪੜ੍ਹੇ ਨਹੀਂ ਆਉਂਦਾ। ਨੰਬਰ 1। ਨੰਬਰ 2, ਹੁਣ ਕੀ ਹੋ ਗਿਆ, ਪਿਛਲੇ ਟਾਈਮ ਤੇ ਜਿਹੜਾ ਪੰਜਾਬੀ ਦਾ ਥੋੜ੍ਹਾ ਜਿਹਾ ਲੈਵਲ ਵਧਿਆ, ਉਹਦਾ ਕਾਰਨ ਹੈ ਕਿ ਪੇਪਰ ਬਹੁਤ ਹੋਇਆ। ਪਿਛਲੇ ਸਾਲ ਡੇਢ ਸਾਲ ਤੋਂ ਪੰਜਾਬੀ ਵਿਆਕਰਨ ਦਾ ਪੇਪਰ ਬਹੁਤ ਵਾਰੀ ਹੋ ਚੁੱਕਿਆ, P++V ਨੇ ਬਹੁਤ ਵਾਰੀ ਲਿਆ, ਤੇ ਉਹਦਾ ਲੈਵਲ ਜਦੋਂ ਅਸੀਂ ਵੇਖਦੇ ਨਾ ਸੀਕੁਐਂਸ ਦੇ ਵਿੱਚ ਹੌਲੀ 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 ਵੱਧ ਰਿਹਾ। ਤੇ ਉਹ ਹੈਗੇ ਨੇ ਸਿੰਪਲ ਗ੍ਰੈਜੂਏਟ ਸਟੂਡੈਂਟ, ਜਿਨ੍ਹਾਂ ਦੇ ਲਈ ਪੇਪਰ ਪਾਏ ਜਾਂਦੇ ਆ। ਤੁਸੀਂ ਗ੍ਰੈਜੂਏਟ ਪਲੱਸ ਪ੍ਰੋਫੈਸ਼ਨਲ ਕੋਰਸ ਤੁਹਾਡੇ ਕੋਲ ਹੈ, ਠੀਕ ਹੈ, BEd ਹੋ ਜਾਂ ETT, ETT ਵਾਲੇ ਵੀ ਹੋ ਸਕਦਾ ਤੁਸੀਂ ਗ੍ਰੈਜੂਏਸ਼ਨ ਵੀ ਕਰੀ ਹੋਵੇ, ਹੁਣ ਤਾਂ ਚਲੋ ਉਹਨਾਂ ਨੇ ਬਦਲੀ ਦਿੱਤਾ ਕਿ ਗ੍ਰੈਜੂਏਸ਼ਨ ਤੋਂ ਬਾਅਦ ਹੀ ਤੁਸੀਂ ETT ਕਰ ਸਕੋਗੇ। ਤੇ ਇਸ ਕਰਕੇ ਜੇ ਉਹਨਾਂ ਦੇ ਲਈ ਲੈਵਲ ਵਧਿਆ ਤਾਂ ਮੰਨ ਕੇ ਚੱਲੋ ਕਿ ਤੁਹਾਡੇ ਲਈ ਵੀ ਥੋੜ੍ਹੇ ਜਿਹੇ ਅਪ ਲੈਵਲ ਦੇ ਸਵਾਲ ਆ ਸਕਦੇ। ਕਰਾਂਗੇ ਬੇਸਿਕ ਤੋਂ ਸ਼ੁਰੂ, ਪਰ ਜਿੱਥੋਂ ਤੱਕ ਜਾ ਸਕਾਂਗੇ ਉੱਥੋਂ ਤੱਕ ਤੁਹਾਨੂੰ ਵੀ ਨਾਲ ਲੈ ਕੇ ਜਾਣਾ। ਉਦੋਂ ਬਾਅਦ ਜਿਹੜਾ ਜਿਹੜਾ ਸਿਸਟਮ ਹੈਗਾ ਪੜ੍ਹਨ ਪੜ੍ਹਾਉਣ ਦਾ, ਉਹ ਵੀ ਇੱਕ ਕਿਸਮ ਦੀ ਖਾਸ ਸਾਂਚਾ ਜਿਹਾ ਨਹੀਂ ਹੁੰਦਾ, ਥੋੜ੍ਹਾ ਜਿਹਾ ਖੁੱਲ੍ਹਾ ਸਿਸਟਮ। ਖੁੱਲ੍ਹੇ ਦਾ ਇਨ ਦਾ ਸੈਂਸ ਕਿ ਜਦੋਂ ਨੂੰ ਲੱਗਦਾ ਕਿ ਅੱਜ ਮੈਂਟਲੀ ਮਨ ਨਹੀਂ ਕਰਦਾ ਪੜ੍ਹਨ ਦਾ ਜਾਂ ਕੋਈ ਹੋਰ ਕੰਮ ਦਾ ਮਨ ਆ, ਤਾਂ ਜਦੋਂ ਮਰਜ਼ੀ ਕਲਾਸ ਛੱਡੀ ਜਾ ਸਕਦੀ ਹੈ, ਜਾਂ ਲੱਗਦਾ ਕਿ 15 ਮਿੰਟ ਲੇਟ ਹੋਣਾ ਤਾਂ ਜਦੋਂ ਮਰਜ਼ੀ ਆਇਆ ਜਾ ਸਕਦਾ, ਕੋਈ ਮਸਲਾ ਨਹੀਂ, ਕੋਈ ਬੰਦਿਸ਼ ਨਹੀਂ ਹੈ। ਮੈਂ ਨਹੀਂ ਕਦੇ ਕਹੂੰਗਾ, ਬਸ਼ਰਤੇ ਕਿ ਤੁਹਾਨੂੰ ਕੋਈ ਕਾਊਂਟਰ 'ਤੇ ਪੁੱਛ ਲਿਆ ਜਾਵੇ ਕਿਉਂ ਲੇਟ ਆਏ ਜਾਂ ਕਿਉਂ ਜਾ ਰਹੇ ਹੋ, ਨਹੀਂ ਮੈਂ ਨਹੀਂ ਪੁੱਛੂੰਗਾ, ਠੀਕ ਹੈ, ਕਦੇ ਵੀ ਨਹੀਂ। ਕਿਉਂਕਿ ਮੇਰਾ ਵਿਸ਼ਵਾਸ ਹੈ ਕਿ ਜੇ ਤੁਹਾਡਾ ਮਨ ਇੱਥੇ ਆ ਤਾਂ ਹੀ ਕੁਝ ਸਮਝ ਆਊਗਾ। ਇਕੱਲੇ ਤਨ ਦਾ ਤਾਂ ਕੁਛ ਨਹੀਂ ਕਰਾਉਣਾ, ਤੁਹਾਡੀ ਦੇਹ ਤੋਂ ਤੁਹਾਡੇ ਸਰੀਰ ਤੋਂ ਕੁਛ ਨਹੀਂ ਕਰਾਉਣਾ, ਤੁਹਾਡਾ ਮਨ ਇੱਥੇ ਚਾਹੀਦਾ, ਕਿਉਂਕਿ ਅਲਟੀਮੇਟਲੀ ਤੁਹਾਡੇ ਮਨ 'ਚ ਜਾਣਾ ਸਾਰਾ ਕੁਛ। ਕਈ ਵਾਰੀ ਹੁੰਦਾ ਅਸੀਂ ਬੈਠੇ ਇੱਥੇ ਹੁੰਦੇ ਹਾਂ, ਦਿਮਾਗ ਕਿਤੇ ਹੋਰ ਹੁੰਦਾ, ਉਦੋਂ ਨੂੰ 15-20 ਮਿੰਟ ਬੰਦਾ ਪੜ੍ਹਾਈ ਜਾਂਦਾ, ਲੰਘ ਜਾਂਦਾ, ਫਿਰ ਅਗਲੀ ਗੱਲ ਸਮਝ ਨਹੀਂ ਆਉਂਦੀ, ਫਿਰ ਬਸ਼ਰਮੀ ਪੁੱਛਦੇ ਵੀ ਨਹੀਂ ਹੁਣ ਕੀ ਪੁੱਛਾਂਗੇ, ਹਨਾ, ਵੀ ਅਗਲਾ ਬੋਲੂਗਾ ਕੁਛ ਜਾਂ ਬੇਇੱਜ਼ਤੀ ਕਰੂਗਾ, ਇੱਦਾਂ ਨਾ। ਦੂਜੀ ਗੱਲ, ਜਿਹੜਾ ਵਿਆਕਰਨ ਵਾਲਾ ਜਿੰਨਾ ਵੀ ਆਪਣਾ ਹਿੱਸਾ ਹੈਗਾ, ਉਹਦਾ ਲਗਭਗ ਸਾਰਾ ਹੀ ਜਾਂ 95-96% ਹਿੱਸਾ ਤੁਹਾਡਾ ਕਲਾਸ ਦੇ ਵਿੱਚ ਹੀ ਪ੍ਰਪੇਅਰ ਹੋਣ ਵਾਲਾ। ਤੁਹਾਨੂੰ ਸਾਇੰਸ ਪੜ੍ਹਨੀ ਹੈ, SST ਪੜ੍ਹਨੀ ਹੈ, ਤੁਹਾਡੀ ਘਰੇ ਜਿਹੜਾ ਕਹਿ ਲਈ ਕਿ ਹੋਮਵਰਕ ਤੁਹਾਡੇ ਕੋਲ ਬਹੁਤ ਆ, ਤੁਹਾਨੂੰ ਬਹੁਤ ਕੁਛ ਪੜ੍ਹਨਾ ਪੈਣਾ ਆਪਣੇ ਪੱਧਰ 'ਤੇ, ਪਰ ਜਿੰਨਾ ਕੁ ਪੰਜਾਬੀ ਦਾ ਸਿਲੇਬਸ ਹੈਗਾ ਉਹ ਵਿਦਇਨ ਕਲਾਸ ਤੁਹਾਡਾ ਹੋ ਜਾਏ, ਉਹੀ ਟਾਈਮ ਤੁਸੀਂ ਬਚਾ ਕੇ ਕਿਸੇ ਹੋਰ 'ਤੇ ਲਾ ਸਕਦੇ। ਹੁਣ ਇਹਦਾ ਕਹਿਣ ਦਾ ਮਤਲਬ ਹੈਗਾ ਕਿ ਜਦੋਂ ਵੀ ਕਲਾਸ 'ਚ ਆਉਣਾ ਜੇ ਪੰਜਾਬੀ ਦੀ ਕਲਾਸ ਲੱਗਣੀ ਆ, ਤਾਂ ਮੈਂਟਲੀ ਇੱਥੇ ਪ੍ਰੈਜੈਂਟ ਹੋਣ ਦੀ ਕੋਸ਼ਿਸ਼ ਕਰੋ। ਜਦੋਂ ਲੱਗਦਾ ਕਿ ਆ ਗੱਲ ਸਮਝ ਆਉਂਦੀ ਹੈ, ਠੀਕ ਹੈ, ਜਿੱਥੇ ਲੱਗਦਾ ਕਿ ਨਹੀਂ ਸਮਝ ਆਉਂਦੀ, ਬੇਸ਼ੱਕ ਬਿਨਾਂ ਝਿਜਕ ਸਾਫ਼ ਸਾਫ਼ ਕਹਿ ਦੇਣਾ ਕਿ ਜੀ ਮੈਨੂੰ ਨਹੀਂ ਸਮਝ ਆਉਂਦੀ, ਕੋਈ ਗੱਲ ਨਹੀਂ ਹੈ। ਅਤੇ ਮੈਨੂੰ ਉਹ ਸਭ ਤੋਂ ਵਧੀਆ ਲੱਗਦਾ ਹੁੰਦਾ ਜਿਹੜਾ ਕਹਿੰਦਾ ਕਿ ਮੈਨੂੰ ਨਹੀਂ ਸਮਝ, ਮੈਨੂੰ ਪਤਾ ਹੈ ਕਿ ਉਹਦੀ ਇੱਛਾ ਹੈ ਕਿ ਮੈਂ ਸਿੱਖ ਕੇ ਜਾਣਾ, ਤਾਂ ਹੀ ਉਹ ਕਹਿ ਰਿਹਾ ਮੈਨੂੰ ਨਹੀਂ ਸਮਝ ਆਇਆ। ਅਤੇ ਜੇ ਕਿਸੇ ਦੀ ਇੱਛਾ ਹੈ ਨਹੀਂ ਤਾਂ ਸਮਝ ਆਇਆ ਨਾ ਆਇਆ ਉਹਦੇ ਲਈ ਕੋਈ ਵੱਡਾ ਮਸਲਾ ਨਹੀਂ, ਚੱਲ ਕੋਈ ਨਾ ਫਿਰ ਦੇਖੂੰਗੇ, ਜਿੰਨਾ ਕੁ ਆ ਗਿਆ ਠੀਕ ਹੈ। ਕਿਉਂਕਿ ਇਹ ਕੋਈ ਫਾਰਮੈਲਿਟੀ ਨਹੀਂ ਹੈ, ਕਾਲਜ ਦੀ ਕਲਾਸ ਨਹੀਂ ਹੈ, ਯੂਨੀਵਰਸਿਟੀ ਦੀ ਕਲਾਸ ਨਹੀਂ ਹੈ ਕਿ ਤੁਸੀਂ ਸਬਜੈਕਟਿਵ ਪੇਪਰ ਦੇਣੇ ਆ, ਸ਼ੀਟਾਂ ਭਰਨੀਆਂ ਨੇ, 30-30, 32-32% ਨੰਬਰ ਲੈਣੇ ਆ, ਕੋਈ ਨਾ ਜਿੰਨੇ ਆ ਗਏ ਠੀਕ ਹੈ। ਓਬਜੈਕਟਿਵ ਕਲਾਸ, ਸਿੰਗਲ ਸਿੰਗਲ ਚੀਜ਼ ਦਾ ਮਿਹਨਤ ਹੈ, ਅਤੇ ਸਿੰਗਲ ਸਿੰਗਲ ਨੰਬਰ ਬਣ ਕੇ ਤੁਹਾਡੇ 90 ਬਣਨੇ ਆ, ਇੱਕ ਇੱਕ ਜੁੜ ਕੇ ਨੰਬਰ ਬਣਨੇ ਆ 90, ਅਤੇ ਇੱਕ ਵੀ ਨੰਬਰ ਕਿਤੇ ਘੱਟਦਾ ਤੁਹਾਨੂੰ ਪਤਾ ਹੈ, ਫਿਰ ਜਦੋਂ 90 ਤੋਂ 99 ਅਤੇ 82 ਤੋਂ 81, ਉਸ ਬੰਦੇ ਦੀ ਕੀ ਪੁਜੀਸ਼ਨ ਹੁੰਦੀ ਹੈ, ਉਹਨਾਂ ਨੂੰ ਖਾਸ ਇਸ ਗੱਲ ਦਾ ਅਹਿਸਾਸ ਹੁੰਦਾ। ਅਤੇ ਉਹਦੇ ਵਿੱਚ ਹੀ ਪੰਜਾਬੀ ਦਾ ਵੀ ਰੋਲ ਹੈ, ਉਹਦੇ ਵਿੱਚੋਂ 30-15 ਨੰਬਰ ਦਾ ਸਿੱਧੇ ਸਿੱਧੇ ਤੁਹਾਡੇ ਪਹਿਰੇ ਦੇ ਆ, ਇੱਕ ਕਵਿਤਾ ਦਾ, ਇੱਕ ਵਾਰਤਕ ਦਾ, ਠੀਕ ਹੈ।
ਉਹਦੇ ਲਈ ਮੈਂ ਰਿਕਮੈਂਡ ਕਰਦਾ ਨਾ ਕਿ ਉਹਦੇ ਕੋਈ ਬਹੁਤੇ ਵੱਡੇ ਫਾਰਮੂਲੇ ਨਹੀਂ ਹੈਗੇ, ਨਾ ਹੀ ਉਹਦਾ ਕੋਈ ਇੱਦਾਂ ਦਾ ਹੈਗਾ ਕਿ ਤੁਹਾਨੂੰ ਕੁੱਪੜੀ ਬਣਾ ਕੇ ਦੇ ਰਿਹਾ ਤੇ ਉਹਦਾ ਤੁਹਾਨੂੰ ਤਰੀਕਾ ਲੱਭ ਜੇ। ਉਹਦੇ ਬਾਰੇ ਗੱਲ ਵੀ ਕਰਾਂਗੇ ਤਰੀਕੇ ਬਾਰੇ, ਪਰ ਉਹਦੇ ਲਈ ਕੁਛ ਰੈਫਰੈਂਸ ਨੇ ਜਿਹੜੇ ਤੁਸੀਂ ਆਪਣੇ ਪੱਧਰ ਤੇ ਪੜ੍ਹ ਲੈਣੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਨੇ ਨੌਵੀਂ ਤੋਂ ਪਲੱਸ ਟੂ ਤੱਕ, ਹੁਣ ਵੀ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ NCERT ਪੜ੍ਹ ਰਹੇ ਹੋਵੋਗੇ ਜਾਂ ਪੜ੍ਹਨਾ ਸ਼ੁਰੂ ਕਰੋਗੇ, ਠੀਕ ਆ, ਜੋ ਇੱਥੇ ਕਰਾਇਆ ਜਾਂਦਾ ਉਸ ਤੋਂ ਇਲਾਵਾ ਵੀ ਜਾਂ ਤੁਹਾਨੂੰ ਦੱਸਿਆ ਵੀ ਜਾਊਗਾ, ਨੌਵੀਂ ਤੋਂ ਲੈ ਕੇ ਪਲੱਸ ਟੂ ਤੱਕ ਜਿਹੜੀਆਂ ਟੈਕਸਟ ਬੁੱਕਸ ਲੱਗੀਆਂ ਹੋਈਆਂ ਨੇ ਪੰਜਾਬ ਬੋਰਡ ਦੀਆਂ, ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਿਓ, ਖਾਸ ਕਰ ਨੌਵੀਂ ਅਤੇ ਦਸਵੀਂ। ਉਹਦੇ 'ਚ ਚਾਰ ਕਿਤਾਬਾਂ ਲੱਗੀਆਂ ਹੋਈਆਂ ਨੇ, ਬਨਗੀ ਹੈ, ਠੀਕ ਹੈ, ਸਹਿਤਮਾਲਾ, ਉਹਦੇ ਵਿੱਚ ਵਾਰਤਕ ਦੇ ਲੇਖ ਨੇ, ਉਹਦੇ ਵਿੱਚ ਕਵਿਤਾਵਾਂ ਨੇ, ਉਹਦੇ ਵਿੱਚ ਇਕਾਂਗੀਆਂ ਨੇ, ਉਹਦੇ ਵਿੱਚ ਕਹਾਣੀਆਂ ਨੇ, ਠੀਕ ਹੈ। ਜਿਹੜਾ ਵੀ ਕਵਿਤਾ ਦਾ ਪਹਿਰਾ ਜਾਂ ਵਾਰਤਕ ਦਾ ਪਹਿਰਾ ਆਉਣਾ, ਮੋਸਟਲੀ ਉਹਦੇ ਵਿੱਚੋਂ ਚੱਕ ਕੇ ਪਾ ਦਿੰਦੇ ਆ, ਅਤੇ ਜਿਹਨੇ ਉਹ ਪੜ੍ਹਿਆ ਹੁੰਦਾ ਉਹਦੇ ਨੰਬਰ ਵੱਧ ਆ ਜਾਂਦੇ ਨੇ, ਜਿਹਨੇ ਨਹੀਂ ਪੜ੍ਹਿਆ ਹੁੰਦਾ ਇੱਕ ਦਾ ਨੰਬਰ ਘੱਟ ਜਾਂਦਾ, ਠੀਕ ਹੈ। ਬਾਕੀ ਸਵਾਲ ਤਾਂ ਹੱਲ ਕਰ ਲੈਂਦਾ ਬੰਦਾ, ਪਰ ਜਿਹੜਾ ਸਵਾਲ ਹੁੰਦਾ ਕਿ ਇਸ ਪਹਿਰੇ ਦਾ ਲੇਖਕ ਕੌਣ ਹੈ, ਉਹ ਸਭ ਤੋਂ ਔਖਾ ਸਵਾਲ ਹੁੰਦਾ। ਜੇ ਪੜ੍ਹਿਆ ਹੀ ਨਹੀਂ ਹੈਗਾ ਉਹਦਾ ਲੇਖਕ ਕੀ ਪਤਾ ਲੱਗੂ ਕੌਣ ਹੈ, ਅਤੇ ਜੇ ਤੁਸੀਂ ਘੱਟੋ ਘੱਟ ਉਹ ਕਿਤਾਬਾਂ ਪੜ੍ਹੀਆਂ ਹੋਣ, ਮਤਲਬ ਉਹ ਕਿਤਾਬ ਪੜ੍ਹਨ ਦਾ ਮਤਲਬ ਇਹ ਨਹੀਂ ਕਿ ਲਾਈਨ ਟੂ ਲਾਈਨ ਸਾਰਾ ਕੁਛ ਪੜ੍ਹਨਾ, ਜਸਟ ਤੁਹਾਨੂੰ ਇੰਨਾ ਪਤਾ ਹੋਵੇ ਕਿ ਆਹ ਕਹਾਣੀ ਆ ਫਲਾਨੇ ਬੰਦੇ ਦੀ ਹੈ ਅਤੇ ਇਹ ਕਹਾਣੀ 'ਚ ਆਹ ਗੱਲ ਕਹੀ ਗਈ ਆ, ਮੋਟਾ ਜਿਹਾ ਉਹਦਾ ਸਬਜੈਕਟ ਪਤਾ ਹੋਵੇ, ਤਾਂ ਕਿ ਤੁਹਾਨੂੰ ਆਈਡੀਆ ਹੋ ਜਾਵੇ ਕਿ ਇਹ ਕਿਹੜੇ ਬੰਦੇ ਦੀ ਲਿਖਤ ਹੈਗੀ, ਉਹਦੇ 'ਚੋਂ ਨੰਬਰ ਆ ਜਾਂਦਾ। ਦੂਜਾ ਬਾਣੀ ਦੀਆਂ ਤੁਕਾਂ, ਕਵਿਤਾ, ਕਵਿਤਾ ਜੇ ਤਾਂ ਸੌਖੀ ਪਾਤੀ, ਮਤਲਬ ਭਾਈ ਵੀਰ ਸਿੰਘ ਦੀ ਕਵਿਤਾ ਪਾਤੀ ਦਾ ਸਾਰੇ ਜਵਾਬ ਦੇ ਦਿੰਦੇ ਆ, ਪਰ ਕੀ ਹੋਇਆ ਇੱਕ ਵਾਰੀ ਜਪਜੀ ਸਾਹਿਬ ਦੀ ਪੌੜੀ ਪਾਈ ਉਹਨਾਂ ਨੇ, ਜਿਹਦੇ 'ਚ ਪੂਰੀ ਦੇ ਪੂਰੇ ਖੰਡ ਦਿੱਤੇ ਹੋਏ ਆ, ਸਵਾਲ ਵੀ ਪੁੱਛੇ ਨੇ ਕਿ ਸਾਰੇ ਖੰਡਾਂ ਦਾ ਸੀਕੁਐਂਸ ਲਿਖੋ, ਇਸ ਖੰਡ ਦਾ ਕੀ ਮਤਲਬ ਹੈ, ਆਹ ਸ਼ਬਦ ਦਾ ਕੀ ਮਤਲਬ ਹੈ, ਠੀਕ ਹੈ, ਬਾਣੀ ਦੇ ਸ਼ਬਦਾਂ ਦੇ ਅਰਥ ਕਰਨੇ ਵੈਸੇ ਮੁਸ਼ਕਲ ਹੈ, ਫਿਰ ਇਹ ਰਚਨਾ ਕਿਹਦੀ ਹੈ, ਫਿਰ ਇਹ ਪੌੜੀ ਕਿਹੜੀ ਹੈ। ਹੁਣ ਜੇ ਕਿਸੇ ਨੇ ਪੜ੍ਹਿਆ ਹੋਇਆ ਤਾਂ ਹੀ ਉਹ ਜਵਾਬ ਦੇ ਸਕਦਾ, ਜੇ ਨਹੀਂ ਪੜ੍ਹਿਆ ਫਿਰ ਨਹੀਂ, ਅਤੇ ਉਹਦੇ ਲਈ ਇੱਕ ਤਾਂ ਉਹ ਕਿਤਾਬਾਂ ਪੜ੍ਹਨੀਆਂ। ਦੂਜੀ ਗੱਲ, ਜਿਹੜਾ ਵੀ ਤੁਹਾਡੇ 'ਚ ਥੋੜ੍ਹਾ ਮੋਟਾ ਸ਼ਰਧਾ ਰੱਖਦਾ ਜਾਂ ਕੋਈ ਪਾਠ ਤੁਹਾਡੇ 'ਚ ਕਰਦਾ ਗੁਰਬਾਣੀ ਦਾ, ਕੋਈ ਵੀ ਗੁਰਦੁਆਰੇ ਜਾਂਦਾ ਰੂਟੀਨ 'ਚ, ਇਸ ਤੋਂ ਬਾਅਦ ਇਉਂ ਉਹਨਾਂ ਚੀਜ਼ਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਿਓ ਕਿ ਇਹ ਸਾਨੂੰ ਕਿਤੇ ਨਾ ਕਿਤੇ ਪੇਪਰ 'ਚ ਕੰਮ ਆ ਸਕਦਾ। ਜਿਹੜੇ ਗੁਰਦੁਆਰੇ ਜਾਂਦੇ ਤੁਹਾਨੂੰ ਪਤਾ ਕਿ ਆਨੰਦ ਸਾਹਿਬ ਦਾ ਪਾਠ ਹੁੰਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਨੰਦ ਸਾਹਿਬ ਕਿੰਨਾ ਦੀ ਰਚਨਾ, ਉਹਦੇ ਵਿੱਚ ਕਿੰਨੀਆਂ ਪੌੜੀਆਂ ਨੇ, ਉਹਦਾ ਪਾਠ ਕਦੋਂ ਹੁੰਦਾ, ਕਿਹੜੀਆਂ ਕਿਹੜੀਆਂ ਲਾਈਨਾਂ ਆਨੰਦ ਸਾਹਿਬ 'ਚ ਆਉਂਦੀਆਂ, ਤਾਂ ਕਿ ਜੋ ਤੁਸੀਂ ਰੂਟੀਨ 'ਚ ਕਰਦੇ ਹੋ ਤੁਹਾਡੇ ਕਿਤੇ ਨਾ ਕਿਤੇ ਪੇਪਰ 'ਚ ਜੇ ਕਿਤੇ ਆਉਂਦਾ ਤਾਂ ਉਹ ਕੰਮ ਆ ਜਾਵੇ। ਹੁਣ ਤੱਕ ਅਸੀਂ ਜਿੰਨਾ ਕੁ ਗੁਰਦੁਆਰੇ ਵੀ ਜਾਂਦੇ ਹਾਂ ਪਾਠ ਉਹ ਇੰਨਾ ਹੁੰਦਾ ਵੀ ਬਸ ਇੱਕ ਤੋਤਾ ਰਟਨ ਚਲੀ ਚਲੋ, ਨਹੀਂ ਉਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ, ਠੀਕ, ਕਿਉਂਕਿ ਚਲੋ ਉਹ ਵੱਖਰਾ ਧਾਰਮਿਕ ਮਸਲਾ ਹੈਗਾ, ਸ਼ਰਧਾ ਦਾ ਮਸਲਾ, ਪਰ ਜੇ ਤੁਹਾਡੀ ਕਿਸੇ ਦੀ ਸ਼ਰਧਾ ਹੈਗੀ, ਆਮ ਤੌਰ 'ਤੇ ਕੁੜੀਆਂ ਮੋਸਟਲੀ ਹੁੰਦੀਆਂ ਕਿ ਸਵੇਰੇ ਜਾਂ ਸ਼ਾਮ ਪਾਠ ਦੀ ਸ਼ਰਧਾ ਹੁੰਦੀ ਆ, ਉਹਨੂੰ ਪੜ੍ਹਿਓ ਹੁਣ ਇਸ ਤਰੀਕੇ ਨਾਲ ਕਿ ਉਹਦੇ ਮੀਨਿੰਗ ਵੀ ਮੋਟੇ ਮੋਟੇ ਪਤਾ ਹੋਣ, ਉਹਦਾ ਥੋੜ੍ਹਾ ਜਿਹਾ ਤੁਹਾਨੂੰ ਢਾਂਚਾ ਵੀ ਪਤਾ ਹੋਵੇ ਕਿ ਇਹਦੇ 'ਚ ਪੌੜੀਆਂ ਨੇ, ਇਹਦੇ ਵਿੱਚ ਕੀ ਸਲੋਕ ਨੇ, ਠੀਕ ਹੈ, ਇਹ ਕਿਹੜੇ ਗੁਰੂ ਦੀ ਰਚਨਾ, ਇਹਦਾ ਰਾਗ ਕੀ ਆ, ਇੰਨੀ ਕੁ ਮੋਟੀ ਕੁ ਜਾਣਕਾਰੀ ਤੁਹਾਨੂੰ ਪਤਾ ਹੋਵੇ ਅਤੇ ਮਿਲ ਜਾਂਦੀ ਹੈ ਲਗਭਗ ਸਾਰੀ ਇੰਟਰਨੈਟ ਤੋਂ, ਨਾ ਮਿਲੀ ਤਾਂ ਮੈਂ ਹੈਗਾ ਹਾਂ, ਠੀਕ ਹੈ। ਦੂਜਾ ਜਿਹੜਾ ਹੈਗਾ ਹਿੱਸਾ ਪੈਰਿਆਂ ਤੋਂ ਬਾਅਦ, ਉਹ ਆਉਂਦਾ ਲਿਟਰੇਚਰ ਦਾ, ਸੋਰੀ ਵਿਆਕਰਨ ਦਾ ਅਤੇ ਪੈਡਾਗੋਜੀ ਦਾ। ਮੋਸਟਲੀ ਸਵਾਲ ਜਿਹੜੇ ਹੁਣ ਪਿਛਲੇ ਸਾਲਾਂ ਤੋਂ ਆ ਰਹੇ ਆ ਵਿਆਕਰਨ ਦੇ ਆ ਰਹੇ ਆ, ਤਕਰੀਬਨ 9 ਤੋਂ 10 ਸਵਾਲ, ਠੀਕ ਹੈ, ਐਵਰੇਜ 10 ਸਵਾਲ ਆਉਂਦੇ ਆ 15 ਦੇ ਵਿੱਚ, 5 ਕੁ ਸਵਾਲ ਜਿਹੜੇ ਉਹ ਪੈਡਾਗੋਜੀ ਦੇ ਆਉਂਦੇ ਆ। ਜਿਹੜਾ ਤਾਂ ਹੈਗਾ ਪੈਡਾਗੋਜੀ ਵਾਲਾ, ਪੈਡਾਗੋਜੀ ਦਾ ਤੁਹਾਡਾ ਬੇਸ ਹੈਗਾ CDP, ਚਾਈਲਡ ਡਿਵੈਲਪਮੈਂਟ ਪੈਡਾਗੋਜੀ, ਜੋ ਤੁਹਾਨੂੰ ਮੈਡਮ ਨੇ ਪੜ੍ਹਾਉਣਾ ਉਹ ਬੇਸ ਹੈ, ਉਹੀ ਤੁਹਾਨੂੰ SST 'ਚ ਕੰਮ ਆਉਣੀ ਹੈ, ਉਹੀ ਤੁਹਾਨੂੰ ਇੰਗਲਿਸ਼ 'ਚ ਕੰਮ ਆਉਣੀ ਹੈ, ਅਤੇ ਉਹੀ ਤੁਹਾਨੂੰ ਪੰਜਾਬੀ 'ਚ ਕੰਮ ਆਉਣੀ, ਕਿਉਂਕਿ ਉਹਦੀਆਂ ਥਿਊਰੀਜ਼ ਜਿਹੜੀਆਂ ਨੇ ਉਹ ਕਾਮਨ ਹੈ।
ਤੁਸੀਂ ਪਿਆਜ਼ੇ ਨੂੰ ਭਾਵੇਂ ਅੰਗਰੇਜ਼ੀ 'ਚ ਪੜ੍ਹ ਲਓ ਭਾਵੇਂ ਹਿੰਦੀ 'ਚ ਪੜ੍ਹ ਲਓ, ਜੋ ਪਿਆਜ਼ੇ ਨੇ ਕਿਹਾ ਉਹਨੇ ਗੱਲ ਤਾਂ ਉਹੀ ਕਹੀ ਆ, ਸਿਰਫ ਪੜ੍ਹਨ ਦਾ ਮਾਧਿਅਮ ਵੱਖਰਾ। ਫਰਕ ਕੀ ਹੁੰਦਾ ਕਿ ਜਦੋਂ ਤੁਸੀਂ ਸੀੜੀ ਵੀ ਪੜ੍ਹਦੇ ਹੈਗੇ ਹੋ, ਉੱਥੇ ਤੁਹਾਨੂੰ ਪੜ੍ਹਾਇਆ ਜਾਂਦਾ ਕਿ ਬੱਚਾ ਜਿਹੜਾ ਨਾ ਤੁਹਾਡੇ ਕੋਲ ਆ ਰਿਹਾ ਸਕੂਲ 'ਚ, ਉਹਦੀਆਂ ਆਦਤਾਂ ਕਿਵੇਂ ਦੀਆਂ, ਉਹਦਾ ਮੈਂਟਲੀ ਸਟਰਕਚਰ ਕਿਵੇਂ ਦਾ, ਉਸ ਚੀਜ਼ਾਂ ਨੂੰ ਸਿੱਖਦਾ ਕਿਵੇਂ ਹੈ, ਤੁਸੀਂ ਉਹਨੂੰ ਓਬਜ਼ਰਵ ਕਿਵੇਂ ਕਰਨਾ, ਠੀਕ ਹੈ, ਤੁਸੀਂ ਉਹਦੀਆਂ ਕਿਹੜੀਆਂ ਕਿਹੜੀਆਂ ਦਿੱਕਤਾਂ ਨੇ ਪੜ੍ਹਨ ਸੁਣਨ ਦੀਆਂ, ਉਹਨੂੰ ਕਿਵੇਂ ਆਈਡੈਂਟੀਫਾਈ ਕਰਨਾ, ਉਹਨਾਂ ਨੂੰ ਸੋਲਵ ਕਿਵੇਂ ਕਰਨਾ, ਜਾਂ ਬੱਚਾ ਇਨਫੋਰਮੇਸ਼ਨ ਨੂੰ ਅਕਵਾਇਰ ਕਿਵੇਂ ਕਰਦਾ, ਉਹਦੇ ਸਪੀਚ ਔਰਗਨ ਕਿਹੜੇ ਨੇ, ਲਿਸਨਿੰਗ ਔਰਗਨ ਕਿਹੜੇ ਆ, ਉਹ ਕਿਵੇਂ ਕੰਮ ਕਰਦੇ ਆ, ਮਤਲਬ ਕਿ ਇੱਕ ਬੱਚਾ ਸਿੱਖਦਾ ਕਿਵੇਂ ਆ, ਲਗਭਗ ਸਾਰਾ ਕੁਛ ਉਹਦੇ ਆਸੇ ਪਾਸੇ ਸੀਡੀ ਵੀ ਘੁੰਮਦੀ, ਜਾਂ ਤੁਸੀਂ ਬੱਚੇ ਨਾਲ ਡੀਲ ਕਿਵੇਂ ਕਰਨਾ। ਜਦੋਂ ਤੁਸੀਂ ਲੈਂਗੁਏਜ ਦੇ ਵਿੱਚ ਆਉਂਦੇ ਹੋ, ਉਦੋਂ ਹੁੰਦਾ ਕਿ ਤੁਸੀਂ ਫਲਾਨੀ ਜੇ ਪੰਜਾਬੀ ਪੜ੍ਹਾਉਣੀ ਆ ਤਾਂ ਉਦੋਂ ਕਿਹੜੇ ਕਿਹੜੇ ਟੂਲ ਵਰਤਣੇ ਆ, ਭਾਸ਼ਾ ਉਹ ਕਿਵੇਂ ਸਿੱਖੂਗਾ, ਕਿਹੜੀ ਚੀਜ਼ ਲਰਨਿੰਗ ਦਾ ਪਾਰਟ ਹੈ, ਕਿਹੜੀ ਐਕੋਜੀਸ਼ਨ ਦਾ ਪਾਰਟ ਹੈ, ਫਿਰ ਉਹ 'ਚ ਲੈਂਗੁਏਜ ਸਕਿੱਲਜ਼ ਆ ਜਾਂਦੀਆਂ। ਕਹਿੰਦਾ ਮਤਲਬ ਕਿ ਜੇ ਤੁਹਾਨੂੰ CDP ਬੇਸਿਕ ਤੁਹਾਡੀ ਪਕੜ ਹੈਗੀ ਹੈ ਚੰਗੀ, ਫਿਰ ਲੈਂਗੁਏਜ ਦੀ ਪੈਡਾਗੋਜੀ 'ਚ ਨੰਬਰ ਨਹੀਂ ਕਦੇ ਵੀ ਘੱਟਦੇ। ਇਹ ਕਦੇ ਵੀ ਨਹੀਂ ਹੋਊਗਾ ਕਿ ਤੁਸੀਂ ਸਿਰਫ ਪੰਜਾਬੀ ਦੀ ਪੈਡਾਗੋਜੀ ਪੜ੍ਹ ਕੇ ਪੰਜਾਬੀ ਦੇ ਵਿੱਚ ਨੰਬਰ ਲੈ ਜਾਓਗੇ, ਨਹੀਂ, ਉਹਦਾ ਬੇਸ ਤੁਹਾਡਾ ਮੇਨ CDP। ਤੇ ਤੁਹਾਨੂੰ ਪਤਾ ਕਿ ਤੁਹਾਡੇ ਸਿਲੇਬਸ ਦੀ ਡਿਜ਼ਾਈਨਿੰਗ ਦੇ ਮੁਤਾਬਕ 45-15 ਤੁਹਾਡੇ SST 'ਚ ਬਣਦੇ ਆ, ਇਹਦੇ ਪੈਡਾਗੋਜੀ ਦੇ ਸਵਾਲ 60 ਦੇ ਵਿੱਚੋਂ ਅੰਗਰੇਜ਼ੀ ਤੇ ਪੰਜਾਬੀ 'ਚ, ਮੰਨ ਲਓ 10 ਸਵਾਲ ਇਹ, 15-25 ਤੇ ਦੂਜੇ 30, ਠੀਕ ਹੈ, 55-60 ਸਵਾਲ ਮਤਲਬ ਮੋਟੇ ਮੋਟੇ ਤੁਹਾਡੇ ਸਿੱਧਾ CDP ਦੇ ਨਾਲ ਜੁੜੇ ਹੋਏ ਆ, ਠੀਕ ਹੈ, ਮਤਲਬ ਸਿਰਫ 30 ਨੰਬਰ ਨਹੀਂ ਹੈ, ਜਿਹੜੇ ਬਾਕੀ ਵੀ ਫਿਰਦੇ ਆ ਉਹਦਾ ਬੇਸ ਵੀ ਉਹੀ ਹੈ। ਇਸ ਕਰਕੇ ਹੁਣ ਜਦੋਂ ਵੀ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸ਼ੁਰੂ ਹੋਈ ਨੂੰ ਬੇਸ ਬੈਚ? 1 ਫਰਵਰੀ ਤੋਂ ਹੋਇਆ, ਠੀਕ ਹੈ, ਚਲੋ ਕਾਫੀ ਟਾਈਮ ਲੰਘ ਚੁੱਕਿਆ, ਪਰ ਹੁਣ ਇਸ ਤੋਂ ਬਾਅਦ ਜਦੋਂ ਵੀ ਤੁਹਾਡੀ ਕਲਾਸ ਲੱਗਦੀ ਹੈ, ਜਦੋਂ ਵੀ ਤੁਸੀਂ CDP 'ਚ ਟਰਮਸ ਪੜ੍ਹਦੇ ਹੋ, ਪਿਆਜ਼ੇ ਦੀਆਂ, ਚਮਸਕੀ, ਵਗੋਸਕੀ, ਸਿਕਿੰਦਰ, ਕੋਸ਼ਿਸ਼ ਕਰਨਾ ਕਿ ਉਹਨਾਂ ਦੇ ਉਹਨਾਂ ਨੂੰ ਪੰਜਾਬੀ 'ਚ ਕੀ ਬੋਲਦੇ ਆ, ਉਹਨਾਂ ਦੀ ਟਰਾਂਸਲੇਸ਼ਨ ਜਿਹੜੀ ਹੈਗੀ ਉਹ ਨਾਲ ਨਾਲ ਨੋਟ ਕਰਦੇ ਜਾਏ, ਕਿਉਂਕਿ ਪੰਜਾਬੀ ਸਵਾਲ ਇਹੀ ਆਉਂਦੇ ਰਹੇ ਆ ਕਿ ਦੱਸੋ ਜੀ LED ਨੂੰ ਕੀ ਕਹਿੰਦੇ ਆ, ਅਵੈਲੂਏਸ਼ਨ ਨੂੰ ਪੰਜਾਬੀ 'ਚ ਕੀ ਕਹਿੰਦੇ ਆ, ਅਵਲੋਕਣ ਕੀ ਹੁੰਦਾ, ਅਬਜ਼ਰਵੇਸ਼ਨ ਨੂੰ ਪੰਜਾਬੀ 'ਚ ਕੀ ਕਹਿੰਦੇ ਆ, ਸ਼ਬਦਾਂ ਦੀ ਜਿਹੜੀ ਟਰਾਂਸਲੇਸ਼ਨ ਆ ਨਾ ਲੈਂਗੁਏਜ ਦੇ ਵਿੱਚ ਉਹ ਪੁੱਛੀ ਜਾਂਦੀ ਆ। CDP 30 ਨੰਬਰ ਦਾ ਪੇਪਰ ਦਿਓਗੇ ਤਾਂ ਤੁਹਾਡੇ ਬਰਾਬਰ ਇੰਗਲਿਸ਼ ਵੀ ਹੈ ਨਾਲ ਪੰਜਾਬੀ ਵੀ, ਨਹੀਂ ਇੰਗਲਿਸ਼ ਸਮਝ ਆਊ ਤਾਂ ਪੰਜਾਬੀ 'ਚ ਦੇਖ ਲਓਗੇ, ਪੰਜਾਬੀ ਸਮਝ ਨਹੀਂ ਆਈ ਇੰਗਲਿਸ਼ ਦੇਖ ਲਓਗੇ, ਪਰ ਜਦੋਂ ਇੰਗਲਿਸ਼ ਦੀ ਪੈਡਾਗੋਜੀ ਕਰਨੀ ਆ ਉਦੋਂ ਪੰਜਾਬੀ ਨਹੀਂ ਹੈਗੀ, ਉਦੋਂ ਉਹ ਸਾਰੀਆਂ ਟਰਮਸ ਤੁਹਾਨੂੰ ਇੰਗਲਿਸ਼ 'ਚ ਪਤਾ ਹੋਣੀ ਚਾਹੀਦੀ। ਇਹੀ ਮਸਲਾ ਪੰਜਾਬੀ ਦਾ ਕਿ ਜਦੋਂ ਪੰਜਾਬੀ 'ਚ ਕਰਨਾ ਤੁਸੀਂ, ਉਦੋਂ ਸਾਰੀਆਂ ਟਰਮਸ ਦੀ ਡੈਫੀਨੇਸ਼ਨ, ਉਹਨਾਂ ਦਾ ਨਾਮ ਤੁਹਾਨੂੰ ਪੰਜਾਬੀ 'ਚ ਪਤਾ ਹੋਣਾ ਚਾਹੀਦਾ। ਇਹੀ ਹੋਇਆ ਸੀ ਇੱਕ ਵਾਰੀ, ਸਵਾਲ ਆਇਆ ਭਾਸ਼ਾ ਗ੍ਰਹਿਣ ਉਪਕਰਨ ਕੀ ਹੁੰਦਾ, ਪੜ੍ਹਿਆ ਸੀ ਬਹੁਤਿਆਂ ਨੇ ਕਿ LED ਹੁੰਦਾ, ਪੜ੍ਹਿਆ ਸੀ ਕਿ ਚਮਸਕੀ ਦਾ ਹੁੰਦਾ, ਇਹ ਨਹੀਂ ਸੀ ਪਤਾ ਕਿ LED ਨੂੰ ਹੀ ਕਹਿੰਦੇ ਆ, ਇਹ ਨਾ ਪਤਾ ਹੋਣ ਕਰਕੇ ਸਵਾਲ ਗਲਤ ਹੋ ਗਿਆ। ਕਿੰਨੀ ਹਾਸੋਹੀਣੀ ਗੱਲ ਬਣੀ, ਚੀਜ਼ ਆਉਂਦੀ ਆ ਬਟ ਇਹ ਪਤਾ ਨਹੀਂ ਇਹਨੂੰ ਪੰਜਾਬੀ 'ਚ ਕੀ ਕਹਿੰਦੇ ਆ, ਠੀਕ ਹੈ। ਇਸ ਕਰਕੇ ਇਸ ਐਂਗਲ ਤੋਂ ਥੋੜ੍ਹਾ ਜਿਹਾ ਅੱਗੇ ਤੋਂ ਆਪਦਾ ਧਿਆਨ ਦੇ ਨਾਲ ਪੜ੍ਹਦੇ ਰਹੋ। ਜਿਹੜਾ ਹੈਗਾ ਆਪਣਾ ਸਿਲੇਬਸ, ਪਹਿਲਾਂ ਫੋਕਸ ਕਰਾਂਗੇ ਗਰਾਮਰ 'ਤੇ, ਕਿਉਂਕਿ ਗਰਾਮਰ ਟੈਕਨੀਕਲੀ ਹੈ, ਥੋੜ੍ਹਾ ਜਿਹਾ ਟਾਈਮ ਲੈਣਾ, ਠੀਕ ਹੈ। ਸਾਰੇ ਬੰਦੇ ਤੁਸੀਂ ਪੜ੍ਹ ਕੇ ਆਏ ਹੋ ਸਕੂਲ ਪੱਧਰ ਤੱਕ, ਉਦੋਂ ਬਾਅਦ ਗ੍ਰੈਜੂਏਸ਼ਨ 'ਚ ਵੀ ਪੜ੍ਹੀ ਹੋਣੀ ਹੈ, ਚਲੋ ਜਿਨ੍ਹਾਂ ਨੇ BED 'ਚ ਪੰਜਾਬੀ ਦਾ ਕੰਬੀਨੇਸ਼ਨ ਉਹਨਾਂ ਨੇ ਵੀ ਪੜ੍ਹੀ ਹੋਣੀ ਹੈ, ਕੋਈ MA ਪੰਜਾਬੀ ਵੀ ਹੈ ਤੁਹਾਡੇ 'ਚ? ਅੱਛਾ, ਕਿੰਨਾ ਟਾਈਮ ਹੋ ਗਿਆ? ਕੁਛ ਕਰਦੇ ਪਏ ਹੋ? ਕੋਰਸਪੋਂਡੈਂਸ ਕਿ ਰੈਗੂਲਰ ਕਿਤੇ? ਅੱਛਾ, ਓਕੇ, ਚਲੋ। ਜਿਹੜਾ ਵਿਆਕਰਨ ਹੈ ਉਹ ਪੱਧਰ ਤਾਂ ਤੁਹਾਡਾ ਹੈਗਾ ਉਹਦਾ 10ਵੀਂ ਤੱਕ,
ਦਸਵੀਂ ਤੱਕ ਦੀ ਵਿਆਕਰਨ ਹੀ ਆਉਣੀ ਹੈ, ਪਰ ਉਦਾਂ ਨਹੀਂ ਆਉਣੀ ਜਿੱਦਾਂ ਦਸਵੀਂ ਦੇ ਵਿਦਿਆਰਥੀ ਨੂੰ ਆਉਣੀ, ਉਦਾਂ ਨਹੀਂ ਆਉਣੀ, ਠੀਕ ਹੈ? ਕਿਉਂਕਿ ਤੁਸੀਂ ਤਾਂ ਦਸਵੀਂ ਵਾਲੇ ਨੂੰ ਪੜ੍ਹਾਉਣਾ ਹੈ, ਇਸ ਕਰਕੇ ਤੁਹਾਡੇ ਤੋਂ ਜ਼ਿਆਦਾ ਡਿਮਾਂਡ ਕੀਤੀ ਜਾਂਦੀ ਹੈ ਕਿ ਤੁਹਾਨੂੰ ਉਹਨਾਂ ਚੀਜ਼ਾਂ ਦਾ ਪਤਾ ਹੋਵੇ ਜਿਹੜਾ ਸਕੂਲ ਦੇ ਪੱਧਰ 'ਤੇ ਨਹੀਂ ਪਤਾ ਹੋਊ। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਹੋਣਗੀਆਂ ਤੁਹਾਡੇ ਲਈ, ਜਾਂ ਬਹੁਤ ਸਾਰੀਆਂ ਚੀਜ਼ਾਂ ਨਵੇਂ ਤਰੀਕੇ ਨਾਲ ਪੜ੍ਹਾਂਗੇ, ਸ਼ਾਇਦ ਉਸ ਤਰੀਕੇ ਨਾਲ ਨਾ ਪੜ੍ਹੀਆਂ ਹੋਣ। ਅਤੇ ਜੇ ਕਿਤੇ ਲੱਗਦਾ ਕਿ ਇਹ ਚੀਜ਼ ਨਹੀਂ ਸਮਝ ਆਉਂਦੀ ਤਾਂ ਉੱਥੇ ਚੁੱਪ ਕਰਕੇ ਹੱਥ ਖੜਾ ਕਰਕੇ ਦੱਸ ਦਿਓ ਕਿ ਮੈਨੂੰ ਨਹੀਂ ਸਮਝ ਆਉਂਦੀ, ਕਿਉਂਕਿ ਮੇਰਾ ਵਿਸ਼ਵਾਸ ਹੈ ਸਟੱਡੀ ਅਤੇ ਟੀਚਿੰਗ ਇਮਾਨਦਾਰੀ ਤੋਂ ਬਿਨਾਂ ਨਹੀਂ ਹੋ ਸਕਦੀ। ਜੇ ਜੌਬ ਲੈਣੀ ਹੈ ਪੜ੍ਹਨਾ ਤਾਂ ਉਹ ਵੀ ਇਮਾਨਦਾਰੀ ਨਾਲ ਪੜ੍ਹਨਾ ਪੈਣਾ। ਇਮਾਨਦਾਰੀ ਦਾ ਮਤਲਬ ਇਹ ਹੈ ਕਿ ਜੋ ਪੜ੍ਹਦੇ ਪਏ ਹੋ ਜੇ ਤਾਂ ਸਮਝ ਆ ਰਿਹਾ ਫਿਰ ਤਾਂ ਆਪਣੇ ਮਨ ਨੂੰ ਕਹਿਣਾ ਕਿ ਠੀਕ ਹੈ, ਜੇ ਸਮਝ ਨਹੀਂ ਆ ਰਿਹਾ ਤਾਂ ਜੋ ਤੁਹਾਡੇ ਅੰਦਰੋਂ ਆਵਾਜ਼ ਆਉਂਦੀ ਉਹ ਜ਼ਬਾਨ 'ਤੇ ਵੀ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਸਮਝ ਆ ਨਹੀਂ ਰਿਹਾ, ਸੰਗਦੇ ਬੋਲਦੇ ਨਹੀਂ ਹੈ ਕਿ ਉਹ ਕੀ ਆਖੂ ਉਹ ਕੀ ਆਖੂ ਇਹ ਤਾਂ ਨਲਾਇਕ ਆ। ਨਹੀਂ, ਕਿਸੇ ਨੇ ਤੁਹਾਡੇ, ਜੇ ਬਹੁਤ ਇੰਟੈਲੀਜੈਂਟ ਹੋ ਕਿਸੇ ਦੂਜੇ ਨੇ ਤੁਹਾਡੇ ਮੈਡਲ ਨਹੀਂ ਪਾਉਣਾ ਅਤੇ ਕਿਸੇ ਨੇ ਤੁਹਾਡੀ ਬੇਇੱਜ਼ਤੀ ਨਹੀਂ ਕਰਨੀ, ਕਿਉਂਕਿ ਤੁਸੀਂ ਤਾਂ ਸਿੱਖਣ ਆਏ ਹੋ। ਇੱਥੇ ਆਪਾਂ ਕੋਈ ਇੱਕ ਦੂਜੇ 'ਤੇ ਪ੍ਰਭਾਵ ਪਾਉਣ ਨਹੀਂ ਆਏ, ਇਹ ਤਾਂ ਬੜਾ ਹੁਸ਼ਿਆਰ ਆ, ਇਹ ਤਾਂ ਬੜਾ ਹੀ ਨਲਾਇਕ ਆ। ਨਹੀਂ, ਇਮਾਨਦਾਰ ਰਹੋਗੇ ਉਨੇ ਸੌਖੇ ਰਹੋਗੇ ਅਤੇ ਉਨੇ ਜ਼ਿਆਦਾ ਵਧੀਆ ਸਿੱਖੋਗੇ, ਠੀਕ ਹੈ? ਚਲੋ ਹੁਣ ਆਪਾਂ ਆਉਣੇ ਆਪਣੇ ਮੇਨ ਮੁੱਦੇ 'ਤੇ। ਸਭ ਤੋਂ ਪਹਿਲਾਂ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਭਾਸ਼ਾ ਜਾਂ ਬੋਲੀ ਤੋਂ, ਕਿ ਭਾਸ਼ਾ ਕੀ ਹੁੰਦੀ ਹੈ ਜਾਂ ਬੋਲੀ ਕੀ ਹੁੰਦੀ ਹੈ। ਹਾਂ, ਸਵੇਰੇ ਅੱਜ ਕਲਾਸ ਸੀ, ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਲੱਗਦਾ ਕਿ ਵੀ ਇਹ ਪੜ੍ਹਾਉਣਾ ਚਾਹੀਦਾ ਪੰਜਾਬੀ ਵਿੱਚ? ਦੋ ਵਿਦਿਆਰਥੀ ਕਹਿੰਦੇ ਕਿ ਨਹੀਂ ਸਾਨੂੰ ਤਾਂ ਨਹੀਂ ਲੱਗਦਾ ਵੀ ਕੋਈ ਪੜ੍ਹਾਉਣ ਵਾਲੀ ਚੀਜ਼ ਹੈ, ਪੜ੍ਹਿਆ ਤਾਂ ਹੋਇਆ ਜੀ ਸਾਰਾ ਕੁਛ। ਠੀਕ ਹੈ, ਅਤੇ ਚਲੋ ਉਹਨਾਂ ਨੂੰ ਮੈਂ ਦੋ ਤਿੰਨ ਸਵਾਲ ਪੁੱਛੇ, ਨਹੀਂ ਸੀ ਆਏ। ਪੁੱਛਣ ਦਾ ਮਤਲਬ ਇਹ ਨਹੀਂ ਸੀ ਕਿ ਉਹਨਾਂ ਨੂੰ ਮੈਂ ਐਂ ਕਹਿਣਾ ਕਿ ਨਹੀਂ ਤੁਸੀਂ ਨਲਾਇਕ ਹੋ, ਨਹੀਂ। ਹਾਲੇ ਤੱਕ ਤਾਂ ਪੰਜਾਬੀ ਬਾਰੇ ਅਹਿਸਾਸ ਹੀ ਨਹੀਂ ਹੋਇਆ ਕਿ ਪੜ੍ਹਨ ਵਾਲੀ ਚੀਜ਼ ਹੈ, ਬਹੁਤ ਐਨ ਹਾਲੇ ਤੱਕ ਵੀ ਹੈ ਕਿ ਰੂੰਗਾ ਹੀ ਹੈ ਤਾਂ ਛੱਡੋ, ਕੋਈ ਨਾ ਪੰਜਾਬੀ ਪੜ੍ਹਨ ਵਾਲੀ ਚੀਜ਼ ਕੋਈ ਮਦਰ ਟੰਗ ਹੀ ਆਉਂਦੀ ਹੈ, ਠੀਕ ਆ? ਪਰ ਨਹੀਂ, ਬਹੁਤ ਕੁਛ ਨਵਾਂ, ਬਹੁਤ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਮਝਣ ਵਾਲੀਆਂ ਪੜ੍ਹਨ ਵਾਲੀਆਂ। ਤੁਸੀਂ ਅੰਗਰੇਜ਼ੀ ਦੀ ਜੇ ਕੋਈ ਗਲਤੀ ਹੈ, ਮਿਸਪੈਲਟ ਹੈ, ਉਹਨੂੰ ਕੋਈ ਨਹੀਂ ਮਤਲਬ ਉਹ ਕਰ ਸਕਦਾ, ਤੁਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ। ਜੇ ਅੰਗਰੇਜ਼ੀ ਗਲਤ ਬੋਲਦਾ ਜੇ ਲਿਖੀਏ ਤੁਸੀਂ ਵੀ ਟੋਕੋ ਜਾਂ ਅਗਲਾ ਤੁਹਾਨੂੰ ਟੋਕੂਗਾ, ਅਤੇ ਜੇ ਅੰਗਰੇਜ਼ੀ ਦੀਆਂ ਗਲਤੀਆਂ ਲਈ ਟੋਕਦਾ ਤਾਂ ਪੰਜਾਬੀ ਦੀ ਗਲਤੀ ਲਈ ਕਿਉਂ ਨਾ ਟੋਕਿਆ ਜਾਵੇ? ਸਾਡੇ ਜਿੰਨੇ ਵੀ ਸਿੰਬਲ ਨੇ ਸਕ੍ਰਿਪਟ ਦੇ ਹਰ ਇੱਕ ਦੀ ਵੈਲਿਊ ਹੀ ਆ। ਮਸਲਾ ਹੈ ਕਿ ਪੰਜਾਬੀ ਲਿਖਣ ਦੇ ਵਿੱਚ ਜਿੰਨੀਆਂ ਗਲਤੀਆਂ ਕਰਦੇ ਹਾਂ ਉਨੀਆਂ ਅੰਗਰੇਜ਼ੀ 'ਚ ਨਹੀਂ ਹੈਗੀਆਂ। ਪਤਾ ਨਹੀਂ ਹੈ ਕਿੱਥੇ ਬਿੰਦੀ ਲਾਉਣੀ ਹੈ, ਕਿੱਥੇ ਨਹੀਂ ਲਾਉਣੀ, ਕਿੱਥੇ ਹਾਹੇ ਨੂੰ ਪਾਉਣਾ ਹੈ ਪੈਰ 'ਚ, ਕਿੱਥੇ ਨਹੀਂ ਪਾਉਣਾ, ਕਿੱਥੇ ਅੱਧ ਕੁ ਲੱਗਣਾ, ਕਿੱਥੇ ਨਹੀਂ ਲੱਗਣਾ। ਕਿਉਂਕਿ ਜਦੋਂ ਚੈੱਕ ਕਰਦੇ ਹਾਂ ਗ੍ਰੈਜੂਏਸ਼ਨ ਵਾਲੇ ਦੇ ਪੇਪਰ, ਉਦੋਂ ਪਤਾ ਲੱਗਦਾ, ਠੀਕ ਹੈ? ਜਿਵੇਂ ਇੱਕ ਵਧਾਵਾ ਕੇ ਲਿਖਿਆ ਵਿਦਿਆਰਥੀ ਨੇ ਕਿ ਕੁੜੀ ਗੀਤ ਗਾ ਰਹੀ ਸੀ, ਹਨਾ, ਕੁੜੀ ਗੀਤ ਗਾ ਰਹੀ ਸੀ। ਹੁਣ ਉਹਨੂੰ ਇਹ ਨਹੀਂ ਪਤਾ ਵੀ ਭਲੇ ਮਾਨਸ ਨੂੰ ਵੀ ਆਹ ਜਿਹੜੀ ਬਿੰਦੀ ਹੈ ਨਾ, ਵੀ ਇਹ ਕੋਈ ਐਵੇਂ ਨਹੀਂ ਹੈ, ਫ੍ਰੀ 'ਚ ਨਹੀਂ ਮਿਲੀ, ਇਹਦੀ ਕੋਈ ਵੈਲਿਊ ਹੀ ਹੈ। ਇੱਕ ਬਿੰਦੀ ਨੇ ਗਾ ਤੋਂ ਗਾ ਬਣਾਤਾ, ਪਰ ਅੰਗਰੇਜ਼ੀ 'ਚ ਨਹੀਂ ਤੁਸੀਂ ਗਲਤੀ ਕਰੋਗੇ। ਅੰਗਰੇਜ਼ੀ ਤਾਂ ਤੁਹਾਨੂੰ ਗੂਗਲ ਵੀ ਦੱਸ ਦਿੰਦਾ, ਵਰਡ ਵੀ ਦੱਸ ਦਿੰਦਾ, ਲਾਲ ਜੀ ਲੈਣ ਲਾ ਕੇ, ਹਨਾ, ਵੀ ਆਹ ਗਲਤ, ਇਹਨੂੰ ਸਹੀ ਕਰ ਲਓ। ਪਰ ਪੰਜਾਬੀ 'ਚ ਕਿਉਂ? ਇਸੇ ਤਰ੍ਹਾਂ ਹੀ ਥਾਵਾਂ 'ਤੇ ਲਿਖਿਆ ਹੁੰਦਾ ਪੰਜਾਬੀ ਮਾਂ
ਕੀ ਬਣ ਗਿਆ ਵੀ ਇਹ? ਕੀ ਪੜਿਆ ਜਾਊਗਾ ਇਹਨੂੰ? ਪੰਜਾਬੀ ਮਾਂ ਬੋਲੀ ਜ਼ਿੰਦਾਬਾਦ। ਹੁਣ ਇਹ ਜਿਹੜੀ ਬਿੰਦੀ ਲਾਈ ਹੈ, ਇਹ ਕਹਿੰਦੇ ਨੂੰ ਐਂ ਲੱਗਦਾ ਵੀ ਚਲੋ ਕੋਈ ਨਾ ਲਾ ਦਈਏ, ਨਾ ਲਾ ਦਈਏ, ਹਟਾ ਦਈਏ, ਫਿਰ ਕੀ ਹੈ? ਪਰ ਇਹ ਨਹੀਂ ਪਤਾ ਕਿ ਇੱਕ ਬਿੰਦੀ ਨਾਲ ਅਰਥ ਦਾ ਅਨਰਥ ਹੋ ਜਾਂਦਾ। ਪੰਜਾਬੀ ਮਾਂ ਬੋਲੀ ਹੈ, ਬੋਲੀ ਨਹੀਂ। ਬਹੁਤ ਗਲਤੀਆਂ ਹੁੰਦੀਆਂ ਸ਼ਬਦ ਜੋੜਾਂ ਚ, ਬਹੁਤ ਜ਼ਿਆਦਾ। ਠੀਕ ਹੈ, ਇੱਕ ਬਿੰਦੀ ਦੇ ਨਾਲ ਅਰਥ ਬਦਲ ਗਿਆ। ਇਹਦੇ ਨਾਲ ਮਿਲਦੇ ਜੁਲਦੇ ਚਾਰ ਸ਼ਬਦ ਆ ਪੰਜਾਬੀ ਚ, ਬੋਲਣ ਨੂੰ ਇੱਕੋ ਜਿਹੇ ਲੱਗਦੇ ਆ, ਚਾਰਾਂ ਦਾ ਫਰਕ ਹੈ। ਇੱਕ ਸ਼ਬਦ ਹੈਗਾ ਬੋਲੀ, ਇੱਕ ਸ਼ਬਦ ਹੈਗਾ ਜੀ ਬੋਲੀ। ਬੋਲੀ ਦਾ ਮਤਲਬ ਭਾਸ਼ਾ, ਬੋਲੀ ਦਾ ਮਤਲਬ ਬੈਰੀ, ਸੁਣਦਾ ਨੀ ਜਿਹਨੂੰ। ਇੱਕ ਸ਼ਬਦ ਹੈਗਾ ਪੰਜਾਬੀ ਦਾ ਬੋਲੀ, ਬੋਲੀ। ਬੋਲੀ ਦਾ ਮਤਲਬ ਸਿਧਰੀ, ਪਾਗਲ, ਜਿਹਨੂੰ ਅਕਲ ਨਾ ਹੋਵੇ, ਜਿਹਨੂੰ ਆਪਣਾ ਜਿਹਦਾ ਦਿਮਾਗ ਨੀ ਕੰਮ ਕਰਦੇ, ਇਹਨੂੰ ਕਹਿੰਦੇ ਸਧਾਰਨ ਹੈ, ਤਾਂ ਬੋਲੀ ਹੈ, ਪਗ ਕਮਲੀ ਹੈ। ਇੱਕ ਸ਼ਬਦ ਹੈਗਾ ਬੌਲੀ, ਬੌਲੀ। ਇੱਕ ਸ਼ਬਦ ਹੈਗਾ ਬੌਲੀ। ਪੰਜ ਸ਼ਬਦ ਨੇ, ਬੋਲਣ ਚ ਇੱਕੋ ਜਿਹੇ ਨੇ, ਪੰਜਾਂ ਦਾ ਅਰਥ ਵੱਖਰਾ। ਬੋਲੀ ਦਾ ਮਤਲਬ ਭਾਸ਼ਾ, ਬੋਲੀ ਦਾ ਮਤਲਬ ਬੈਰੀ, ਜਿਹਨੂੰ ਸੁਣਦਾ ਨਹੀਂ ਹੈ। ਬੌਲੀ ਦਾ ਮਤਲਬ ਕਮਲੀ, ਬੌਲੀ ਜਿਹੜੀ ਖਾਣ ਵਾਲੀ ਹੁੰਦੀ ਹੈ, ਸੁਣਿਆ ਹੋਣਾ। ਆ ਹੁੰਦਾ ਬੌਲੀ, ਕੀ ਹੁੰਦਾ? ਖੂਹ ਨੂੰ ਜਿਹੜੀਆਂ ਪੌੜੀਆਂ ਜਾਂਦੀਆਂ ਨੇ ਉਹਨਾਂ ਨੂੰ ਬੌਲੀ ਬੋਲਦੇ ਆ। ਹੁਣ ਜੇ ਤੁਸੀਂ, ਤੁਹਾਨੂੰ ਕਹਿ ਦੇ ਕੇ ਲਿਖੋ ਇਹਨਾਂ ਚੀਜ਼ਾਂ ਨੂੰ ਵਾਕ 'ਚ ਵਰਤੋ, ਤੇ ਜੇ ਸਪੈਲਿੰਗ ਹੀ ਨਹੀਂ ਪਤਾ ਤਾਂ ਵਾਕ ਕਿਵੇਂ ਲਿਖਿਆ ਜਾਊ, ਤੇ ਪੜ੍ਹਾਓਗੇ ਕਿਵੇਂ? ਤੁਹਾਡੇ ਤਾਂ ਜ਼ਿੰਮੇਦਾਰੀ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਤੁਸੀਂ ਪੜ੍ਹ ਕੇ ਸਿਰਫ ਨੌਕਰੀ ਨਹੀਂ ਲੈਣੀ, ਪੜ੍ਹਾਉਣਾ ਆਹੀ ਸਾਰਾ ਕੁਛ। ਤੇ ਪ੍ਰਾਇਮਰੀ ਵਾਲਿਆਂ ਦਾ ਛੋਟੀ ਕੋਈ ਨਹੀਂ, ਕਿਉਂਕਿ ਤੁਹਾਡਾ ਤਾਂ ਕੰਬੀਨੇਸ਼ਨ ਦਾ ਵੀ ਮਸਲਾ ਨਹੀਂ ਕੋਈ। ਤੁਹਾਨੂੰ ਤਾਂ ਅੰਗਰੇਜ਼ੀ ਵੀ ਉਨੀ ਵਧੀਆ ਹੋਣੀ ਚਾਹੀਦੀ, ਹਿੰਦੀ ਵੀ ਤੇ ਪੰਜਾਬੀ ਵੀ ਤੁਸੀਂ ਸਿਖਾਉਣਾ ਬੱਚਿਆਂ ਨੂੰ। ਆ ਜਿਹੜੇ 6ਵੀਂ ਤੋਂ ਬਾਅਦ ਵਾਲੇ ਮਾਸਟਰ ਨੇ, ਉਹ ਤਾਂ ਤੁਹਾਡੇ ਸਿਖਾਇਆ ਨੂੰ ਸਾਂਭਣਾ ਉਹਨਾਂ ਨੇ ਤਾਂ। 5ਵੀਂ ਤੱਕ ਠੀਕ ਪੜ੍ਹਾ ਕੇ ਸਿਖਾ ਕੇ ਭੇਜ ਦੇਵੋਂਗੇ। ਜਿਵੇਂ ਕਹਿੰਦੇ ਕਿ ਸਾਡਾ ਜਵਾਕ ਚੱਲਿਆ ਨਹੀਂ ਜਾਂ ਚੱਲ ਪਿਆ, ਉਹ ਚੱਲਣ ਦਾ ਮਤਲਬ ਇਹੀ ਹੁੰਦਾ ਕਿ ਉਹਨੂੰ ਲਿਖਣਾ ਪੜ੍ਹਨਾ ਠੀਕ ਆ ਗਿਆ, ਇਹਨੇ ਸਕਿੱਲਜ਼ ਠੀਕ ਬਣ ਗਈਆਂ। ਜੇ ਪ੍ਰਾਇਮਰੀ ਤੱਕ ਹੀ ਉਹਦਾ ਬੇਸ ਨਹੀਂ ਬਣਿਆ, ਬਸ ਫਿਰ ਇਹ ਚੀਜ਼ਾਂ ਨੂੰ ਪੰਜਾਬੀ ਮਤਲਬ ਕਿ ਆਮ ਬੰਦਾ ਬਹੁਤ ਲਾਈਟ ਲੈਂਦਾ ਕਿ ਵੀ ਐਡਾ ਕੋਈ ਮਸਲਾ ਨਹੀਂ ਹੈ, ਠੀਕ ਪਿਆ ਜਾਂ ਨਹੀਂ ਪਿਆ। ਬਟ ਇੱਕ ਅਧਿਆਪਕ ਹੋਣ ਦੇ ਨਾਂ ਤੇ ਇਹ ਮੁੱਢਲਾ ਫਰਜ਼ ਆ ਕਿ ਲੈਂਗੁਏਜ ਕੋਈ ਵੀ ਹੈ, ਉਹਦੇ ਸ਼ਬਦ ਜੋੜ ਤੁਹਾਨੂੰ ਪਤਾ ਹੋਣੇ ਚਾਹੀਦੇ, ਭਾਵੇਂ ਅੰਗਰੇਜ਼ੀ ਹੈ, ਭਾਵੇਂ ਹਿੰਦੀ ਹੈ, ਭਾਵੇਂ ਪੰਜਾਬੀ ਹੈ। ਸ਼ਬਦਾਂ ਦੇ ਵਿੱਚ ਇੱਕ ਅੱਧਾ ਜਿਹੜਾ ਕਹਿ ਲਈ ਕਿ ਚੇਂਜ ਕਰਦੀ ਹੈ ਨਾ, ਇੱਕ ਕਰੈਕਟਰ ਜਾਂ ਇੱਕ ਸਿੰਬਲ ਵੀ ਅਰਥ ਬਦਲ ਜਾਂਦਾ ਉਹਦਾ। ਬਹੁਤ ਸਾਰੇ ਸ਼ਬਦ ਨੇ, ਇਕੱਲਾ ਇਹ ਨਹੀਂ ਸ਼ਬਦ ਹੈਗਾ। ਠੀਕ ਹੈ, ਜਿਵੇਂ ਆ ਕੀ ਹੈ, ਸਾ, ਸ਼ਾਹ ਕੀ ਹੁੰਦਾ? ਸ਼ਾਹੂਕਾਰ। ਠੀਕ ਹੈ, ਹੁਣ ਜੇ ਵਾਕ ਲਿਖਦੇ ਕਿ ਮੈਨੂੰ ਸ਼ਾਹ ਨਹੀਂ ਆ ਰਿਹਾ, ਗਲਤ ਬਣ ਗਿਆ ਨਾ। ਠੀਕ ਹੈ, ਕੱਟਣਾ ਪੈਣਾ ਇੱਥੋਂ ਇਹਨੂੰ। ਸ਼ਬਦ ਹੈਗਾ ਸਾ, ਐਵੇਂ ਇੱਕ ਹੋਰ ਇਹਨੂੰ ਵਾਕ ਲਿਖਾਇਆ ਸੀ ਪੁਰਾਣਿਆਂ ਨੂੰ, ਉਹਨੂੰ ਵੀ ਦੱਸ ਦਿੰਦਾ। ਇੱਕ ਸ਼ਬਦ ਹੈਗਾ ਅੰਗਰੇਜ਼ੀ ਦਾ ਚੇਨ, ਚੇਨ ਨੂੰ ਪੰਜਾਬੀ ਚ ਬੋਲਦੇ ਸੀ ਕੜੀ। ਠੀਕ, ਮੰਨ ਲਓ 15 ਅਗਸਤ ਜਾਂ ਕਿਸੇ ਵੀ ਦਿਨ ਤੇ, ਜੇ 21 ਫਰਵਰੀ ਮਾਤ ਭਾਸ਼ਾ ਦਿਵਸ ਹੁੰਦਾ, ਅਧਿਆਪਕ ਲੱਗੇ ਹੋ ਤੁਸੀਂ, ਠੀਕ ਹੈ,
ਰੱਬ ਕਰੇ ਕਿਸੇ ਸਾਲ ਲੱਗ ਜਾਓ, ਉੱਤੋਂ ਮਾਸਟਰ ਗੇਡਰ ਵੀ ਆ ਜਾਵੇ, ਤੁਹਾਡਾ ਆਹ ਵੀ ਹੋ ਜਾਵੇ। ਠੀਕ ਹੈ, 2025 ਦੀ 21 ਫਰਵਰੀ ਆਵੇ, ਸਰਕਾਰ ਨੇ ਆਰਡਰ ਕੱਢਤਾ ਕਿ ਜੀ 21 ਫਰਵਰੀ ਮਾਤ ਭਾਸ਼ਾ ਦਿਵਸ ਮਨਾਉਣਾ। ਤੁਸੀਂ ਕਿਹਾ, ਤੁਹਾਨੂੰ ਕਿਹਾ ਗਿਆ ਕਿ ਤੁਸੀਂ ਚਿੱਠੀ ਲਿਖੋ, ਚਿੱਠੀ ਲਿਖ ਕੇ ਸਾਰੇ ਸਕੂਲ 'ਚ ਜਾਂ ਸਾਰੇ ਨੋਟਸ ਬੋਰਡਾਂ 'ਤੇ ਲਾਓ। ਠੀਕ ਆ, ਚਿੱਠੀ ਦੇ ਵਿੱਚ ਇਹ ਲਿਖਣਾ ਜਾਂ ਇਹ ਲਿਖਣਾ ਪੱਤਰ ਕਿ 21 ਫਰਵਰੀ ਨੂੰ ਸਕੂਲ ਦੇ ਗਰਾਊਂਡ ਦੇ ਵਿੱਚ ਇੱਕ ਚੇਨ ਬਣਾਈ ਜਾਊਗੀ, ਮਤਲਬ ਇੱਕ ਕੜੀ ਬਣਾਈ ਜਾਊਗੀ, ਹੁੰਦੀ ਹੈ ਕਿ ਹਿਊਮਨ ਚੇਨ ਬਣਾਉਣਾ ਜਦੋਂ। ਠੀਕ ਆ, ਤੁਸੀਂ ਉਹ ਲਾਗੇ ਲਿਖਣ ਕਿ 21 ਫਰਵਰੀ ਨੂੰ ਸਕੂਲ ਦੇ ਗਰਾਊਂਡ ਵਿੱਚ ਕੜੀ ਬਣਾਈ ਜਾਵੇਗੀ। ਭੁੱਲ ਕੇ ਪੈ ਗਿਆ ਇੱਥੇ ਪੈਰ 'ਚ, ਹਾਹਾ ਕੜੀ ਬਣ ਗਈ, ਘੁਲ ਗਈ ਨਾ ਕੜੀ, ਅਰਥ ਹੀ ਬਦਲ ਗਿਆ। ਇੱਕ ਸਿੰਗਲ ਹਾਹੇ ਨੇ ਸਾਰੇ ਸ਼ਬਦ ਦਾ ਅਰਥ ਬਦਲਤਾ, ਇੱਕ ਸਿੰਗਲ ਛੋਟੇ ਜਿਹੇ ਚਿੰਨ੍ਹ ਨੇ। ਇੱਕ ਤਾਂ ਹੈਗਾ ਕਿ 21 ਫਰਵਰੀ ਨੂੰ ਗਰਾਊਂਡ 'ਚ ਕੜੀ ਬਣਾਈ ਜਾਊਗੀ, ਕੋਈ ਚੇਨ ਬਣਾਈ ਜਾਊਗੀ, ਆ ਪੈ ਗਿਆ ਹਾਹਾ, ਫਿਰ ਤਾਂ ਕੜੀ ਬਣਾਈ ਜਾਊਗੀ, ਤਾਂ ਕੜੀ ਚੌਲ ਬਣ ਗਏ। ਇਹ ਮਸਲਾ ਹੈ, ਇਸੇ ਕਰਕੇ ਹੀ ਵਿਆਕਰਨ ਪੜ੍ਹਾਈ ਜਾਂਦੀ ਹੈ ਤਾਂ ਕਿ ਤੁਹਾਨੂੰ ਸ਼ੁੱਧ ਬੋਲਣਾ ਤੇ ਸ਼ੁੱਧ ਲਿਖਣਾ ਆ ਜਾਵੇ। ਵਿਆਕਰਨ ਪੜ੍ਹਾਉਣ ਦਾ ਮਕਸਦ ਨਹੀਂ ਹੁੰਦਾ ਭਾਸ਼ਾ ਨੂੰ ਸਿਖਾਉਣਾ, ਦੁਨੀਆਂ ਦੀ ਕੋਈ ਭਾਸ਼ਾ ਨਹੀਂ ਹੈ ਜਿਹੜੀ ਵਿਆਕਰਨ ਪੜ੍ਹ ਕੇ ਆਜੂਗੀ। ਤੇ ਜੇ ਤੁਹਾਨੂੰ ਕਵੇ ਕਿ ਆ ਜਾ ਅੰਗਰੇਜ਼ੀ ਸਿਖਾਵਾਂ ਤੇ ਪਹਿਲੇ ਦਿਨ ਹੀ ਟੈਂਸ ਪੜ੍ਹਾਉਣ ਲੱਗ ਜਾਏ, ਤਾਂ ਮਤਲਬ ਉਹਨੂੰ ਪੜ੍ਹਾਉਣਾ ਨਹੀਂ ਆਉਂਦਾ। ਉਹ ਬਿਲਕੁਲ ਹੀ ਗੈਰ ਵਿਗਿਆਨਕ ਤਰੀਕਾ। ਲੈਂਗੁਏਜ ਹਮੇਸ਼ਾ ਅਕੁਆਇਰ ਹੁੰਦੀ ਆ, ਅਕੁਆਇਰ ਹੁੰਦੀ ਆ ਜਾਂ ਲਰਨ ਹੁੰਦੀ ਆ, ਹੋਊਗੀ ਉਹ ਇੱਕ ਮਾਹੌਲ ਦੇ ਵਿੱਚੋਂ। ਜੇ ਕਿਤੇ ਭਾਸ਼ਾ ਬੋਲੀ ਜਾ ਰਹੀ ਹੈ ਤਾਂ ਤੁਸੀਂ ਵੀ ਸਿੱਖ ਜਾਓਗੇ, ਉਹਦੇ ਲਈ ਜ਼ਰੂਰੀ ਨਹੀਂ ਤੁਹਾਡਾ ਪੜ੍ਹੇ ਲਿਖੇ ਹੋਣਾ। ਸਾਡੇ ਡਰਾਈਵਰ ਟਰੱਕਾਂ ਵਾਲੇ ਅਨਪੜ੍ਹ ਬੰਦੇ ਕਿਵੇਂ ਮਰਾਠੀ ਬੋਲ ਲੈਂਦੇ ਆ, ਬੰਗਾਲੀ ਬੋਲ ਲੈਂਦੇ ਆ, ਪੜ੍ਹੀ ਗ੍ਰਾਮਰ ਜਮਾਂ ਨਹੀਂ ਪੜ੍ਹੀ, ਕਿਸੇ ਨੇ ਨਹੀਂ ਗ੍ਰਾਮਰ ਪੜ੍ਹੀ, ਉਹਨਾਂ ਤਾਂ ਪੰਜਾਬੀ ਦੀ ਗ੍ਰਾਮਰ ਨਹੀਂ ਪੜ੍ਹੀ, ਮਰਾਠੀ ਦੀ, ਬੰਗਾਲੀ ਦੀ, ਭੋਜਪੁਰੀ ਉੱਧਰੋਂ, ਕੰਨੜ ਦੀ ਗ੍ਰਾਮਰ ਕਿੱਥੋਂ ਪੜ੍ਹ ਲਈ, ਪਰ ਭਾਸ਼ਾ ਤਾਂ ਫਿਰ ਵੀ ਆਉਂਦੀ ਹੈ। ਇਹਦਾ ਮਤਲਬ ਕਦੇ ਵੀ ਗ੍ਰਾਮਰ ਸਿੱਖ ਕੇ ਤੁਸੀਂ ਭਾਸ਼ਾ ਨਹੀਂ ਸਿੱਖ ਸਕਦੇ, ਗ੍ਰਾਮਰ ਦਾ ਕੰਮ ਨਹੀਂ ਹੁੰਦਾ ਭਾਸ਼ਾ ਨੂੰ ਸਿਖਾਉਣਾ, ਗ੍ਰਾਮਰ ਦਾ ਕੰਮ ਹੁੰਦਾ ਸਿੱਖੀ ਹੋਈ ਭਾਸ਼ਾ ਨੂੰ ਕਰੈਕਟ ਕਰਨਾ, ਦਰੁਸਤ ਕਰਨਾ, ਤਾਂ ਕਿ ਜੋ ਤੁਸੀਂ ਸਿੱਖ ਚੁੱਕੇ ਹੋ ਉਹਨੂੰ ਸਹੀ ਬੋਲੋ ਤੇ ਸਹੀ ਲਿਖੋ। ਆਹ ਜਿਹੜੀਆਂ ਗਲਤੀਆਂ ਨੇ ਇਹੀ ਗ੍ਰਾਮਰ ਨੇ ਦੂਰ ਕਰਨੀਆਂ ਹੁੰਦੀਆਂ ਕਿ ਕਿੱਥੇ ਹਾਹਾ ਪਊਗਾ, ਕਿੱਥੇ ਹਾਹਾ ਨਹੀਂ ਪਊਗਾ, ਕਿੱਥੇ ਪੈਰ 'ਚ ਬਿੰਦੀ ਪੈਣੀ ਹੈ, ਕਿੱਥੇ ਨਹੀਂ ਪੈਣੀ ਹੈ, ਕਿੱਥੇ ਅੱਧਕ ਪੈਣਾ, ਕਿੱਥੇ ਬਿੰਦੀ ਪੈਣੀ ਹੈ, ਕਿੱਥੇ ਕੌਮਾ ਲੱਗਣਾ, ਕਿੱਥੇ ਨਹੀਂ ਲੱਗਣਾ, ਇਹ ਸਾਰੀਆਂ ਚੀਜ਼ਾਂ ਨੂੰ ਦੱਸਣ ਦਾ ਕੰਮ ਕਰਦੀ ਹੈ ਵਿਆਕਰਨ। ਇਹ ਤੁਹਾਡਾ ਪੈਡਾਗੋਜੀ ਦਾ ਵੀ ਪਾਰਟ ਹੈ, ਮੈਂ ਤਾਂ ਕਰਕੇ ਥੋੜ੍ਹਾ ਡਿਟੇਲ 'ਚ ਗੱਲਾਂ ਕਰਦਾ, ਕਿਉਂਕਿ ਪੈਡਾਗੋਜੀ 'ਚ ਸਵਾਲ ਆਉਂਦੇ ਕਿ ਵਿਆਕਰਨ ਕਿਵੇਂ ਪੜ੍ਹਾਈ ਜਾਣੀ ਚਾਹੀਦੀ ਹੈ ਵਿਦਿਆਰਥੀ ਨੂੰ, ਕੀ ਕਿਤਾਬ ਲਾ ਕੇ ਪੜ੍ਹਾਈ ਜਾਵੇ, ਕੀ ਪ੍ਰੈਕਟੀਕਲ ਪੜ੍ਹਾਈ ਜਾਵੇ, ਕੀ ਰੈਫਰੈਂਸ ਦੇ ਤੌਰ 'ਤੇ ਪੜ੍ਹਾਈ ਜਾਵੇ, ਕੀ ਵਰਬਲ ਪੜ੍ਹਾਈ ਜਾਵੇ। ਬਹੁਤ ਸਾਰੀਆਂ ਟਾਈਪਸ ਨੇ ਵਿਆਕਰਨ ਦੀਆਂ, ਤਾਂ ਵਿਆਕਰਨ ਪੜ੍ਹਾਉਣ ਦਾ ਮਕਸਦ ਇਹ ਆ ਕਿ ਤੁਹਾਨੂੰ ਸਹੀ ਤਰੀਕੇ ਨਾਲ ਲਿਖਣਾ ਆਉਂਦਾ ਹੋਵੇ ਤੇ ਸਹੀ ਤਰੀਕੇ ਨਾਲ ਪੜ੍ਹਨਾ ਆਉਂਦਾ ਹੋਵੇ। ਤੇ ਇਹ ਵੀ ਇੱਕ ਦਿਮਾਗ 'ਚ ਗੱਲ ਹੁੰਦੀ ਹੈ ਕਿ ਸਾਡਾ ਤਾਂ ਇਹ ਸਬਜੈਕਟ ਨਾਲ ਵਾਹ ਨਹੀਂ ਹੈ, ਮਤਲਬ ਕਿ ਜਿਹੜੇ ਵਿਦਿਆਰਥੀ ਨੇ ਮੈਥ ਅਧਿਆਪਕ ਲੱਗਣਾ ਹੈਗਾ, ਜਿਨ੍ਹਾਂ ਨੇ ਸਾਇੰਸ ਦੇ ਲੱਗਣਾ ਹੁੰਦਾ, ਠੀਕ ਆ, ਉਹਨਾਂ ਨੂੰ ਇਹ ਹੁੰਦਾ ਕਿ ਵੀ ਸਾਡਾ ਕੀ ਰੋਲ ਆ ਪੰਜਾਬੀ ਨਾਲ, ਪੰਜਾਬੀਆਂ ਨੂੰ ਇਹ ਹੁੰਦਾ ਕਿ ਸਾਨੂੰ ਕੀ ਕਰਾਉਣਾ ਅੰਗਰੇਜ਼ੀ ਤੋਂ, ਪੜ੍ਹਾਉਣੀ ਤਾਂ ਪੰਜਾਬੀ ਹੈ। ਨਹੀਂ, ਉਹ ਗਲਤ ਹੈ। ਤੁਸੀਂ ਸਕੂਲ ਦੇ ਵਿੱਚ ਜਿਹੜੇ ਸਕੂਲ 'ਚ ਵੀ ਜਾਣਾ, ਉੱਥੇ ਜਿਹੜਾ ਵੀ ਲੈਂਗੁਏਜ ਦਾ ਮਾਧਿਅਮ ਹੈ, ਪੰਜਾਬੀ ਹੈ, ਹਿੰਦੀ ਹੈ, ਇੰਗਲਿਸ਼ ਹੈ, ਤੁਹਾਨੂੰ ਤਿੰਨਾਂ 'ਚ ਤੁਹਾਡਾ ਮਿਨੀਮਮ ਜਿਹੜੀ ਹੈਗੀ ਨਾ ਬੇਸ ਬਣਿਆ ਹੋਣਾ ਚਾਹੀਦਾ।
ਜੇ ਤੁਹਾਨੂੰ ਲੈਂਗੁਏਜ ਆਪਣੀ 'ਚ ਨਹੀਂ ਆਪਣੀ ਨਹੀਂ ਆਉਂਦੀ ਤਾਂ ਤੁਸੀਂ ਸਿਰਫ ਸਾਰਾ ਕੁਛ ਅੰਗਰੇਜ਼ੀ 'ਚ ਨਹੀਂ ਪੜ੍ਹਾ ਸਕਦੇ। ਸਾਡੀ ਇੰਡੀਆ 'ਚ ਕਿਸੇ ਨੂੰ ਮਿਲਿਆ ਨੋਬਲ ਪ੍ਰਾਈਜ਼? ਵਿਗਿਆਨੀ ਨੂੰ ਕਿਸੇ ਨੂੰ ਨਹੀਂ ਮਿਲਿਆ। ਜਿੰਨੇ ਹੁਣ ਤੱਕ ਮਿਲੇ ਆ ਉਹ ਸਾਰੇ ਉਹਨਾਂ ਨੂੰ ਮਿਲੇ ਜਿਨ੍ਹਾਂ ਨੇ ਆਪਣੀ ਲੈਂਗੁਏਜ 'ਚ ਕੰਮ ਕੀਤਾ। ਹੁਣ ਤੱਕ ਇਹੀ ਇਲਿਊਜ਼ਨ ਹੈ ਕਿ ਜੇ ਇੰਗਲਿਸ਼ ਨਹੀਂ ਹੈ ਤਾਂ ਸਾਇੰਸ ਨਹੀਂ ਪੜ੍ਹੀ ਜਾ ਸਕਦੀ। ਉਹ ਵੱਡਾ ਇਲਿਊਜ਼ਨ ਹੈ, ਉਹ ਇਲਿਊਜ਼ਨ ਹੀ ਰਹਿਣਾ, ਉਹ ਰਿਐਲਿਟੀ ਨਹੀਂ ਹੈਗੀ। ਇੰਗਲਿਸ਼ 'ਚ ਪੜ੍ਹ ਕੇ ਹੀ ਸਾਰਾ ਕੁਝ ਸਿੱਖੋਗੇ ਇਹ ਬਿਲਕੁਲ ਗਲਤ ਧਾਰਨਾ। ਇਹਦਾ ਮਤਲਬ ਨਹੀਂ ਕਿ ਮੈਂ ਉਹਨੂੰ ਕਹਿਣਾ ਕਿ ਨਹੀਂ ਸਿੱਖਣੀ ਨਹੀਂ ਚਾਹੀਦੀ। ਮਤਲਬ ਕਿ ਜੇ ਤੁਸੀਂ, ਸਿੱਧੀ ਜਿਹੀ ਗੱਲ ਹੈ ਕਿ ਜੇ ਤੁਸੀਂ ਸਾਇੰਸ ਦਾ ਕੋਈ ਕਨਸੈਪਟ ਪੜ੍ਹਿਆ ਹੋਇਆ ਆਪਣੇ ਘਰ ਦੇ ਕਿਸੇ ਅਨਪੜ੍ਹ ਮੈਂਬਰ ਨੂੰ ਨਹੀਂ ਸਮਝਾ ਸਕਦੇ ਨਾ, ਇਹਦਾ ਮਤਲਬ ਕਿ ਤੁਸੀਂ ਸਿੱਖਿਆ ਨਹੀਂ ਹੋਇਆ ਸਹੀ। ਇਹ ਪ੍ਰੈਕਟੀਕਲ ਹੈ। ਤੁਹਾਡੇ ਘਰ ਦੇ ਬੱਚਾ, ਤੁਹਾਡਾ ਕੋਈ ਵੀ ਸਕੂਲ ਦੇ ਵਿੱਚੋਂ ਕੋਈ ਨਵੀਂ ਚੀਜ਼ ਸਿੱਖ ਕੇ ਆਉਂਦਾ, ਜੇ ਉਹ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਬੰਦੇ ਨੂੰ ਪੰਜਾਬੀ 'ਚ ਨਹੀਂ ਨਾ ਦੱਸ ਸਕਦਾ, ਇਹਦਾ ਮਤਲਬ ਉਹ ਰੱਟਾ ਮਾਰ ਕੇ ਆਇਆ, ਸਿੱਖ ਕੇ ਨਹੀਂ ਆਇਆ। ਇਹ ਗਰੰਟੀ ਹੈ ਇਸ ਗੱਲ ਦੀ। ਜਿਹੜਾ ਸਿੱਖ ਕੇ ਆਊਗਾ, ਲੈਂਗੁਏਜ ਬੈਰੀਅਰ ਨਹੀਂ ਬਣਦੀ, ਉਹਨੂੰ ਪਤਾ ਹੈ ਕਿ ਇਹਨੂੰ ਕਿਵੇਂ ਦੱਸਣਾ। ਜੇ ਇੱਦਾਂ ਦਾ ਦਿਮਾਗ 'ਚ ਕਦੇ ਹੈਗਾ ਨਾ ਹੁਣ ਵੀ ਕਿ ਸ਼ਾਇਦ ਆਹੀ ਕੁਛ ਸਾਡੇ ਵੀ ਹੈਗਾ, ਤਾਂ ਥੋੜ੍ਹਾ ਰੀਥਿੰਕ ਕਰਿਓ, ਇਨ ਫਿਊਚਰ ਬਹੁਤ ਤੰਗ ਹੋ। ਇਹਦਾ ਮਤਲਬ ਕਿ ਰੱਟਾ ਮਾਰ ਕੇ ਪੜ੍ਹੇ ਹਾਂ ਜਾਂ ਰੱਟਾ ਮਾਰ ਕੇ ਪੜ੍ਹਾਉਣ ਦੀ ਆਦਤ ਪਈ ਹੈ, ਅਤੇ ਜੇ ਇੱਦਾਂ ਪੜ੍ਹਾਇਆ ਕਿਸੇ ਨੇ ਤਾਂ ਉਹਨੇ ਨੁਕਸਾਨ ਕੀਤਾ, ਅਤੇ ਮੈਂ ਚਾਹੁੰਦਾ ਕਿ ਤੁਸੀਂ ਨਾ ਉਸ ਚੀਜ਼ ਨੂੰ ਕੰਟੀਨਿਊ ਕਰਿਓ। ਜਿੰਨਾ ਕ੍ਰੀਏਟਿਵ ਹੋਵੋਗੇ, ਕ੍ਰੀਏਟਿਵ ਹੋਣ ਦਾ ਮਤਲਬ ਕਿ ਜਿੰਨਾ ਤੁਸੀਂ ਕਿਸੇ ਚੀਜ਼ ਨੂੰ ਆਪਣੀ ਲੈਂਗੁਏਜ 'ਚ ਦੱਸ ਸਕਦੇ ਹੋ, ਉਦੋਂ ਵਧੀਆ ਗੱਲ ਕੋਈ ਨਹੀਂ ਹੈ। 3 ਇਡਿਟ ਫਿਲਮ ਦੇਖੀ ਹੋਣੀ ਹੈ, ਸਾਰਿਆਂ ਨੇ ਵੇਖੀ ਹੋਣੀ ਹੈ, ਮਸ਼ੀਨ ਦੀ ਡੈਫੀਨੇਸ਼ਨ ਵੀ ਸੁਣੀ ਹੋਣੀ ਹੈ, ਇੱਕ ਪਾਸੇ ਆਮਿਰ ਖਾਨ ਦੀ ਹੈ, ਦੂਜੇ ਪਾਸੇ ਉਹਦੀ ਆ ਉਹ ਚਮਤਕਾਰ ਦੀ, ਹਨਾ ਸੁਣਿਆ ਨਾ। ਹੁਣ ਉਹਦੇ ਲਈ ਕਿੱਡੀ ਲੰਬੀ ਚੌੜੀ ਡੈਫੀਨੇਸ਼ਨ ਦਿੰਦਾ ਉਹ ਮਸ਼ੀਨ ਦੀ। ਇੱਕ ਪਾਸੇ ਉਹ ਸਿੰਪਲ ਗੱਲ ਕਹਿੰਦਾ ਕਿ ਜੀ ਉਹ ਚੀਜ਼ ਜਿਹੜੀ ਬੰਦੇ ਦਾ ਕੰਮ ਸੌਖਾ ਕਰਦੀ ਉਹ ਮਸ਼ੀਨ। ਮਤਲਬ ਇਦੋਂ ਕ੍ਰੀਏਟਿਵ ਡੈਫੀਨੇਸ਼ਨ ਕੀ ਹੋ ਸਕਦੀ ਹੈ, ਕਿਉਂਕਿ ਉਹ ਬੰਦੇ ਨੇ ਖੁਦ ਕ੍ਰੀਏਟ ਕੀਤੀ ਆ ਉਹ। ਤੇ ਜਿਹੜੀ ਚੀਜ਼, ਜਿਹੜੀ ਥਿੰਕਿੰਗ ਤੁਹਾਡੀ ਕ੍ਰੀਏਟਿਵ ਹੋਊਗੀ, ਤੁਹਾਡੀ ਮੌਲਿਕ ਹੋਊਗੀ, ਉਸੇ ਨੇ ਤੁਹਾਡੀ ਪਛਾਣ ਬਣਾਉਣੀ ਹੈ। ਬਣੀਆਂ ਬਣਾਈਆਂ ਚੀਜ਼ਾਂ ਨੂੰ ਰਿਪੀਟ ਕਰਨਾ ਕਿਸੇ ਨੇ ਤੁਹਾਨੂੰ ਪੁੱਛਣਾ ਨਹੀਂ, ਤੇ ਸਕੂਲ 'ਚ ਵੈਲਿਊ ਵੀ ਤੁਹਾਡੀ ਤੁਹਾਡੀ ਨੌਲੇਜ ਨੇ ਪਾਉਣੀ ਹੈ, ਤੁਹਾਡੀ ਪਰਸਨੈਲਿਟੀ ਨੇ ਪਾਉਣੀ ਹੈ। ਪਰਸਨੈਲਿਟੀ ਬਣਾਉਣੀ ਤੁਹਾਡੀ CDP ਨੇ, ਉੱਥੇ ਤੁਹਾਡਾ ਸਬਜੈਕਟ ਪੜ੍ਹਾਉਣ ਵਾਲੇ ਬਹੁਤ ਹੋਣਗੇ, ਪਰ ਤੁਸੀਂ ਉਹੀ ਵਿਸ਼ਾ ਵੱਖਰੇ ਢੰਗ ਨਾਲ ਕਿਵੇਂ ਪੜ੍ਹਾਉਣੇ ਹੋ, ਸਾਰਾ ਮਸਲਾ ਇੱਥੇ ਖੜਿਆ ਕਿ ਤੁਸੀਂ ਉਸੇ ਢੰਗ ਨਾਲ ਹੀ ਸਾਇੰਸ ਪੜ੍ਹਾਈ ਜਾਂਦੇ ਜਿਵੇਂ ਪਹਿਲਾਂ ਪੜ੍ਹਾਈ ਜਾਂਦੇ, ਉਸੇ ਢੰਗ ਨਹੀਂ ਮੈਥ ਪੜ੍ਹਾਈ ਜਾਂਦੇ, ਬਲੈਕਬੋਰਡ ਦੇ ਮਾਧਿਅਮ ਦੇ ਰਾਹੀਂ ਕਿ ਵਿਦਿਆਰਥੀ ਨੂੰ ਕਦੇ ਗਰਾਊਂਡ 'ਚ ਲੈ ਕੇ ਗਏ ਹੋ। ਆ ਜਿੰਨੇ ਵੀ ਹੁਣ ਸਕੂਲਾਂ 'ਚ ਹੋ ਰਹੇ ਆ, ਮਤਲਬ ਕਿ ਬਣਦੇ ਪਏ ਨੇ ਪਾਰਕ, ਉਹ ਕ੍ਰੀਏਟਿਵ ਬੰਦੇ ਨਹੀਂ ਬਣਾਏ ਨੇ। ਪੁਰਾਣੇ ਬੰਦੇ ਤਾਂ ਹੁਣ ਵੀ ਉਹੀ ਹੈ, ਕਾਪੀ ਸਿਸਟਮ, ਠੀਕ ਹੈ, ਪੈਨ ਕਾਪੀ ਜਾਂ ਬੋਰਡ 'ਤੇ, ਉਹ ਸਾਰੀਆਂ ਚੀਜ਼ਾਂ ਆਊਟਡੇਟਡ ਹੋ ਚੁੱਕੀਆਂ। ਤੁਹਾਡੀ ਜੇ ਪਛਾਣ ਬਣਨੀ ਹੈਗੀ ਆ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਬਣਾਉਣੀ ਹੈ, ਕਿ ਤੁਹਾਡਾ ਮਕਸਦ ਹੋਣਾ ਚਾਹੀਦਾ ਕਿ ਜਿਹੜਾ ਸਟੂਡੈਂਟ ਆ ਗਿਆ ਉਹਨੂੰ ਗੱਲ ਸਮਝਾਉਣੀ ਚਾਹੀਦੀ ਹੈ, ਤੇ ਹਰ ਸਮਝੀ ਹੋਈ ਗੱਲ ਨੂੰ ਆਪਣੀ ਭਾਸ਼ਾ 'ਚ ਦੱਸ ਸਕੇ, ਬਸ ਇੰਨਾ ਹੀ ਹੈ। ਜੇ ਉਹ ਆਪਣੀ ਭਾਸ਼ਾ 'ਚ ਦੱਸ ਨਹੀਂ ਸਕਦਾ, ਇਹਦਾ ਮਤਲਬ ਕਿ ਉਹਦੇ ਗੱਲ ਸਮਝ 'ਚ ਨਹੀਂ ਬੈਠੀ, ਉਹ ਸਿਰਫ ਉਹਨੇ ਰੱਟਿਆ ਹੋਇਆ, ਉਹ ਸਿਰਫ ਰੋਟ ਲਰਨਿੰਗ ਤੱਕ, ਮੈਮਰੀ ਤੱਕ ਰਹਿ ਜਾਂਦੀ ਹੈ। ਕਨਸੈਪਟ ਹੈਗਾ ਲੈਂਗੁਏਜ ਦਾ, ਅਦਰ ਲੈਂਗੁਏਜ 'ਚ ਪੜ੍ਹੀ ਹੋਈ ਚੀਜ਼ ਮੈਮਰੀ ਦੇ ਪੱਧਰ ਤੱਕ ਹੁੰਦੀ ਹੈ, ਮਦਰ ਟੰਗ 'ਚ ਪੜ੍ਹੀ ਹੋਈ ਚੀਜ਼ ਹੀ ਅੰਡਰਸਟੈਂਡਿੰਗ ਤੱਕ ਜਾਂਦੀ ਹੈ, ਅਤੇ ਮੈਮਰੀ ਦੀ ਅੰਡਰਸਟੈਂਡਿੰਗ ਦਾ ਫਰਕ ਹੁੰਦਾ। ਮੈਮਰੀ ਦੀ ਟੈਂਪਰੇਰੀ ਹੁੰਦੀ ਹੈ, ਉਹਨੇ ਵਾਸ਼ ਹੋ ਜਾਣਾ ਹੁੰਦਾ, ਜਿਹੜੀ ਚੀਜ਼ ਅੰਡਰਸਟੈਂਡਿੰਗ ਤੱਕ ਪਹੁੰਚ ਗਈ ਨਾ, ਉਹਨੇ ਕੰਟੀਨਿਊ ਰਹਿਣਾ ਹੁੰਦਾ, ਉਹ ਲੰਮਾ ਸਮਾਂ ਚੱਲਦਾ। ਠੀਕ ਹੈ, ਚਲੋ ਵਾਪਸ ਆਉਂਦੇ ਆਪਾਂ ਹੁਣ ਆਪਣੇ ਮਸਲੇ 'ਤੇ। ਸਭ ਤੋਂ ਪਹਿਲਾ ਸਵਾਲ ਹੈ ਕਿ ਭਾਸ਼ਾ ਜਾਂ ਬੋਲੀ ਕੀ ਹੈ। ਭਾਸ਼ਾ ਤੇ ਬੋਲੀ ਨੰਬਰ 1 ਤਾਂ ਇੱਕੋ ਹੀ ਸ਼ਬਦ ਹੈ, ਇਹਦੇ ਵਿੱਚ ਕੋਈ ਫਰਕ ਨਹੀਂ ਹੈ,
ਠੀਕ ਹੈ। ਬਹੁਤੇ ਕਹਿੰਦੇ ਕਿ ਜੀ ਭਾਸ਼ਾ ਉਹ ਹੁੰਦੀ ਹੈ ਜਿਹੜੀ ਅਸੀਂ ਲਿਖਦੇ ਹਾਂ, ਬੋਲੀ ਉਹ ਹੁੰਦੀ ਜਿਹੜੀ ਅਸੀਂ ਬੋਲਦੇ ਹਾਂ। ਜਾਂ ਵਿਦਿਆਰਥੀ ਜਵਾਬ ਦਿੰਦੇ ਕਿ ਭਾਸ਼ਾ ਉਹ ਹੁੰਦੀ ਹੈ ਜਿਹੜੀ ਨਿਯਮਾਂ ਦੇ ਅਧੀਨ ਚੱਲਦੀ ਹੈ, ਬੋਲੀ ਉਹ ਹੁੰਦੀ ਜਿਹਦੇ 'ਚ ਕੋਈ ਨਿਯਮ ਨਹੀਂ ਹੁੰਦਾ। ਮਤਲਬ ਇੱਦਾਂ ਦੀਆਂ ਡੈਫੀਨੇਸ਼ਨ ਜਾਂ ਇੱਦਾਂ ਦੀਆਂ ਚੀਜ਼ਾਂ ਪੜ੍ਹ ਕੇ ਪਤਾ ਨਹੀਂ ਕਿੱਥੋਂ ਆਈਆਂ, ਉਹ ਬਿਲਕੁਲ ਗਲਤ ਹੈ। ਭਾਸ਼ਾ ਅਤੇ ਬੋਲੀ ਇੱਕੋ ਹੀ ਚੀਜ਼, ਕੋਈ ਫਰਕ ਨਹੀਂ, ਠੀਕ ਹੈ। ਸਿਰਫ ਸ਼ਬਦਾਂ ਦਾ ਫਰਕ ਹੈ, ਜਿਹੜੀ ਹੈਗੀ ਹੈ ਭਾਸ਼ਾ, ਜਿਹੜਾ ਆਹ ਸ਼ਬਦ ਹੈਗਾ ਭਾਸ਼ਾ, ਇਹ ਹੈਗਾ ਸੰਸਕ੍ਰਿਤ ਦਾ ਸ਼ਬਦ, ਭਾਸ਼ਾ ਹੈਗਾ ਸੰਸਕ੍ਰਿਤ ਦਾ ਸ਼ਬਦ। ਬੋਲੀ ਹੈਗਾ ਜੀ ਪੰਜਾਬੀ ਦਾ ਸ਼ਬਦ, ਜਿਹੜਾ ਭਾਸ਼ਾ ਇਹਦਾ ਜਿਹੜਾ ਰੂਟ ਵਰਡ ਹੈਗਾ, ਮਤਲਬ ਜਿਹਨੂੰ ਅਸੀਂ ਧਾਤੂ ਬੋਲਦੇ ਨਾ, ਮੂਲ ਸ਼ਬਦ ਹੈਗਾ ਭਾਸ਼। ਬੋਲੀ ਦਾ ਜਿਹੜਾ ਰੂਟ ਵਰਡ ਹੈਗਾ ਉਹ ਹੈਗਾ ਬੋਲ। ਭਾਸ਼ ਦਾ ਮਤਲਬ ਹੁੰਦਾ ਉਹ ਸ਼ਬਦ ਜਿਹੜੇ ਜ਼ੁਬਾਨ ਜਾਂ ਜੀਭ ਰਾਹੀਂ ਪੈਦਾ ਹੁੰਦੇ ਆ। ਬੋਲ ਦਾ ਮਤਲਬ ਵੀ ਉਹੀ ਹੈ ਕਿ ਜਿਹੜੇ ਸ਼ਬਦ ਜੀਵ ਰਾਹੀਂ ਪੈਦਾ ਹੁੰਦੀ ਹੈ। ਤਾਂ ਉਸੇ ਸਿੰਪਲ ਜੀ ਡੈਫੀਨੇਸ਼ਨ ਬਣ ਜਾਂਦੀ ਆ ਕਿ ਭਾਸ਼ਾ ਜਾਂ ਬੋਲੀ ਉਹ ਹੁੰਦੀ ਆ, ਭਾਸ਼ਾ ਜਾਂ ਬੋਲੀ ਉਹਨਾਂ ਸ਼ਬਦਾਂ ਦਾ ਸਮੂਹ ਹੁੰਦੀ ਹੈ ਜਿਹੜੇ ਸ਼ਬਦ ਜੀਵ ਦੇ ਰਾਹੀਂ ਪੈਦਾ ਹੁੰਦੇ, ਉਹਨੂੰ ਅਸੀਂ ਭਾਸ਼ਾ ਬੋਲਦੇ ਹਾਂ, ਠੀਕ ਹੈ। ਆਮ ਤੌਰ 'ਤੇ ਤੁਸੀਂ ਉਹ ਡੈਫੀਨੇਸ਼ਨ ਬਹੁਤ ਪੜ੍ਹੀ ਹੋਣੀ ਆ ਕਿ ਭਾਸ਼ਾ ਉਹ ਹੁੰਦੀ ਹੈ ਜਿਹਦੇ ਰਾਹੀਂ ਅਸੀਂ ਕਮਿਊਨੀਕੇਸ਼ਨ ਕਰਦੇ ਹਾਂ ਜਾਂ ਆਪਣੇ ਮਨ ਦੀਆਂ ਭਾਵਨਾਵਾਂ ਦੂਜਿਆਂ ਤੱਕ ਪ੍ਰਗਟਾਉਂਦੇ ਹਾਂ, ਠੀਕ ਹੈ, ਉਹਦਾ ਕੋਈ ਮਸਲਾ ਨਹੀਂ ਹੈ। ਬਟ ਆਪਾਂ ਨਵੇਂ ਐਂਗਲ ਤੋਂ ਚੀਜ਼ਾਂ ਨੂੰ ਪੜ੍ਹਨਾ, ਠੀਕ ਹੈ। ਬੋਲੀ ਦਾ ਕੇਂਦਰ ਬੋਲ, ਬੋਲ ਉਹ ਹੈ ਜੋ ਤੁਹਾਡੀ ਜ਼ੁਬਾਨ ਤੋਂ ਪੈਦਾ ਹੁੰਦਾ। ਭਾਸ਼ਾ, ਭਾਸ਼ ਦਾ ਮਤਲਬ ਵੀ ਜੋ ਸ਼ਬਦ ਜ਼ੁਬਾਨ ਤੋਂ ਪੈਦਾ ਹੁੰਦੇ। ਇਸੇ ਤਰ੍ਹਾਂ ਸੰਸਕ੍ਰਿਤ ਨੂੰ ਭਾਖਾ ਵੀ ਬੋਲਿਆ ਜਾਂਦਾ, ਭਾਖਾ। ਭਾਸ਼ਾ ਨੂੰ ਭਾਖਾ ਬੋਲਿਆ ਜਾਂਦਾ, ਠੀਕ ਹੈ, ਦੋ ਵਰਜਨ ਹੈ ਇਹਦੇ। ਇਸੇ ਤਰ੍ਹਾਂ ਭਾਖਾ ਦਾ ਮਤਲਬ ਵੀ ਹੁੰਦਾ ਜੀਵ ਰਾਹੀਂ ਜੋ ਪੈਦਾ ਹੁੰਦਾ। ਅੰਗਰੇਜ਼ੀ ਦੇ ਵਿੱਚ ਇਹਨੂੰ ਬੋਲਦੇ ਨੇ ਲੈਂਗੁਏਜ। ਲੈਂਗੁਏਜ ਸ਼ਬਦ ਬਣਿਆ ਜੀ ਲਿੰਗੂਆ ਤੋਂ। ਉਰਦੂ ਦੇ ਵਿੱਚ ਭਾਸ਼ਾ ਨੂੰ ਕਹਿੰਦੇ ਨੇ ਜ਼ੁਬਾਨ। ਅਰਬੀ ਦੇ ਵਿੱਚ ਇਹਨੂੰ ਕਹਿੰਦੇ ਨੇ ਲਿਸਾਨ। ਉਰਦੂ ਚ ਜ਼ੁਬਾਨ, ਅਰਬੀ ਚ ਲਿਸਾਨ, ਲੈਂਗੁਏਜ ਇੰਗਲਿਸ਼ ਦੇ ਵਿੱਚ ਲੈਂਗੁਏਜ, ਲੈਂਗੁਏਜ ਬਣੇ ਲਿੰਗੂਆ ਤੋਂ। ਲਿੰਗੂਆ ਦਾ ਮਤਲਬ ਵੀ ਜੀਵ ਹੁੰਦਾ, ਲਿਸਾਨ ਦਾ ਮਤਲਬ ਵੀ ਜੀਵ ਹੁੰਦਾ, ਜ਼ੁਬਾਨ ਦਾ ਮਤਲਬ ਵੀ ਜੀਵ ਹੁੰਦਾ, ਠੀਕ ਹੈ। ਜ਼ੁਬਾਨ ਤਾਂ ਆਮ ਤੌਰ ਤੇ ਹੀ ਵਰਤਦੇ। ਜਿਹੜਾ ਜੀਵ ਹੈ ਉਹ ਸਾਡਾ ਇੱਕ ਫਿਜ਼ੀਕਲ ਔਰਗਨ ਹੈ ਜਿਹੜਾ ਸਾਡੇ ਮੂੰਹ ਦੇ ਵਿੱਚ, ਜਿਹਦਾ ਕੰਮ ਹੈ ਟੇਸਟ ਦੱਸਣਾ, ਠੀਕ ਹੈ, ਖਾਣਾ ਚਿੱਥਣਾ। ਤੇ ਜਦੋਂ ਇਹ ਜੀਵ ਆਵਾਜ਼ਾਂ ਪੈਦਾ ਕਰਦੀ ਹੈ, ਉਹਨਾਂ ਆਵਾਜ਼ਾਂ ਨੂੰ ਅਸੀਂ ਭਾਸ਼ਾ ਬੋਲਦੇ। ਸਾਰੀਆਂ ਜਿੰਨੀਆਂ ਵੀ ਲੈਂਗੁਏਜ ਹੈਗੀਆਂ ਉਹਦੇ ਵਿੱਚ ਜਦੋਂ ਭਾਸ਼ਾ ਦੀ ਡੈਫੀਨੇਸ਼ਨ ਦਿੱਤੀ ਜਾਂਦੀ ਹੈ ਤਾਂ ਉਹਦੇ ਸੈਂਟਰ 'ਚ ਜਿਹੜਾ ਔਰਗਨ ਆਉਂਦਾ ਉਹ ਜੀਵ ਆਉਂਦਾ। ਤਾਂ ਉੱਥੋਂ ਇੱਕ ਕੇਂਦਰੀ ਡੈਫੀਨੇਸ਼ਨ ਬਣ ਜਾਂਦੀ ਹੈ, ਸੈਂਟਰਲ ਡੈਫੀਨੇਸ਼ਨ, ਕਿ ਜੀਵ ਦੇ ਰਾਹੀਂ ਪੈਦਾ ਹੋਣ ਵਾਲੀਆਂ ਆਵਾਜ਼ਾਂ ਜਾਂ ਬੋਲਾਂ ਦੇ ਸਮੂਹ ਨੂੰ ਹੀ ਭਾਸ਼ਾ ਬੋਲਿਆ ਜਾਂਦਾ, ਜੋ ਵੀ ਜੀਵ ਦੇ ਰਾਹੀਂ ਪੈਦਾ ਹੁੰਦਾ, ਠੀਕ ਹੈ। ਤੇ ਤੁਸੀਂ ਸੁਣਿਆ ਵੀ ਹੋਣਾ ਕਿ ਮੈਂ ਉਸ ਬੰਦੇ ਨੂੰ ਜ਼ੁਬਾਨ ਦਿੱਤੀ ਹੈ। ਜ਼ੁਬਾਨ ਦਾ ਮਤਲਬ ਮੈਨੂੰ ਪ੍ਰੋਮਿਸ ਕੀਤਾ, ਠੀਕ ਹੈ, ਮੈਂ ਉਹਦੇ ਨਾਲ ਵਾਅਦਾ ਕੀਤਾ, ਮੈਂ ਉਹਨੂੰ ਵਚਨ ਦਿੱਤਾ ਆਪਣਾ। ਹੁਣ ਉੱਥੇ ਇਹ ਨਹੀਂ ਕਹੋ ਕਿ ਮੈਂ ਉਹਨੂੰ ਆਪਣੀ ਜੀਵ ਦਿੱਤੀ ਹੈ, ਹਨਾ, ਵੀ ਜੀਵ ਵੱਢ ਕੇ ਦਿੱਤੀ ਹੈ, ਕਿਉਂਕਿ ਜੀਵ ਜਿਹੜਾ ਹੈਗਾ ਉਹ ਫਿਜ਼ੀਕਲ ਔਰਗਨ ਹੈ,
ਜ਼ੁਬਾਨ ਉਹਦਾ ਇੱਕ ਕੰਮ ਹੈ ਆਵਾਜ਼ ਪੈਦਾ ਕਰਨ। ਸਾਡੇ ਜਿੰਨੇ ਵੀ ਮਤਲਬ ਬਹੁਤ ਸਾਰੇ ਸ਼ਬਦ ਨੇ ਪੰਜਾਬੀ ਦੇ ਵਿੱਚ ਜਿਹਦਾ ਮੀਨਿੰਗ ਨੇ ਉਹਦੇ ਰੈਫਰੈਂਸ ਨੇ ਤੈਅ ਕਰਨਾ ਹੁੰਦਾ। ਅੱਖ ਹੈ, ਆਈ ਵੀ ਬੋਲ ਦਿੰਦੇ ਹਾਂ, ਅੱਖ ਵੀ ਕਹਿ ਦਿੰਦੇ ਹਾਂ, ਅਤੇ ਪੰਜਾਬੀ 'ਚ ਨੈਣ ਸ਼ਬਦ ਵੀ ਵਰਤਿਆ ਜਾਂਦਾ ਕਵਿਤਾ ਦੇ ਵਿੱਚ। ਜਦੋਂ ਤੁਸੀਂ ਕਿਸੇ ਰੋਮਾਂਟਿਕ ਕੰਡੀਸ਼ਨ 'ਚੋਂ ਤੁਸੀਂ ਕਹਿੰਦੇ ਕਿ ਬੜੇ ਨੈਣ ਬੜੇ ਸੋਹਣੇ ਆ ਤੇਰੇ, ਹੁਣ ਡਾਕਟਰ ਕੋਲ ਜਾ ਕੇ ਥੋੜ੍ਹੀ ਕਹੋਗੇ ਕਿ ਮੇਰੇ ਨੈਣਾਂ 'ਚ ਮੱਛਰ ਪੈ ਗਿਆ ਜਾਂ ਮੇਰੇ ਨੈਣ ਦੁਖਦੇ ਆ, ਉਹ ਤਾਂ ਅੱਖਾਂ ਹੀ ਕਹੋਗੇ ਅੱਖਾਂ ਦੁਖਦੀਆਂ। ਇਸੇ ਤਰ੍ਹਾਂ ਜਦੋਂ ਵਾਲ ਵੂਲ ਸਵਾਰੇ ਹੁੰਦੇ ਫਿਰ ਕਹਿੰਦੇ ਕਿ ਬੜੀਆਂ ਸੋਹਣੀਆਂ ਜ਼ੁਲਫਾਂ ਨੇ, ਨਾਈ ਨੂੰ ਜਾਂ ਉਹਨੂੰ ਤਾਂ ਪਾਰਲਰ ਵਾਲੀ ਤਾਂ ਨਹੀਂ ਕਹੋਗੇ ਮੇਰੀ ਜ਼ੁਲਫ ਠੀਕ ਕਰ ਦੇ, ਹੈ ਨਾ, ਜੇ ਜਾਂ ਡਾਕਟਰ ਕੋਲ ਜਾਓਗੇ ਮੇਰੀਆਂ ਜ਼ੁਲਫਾਂ 'ਚ ਕਰ ਪੈ ਗਈ। ਇਸੇ ਤਰ੍ਹਾਂ ਹਰ ਸ਼ਬਦ ਦਾ ਜਿਹੜਾ ਇੱਕ ਮੀਨਿੰਗ ਹੁੰਦਾ ਨਾ ਉਹ ਕੰਟੈਕਸਟ ਬੇਸ ਹੁੰਦਾ, ਤੁਸੀਂ ਉਹਨੂੰ ਕਿਸ ਰੈਫਰੈਂਸ ਦੇ ਵਿੱਚ ਵਰਤਦੇ ਪਏ। ਜਿਵੇਂ ਵਿੱਚ ਆਇਆ ਸੀ ਇੱਕ ਸੋਸ਼ਲ ਮੀਡੀਆ 'ਤੇ ਬੜਾ ਚੱਲਿਆ ਸੀ ਨਾ ਕਿ ਉਹ ਅੰਗਰੇਜ਼ ਨੂੰ ਦੱਸਦਾ ਹੁੰਦਾ ਕਿ ਵੱਟ ਸ਼ਬਦ ਦਾ ਕੀ ਮਤਲਬ ਹੈ, ਹੈ ਨਾ, ਕਿ ਪਹਿਲਾਂ ਮੈਂ ਵੱਟੋ ਵੱਟ ਚੱਲਾਂਗੇ, ਉਹ ਫਲਾਨਾ ਬੰਦਾ ਆਪਣੇ ਨਾਲ ਵੱਟ ਜਾ ਰੱਖਦਾ, ਤੈਨੂੰ ਕੋਈ ਵੱਟ ਜਾ ਚੜ੍ਹੀ ਜਾਂਦਾ, ਉਹਦੇ ਢਿੱਡ 'ਚ ਵੱਟ ਪਈ ਜਾਂਦੇ ਨੇ, ਹਰ ਥਾਂ 'ਤੇ ਵੱਟ ਦਾ ਮਤਲਬ ਵੱਖਰਾ ਹੈ। ਅਤੇ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਪੰਜਾਬੀ ਹੋਣੀ ਚਾਹੀਦੀ। ਹਾਲੇ ਤੁਹਾਡਾ ਹੋਰ ਵਾਹ ਪੈਣਾ ਜਦੋਂ ਤੁਸੀਂ ਤੁਹਾਡੀ ਪੋਸਟਿੰਗ ਹੋਈ ਨਾ, ਤੁਹਾਡੀ ਪੋਸਟਿੰਗ ਹੋਈ ਮਾਝੇ 'ਚ ਜਾਂ ਉਹ ਤਰਨ ਤਰਨ ਵਾਲੇ ਬਾਰਡਰ 'ਚ, ਤੁਸੀਂ ਸਾਰੇ ਮਾਲਵੇ ਦੇ ਹੋ, ਤੁਸੀਂ ਮਾਝੇ 'ਚ ਪੜ੍ਹੇ ਹੋਏ ਹੋ, ਬਾਕੀ ਸਾਰੇ ਮਾਲਵੇ ਦੀ ਹੋ, ਕਿਹੜੇ ਕਿਹੜੇ ਜ਼ਿਲ੍ਹੇ ਤੁਹਾਡੇ? ਸੰਗਰੂਰ, ਤੁਸੀਂ ਪੁਆਧੀ ਹੋ, ਬਰਨਾਲਾ, ਕਿਹੜਾ ਤੁਹਾਡਾ ਕਿਹੜਾ ਏਰੀਆ? ਧਨੌਲਾ ਪਿੰਡ, ਖਾਸ ਧਨੌਲਾ, ਅੱਛਾ, ਹੋਰ ਬਠਿੰਡਾ, ਮੁਕਤਸਰ, ਫਾਜ਼ਿਲਕਾ, ਤੁਸੀਂ। ਹੁਣ ਜੋ ਤੁਸੀਂ ਇੱਥੇ ਹੁੰਦੇ, ਆਪਾਂ ਮਾਲਵੇ ਵਾਲੇ ਡਾਕਟਰ ਕੋਲ ਜਾਣਾ, ਆਪਾਂ ਕਹਿੰਦੇ ਵੀ ਢੂਈ ਦੁਖਦੀ ਆ, ਮੱਝ 'ਚ ਜਾਓ ਪੁੱਛਿਓ ਬੱਚਿਆਂ ਨੂੰ ਕਿ ਮੈਂ ਤੇਰੀ ਢੂਈ 'ਤੇ ਮਾਰੂੰ, ਦੰਦ ਕੱਢ ਦੇ, ਮੈਡਮ ਕੀ ਬੋਲਦੀ ਆ, ਕਿਉਂਕਿ ਇਹਨਾਂ ਦਾ ਮਤਲਬ ਹੀ ਹੋਰ ਆ, ਹਿੱਪ ਨੂੰ ਬੋਲਦੇ ਆ। ਹਰ ਏਰੀਏ ਵਿੱਚ ਸ਼ਬਦਾਂ ਦੇ ਮੀਨਿੰਗ ਵੱਖਰੇ ਆ, ਰੈਫਰੈਂਸ ਵੱਖਰਾ ਹੈ। ਤੇ ਜੇ ਨਹੀਂ ਪਤਾ ਕਿਸੇ ਦੀ ਲੈਂਗੁਏਜ ਦਾ ਤਾਂ ਹਾਸੋ ਹੀ ਨਹੀਂ ਗੱਲ ਹੋ ਜਾਂਦੀ ਹੈ, ਉਹ ਤਾਂ ਦੰਦ ਕੱਢਦੇ ਨੇ, ਲੈ ਸਾਡੇ ਤਾਂ ਸ਼ਬਦ ਨੋਰਮਲ ਹੈ, ਹੈ ਨਾ। ਇੱਥੇ ਜਾਓ ਤੁਸੀਂ ਆਨੰਦਪੁਰ ਵਾਲਿਆਂ ਕੋਲ ਇੱਧਰਲੇ ਏਰੀਏ 'ਚ, ਅਤੇ ਉਹ ਆਖਣਗੇ ਕਿ ਵੀ ਨਹੀਂ ਨਹੀਂ ਹਾਲੇ ਨਹੀਂ, ਹਾਲੇ ਤਾਂ ਸਾਡੇ ਪੇਪਰ ਪੈ ਰਹੇ ਆ, ਉਹਨਾਂ ਦੇ ਪੇਪਰ ਪੈਂਦੇ ਆ, ਸਾਡੇ ਹੁੰਦੇ ਆ, ਹੈ ਨਾ। ਆ ਪੁਆਧੀਆਂ ਦਾ ਵੀ ਕਮਾਲ ਹੀ ਹੈ, ਹੈ ਨਾ, ਮਾਰੇ ਢਿੱਡ ਮੈਂ ਵੱਟ ਪੜੇ, ਹੈਂ। ਹੁਣ ਜੇ ਪਤਾ ਹੀ ਨਹੀਂ ਕਿ ਵੱਟ ਕੀ ਹੁੰਦੇ ਆ, ਮੇਰੇ ਕਹਿਣ ਦਾ ਮਤਲਬ ਕਿ ਜੇ ਤੁਸੀਂ ਨਾ ਲੋਕਾਂ ਦੀ ਭਾਸ਼ਾ ਨਾਲ ਨਹੀਂ ਜੁੜੇ ਹੋਏ ਤਾਂ ਫਿਰ ਤੁਸੀਂ ਆਪਣੀ ਗੱਲ ਨਹੀਂ ਕਹਿ ਸਕਦੇ। ਮਸਲਾ ਇਹ ਆ, ਐਡ ਪੇਪਰ ਲਾਇਆ ਨਾ ਸਰਕਾਰ ਨੇ, ਉਹਦਾ ਵੀ ਮਕਸਦ ਇਹ ਸੀਗਾ ਕਿ ਜਦੋਂ ਨੋ ਡਾਊਟ ਇੰਡੀਅਨ ਕੰਸਟੀਟਿਊਸ਼ਨ ਕਹਿੰਦਾ ਕਿ ਤੁਸੀਂ ਜਿਸ ਮਰਜ਼ੀ ਥਾਂ 'ਤੇ ਜਾ ਕੇ ਨੌਕਰੀ ਕਰ ਸਕਦੇ, ਪਰ ਜੇ ਨੌਕਰੀ ਕਰਨੀ ਤਾਂ ਤੁਹਾਨੂੰ ਉਸ ਥਾਂ ਦੇ ਲੋਕਾਂ ਦੀ ਭਾਸ਼ਾ ਦਾ ਪਤਾ ਹੋਣਾ ਚਾਹੀਦਾ। ਜੇ ਤੁਹਾਨੂੰ ਭਾਸ਼ਾ ਦਾ ਨਹੀਂ ਪਤਾ ਹੈਗਾ, ਉਹਨਾਂ ਨੂੰ ਸਰਵਿਸ ਕੀ ਦਿਓਗੇ? ਜਦੋਂ ਤੁਹਾਨੂੰ ਇਹ ਨਹੀਂ ਪਤਾ ਕਿ ਪੁਆਧ ਦੇ ਬੱਚੇ ਕਿੱਦਾਂ ਬੋਲਦੇ ਆ, ਉਹ ਗੱਲ ਕੀ ਕਹਿੰਦੇ ਆ, ਜਦੋਂ ਉਹਦੀ ਗੱਲ ਹੀ ਨਾ ਤੁਹਾਨੂੰ ਸਮਝ ਆਈ, ਫਿਰ ਉਹਦਾ ਹੱਲ ਕੀ ਕਰੋਗੇ, ਇਲਾਜ ਕੀ ਕਰੋਗੇ? ਜੇ ਡਾਕਟਰ ਹੈ, ਦਿੱਲੀ ਦਾ ਜੰਮਿਆ ਹੈਗਾ, ਪੰਜਾਬੀ ਹੈ, ਪੜ੍ਹ ਕੇ ਦਿੱਲੀ ਆਇਆ, ਪਿੰਡ ਦੀ ਡਿਸਪੈਂਸਰੀ 'ਚ ਸਰਕਾਰ ਨੇ ਲਾ ਤਾ, ਉੱਥੇ ਬੁੜੀ ਆ ਗਈ, ਉਹ ਕਹਿੰਦੀ ਮੇਰਾ ਤਾਂ ਚਿੱਤ ਘਾਉ ਮਾਉ ਕਰਦਾ। ਹੁਣ ਤੁਹਾਨੂੰ ਇਹ ਨਹੀਂ ਪਤਾ ਵੀ ਘਾਉ ਮਾਉ ਕੀ ਹੁੰਦਾ, ਕੀ ਇਲਾਜ ਕਰੂਗਾ, ਅਗਲੀ ਨੂੰ ਨਹੀਂ ਦੱਸਣਾ ਆਉਂਦਾ, ਆਪਣੀ ਤਾਂ ਭਾਸ਼ਾ ਹੀ ਹੈ ਪਿੰਡੋਂ ਦੀ, ਜਾਂ ਮੇਰੇ ਤਾਂ ਢਿੱਡ 'ਚ ਵੱਟ ਜੇ ਪੈਂਦੇ ਨੇ, ਜਾਂ ਮੇਰੇ ਤਾਂ ਕੜਵਾਲੇ ਜੇ ਪੈਂਦੇ ਨੇ ਢੂਈ 'ਚ, ਹੈ ਨਾ। ਤਾਂ ਕਹਿਣ ਦਾ ਮਤਲਬ ਕਿ ਉਸ ਬੰਦੇ ਨੂੰ ਉਸ ਏਰੀਏ ਦੀ ਭਾਸ਼ਾ ਦਾ ਪਤਾ ਹੋਣਾ ਚਾਹੀਦਾ ਕਿ ਇੱਦਾਂ ਇੱਥੇ ਕਿੱਦਾਂ ਬੋਲਦੇ ਆ, ਕਿਹੜੇ ਕਿਹੜੇ ਸ਼ਬਦਾਂ ਦਾ ਕੀ ਮਤਲਬ ਹੁੰਦਾ। ਤੇ ਜੇ ਤੁਹਾਨੂੰ ਪੰਜਾਬੀ ਦਾ ਬੇਸ ਵੀ ਨਹੀਂ ਆਉਂਦਾ, ਮਤਲਬ ਕਿ ਵੈਸੇ ਜਿਹੜੀ ਨੋਰਮਲ ਪੰਜਾਬੀ ਉਹ ਨਹੀਂ ਆਉਂਦੀ, ਤਾਂ ਫਿਰ ਡਾਇਲੈਕਟ ਨਹੀਂ ਸਮਝ ਆ ਸਕਦਾ। ਡਾਇਲੈਕਟ ਤਾਂ ਬਹੁਤ ਕਮਾਲ ਦੀ ਚੀਜ਼ ਹੈ, ਡਾਇਲੈਕਟ ਮਤਲਬ ਉਪਭਾਸ਼ਾ,
ਉਪਭਾਸ਼ਾ ਦੇ ਵਿੱਚ ਤਾਂ ਬੜੀਆਂ ਵੇਰੀਏਸ਼ਨ ਨੇ। ਤੁਸੀਂ ਤੁਹਾਡੇ 'ਚ ਅਬੋਹਰ ਵਾਲਾ ਹੈਗਾ ਕੋਈ? ਕੋਈ ਨਹੀਂ ਹੈਗਾ। ਅਬੋਹਰ ਵਾਲੇ ਬੰਦੇ ਦੀ ਪਛਾਣ ਕਰਨ ਦਾ ਇੱਕੋ ਹੀ ਤਰੀਕਾ, ਉਹਨੂੰ ਪੁੱਛਿਓ ਤੂੰ ਕਿੱਥੋਂ ਆ। ਜੇ ਉਹ ਅਬੋਹਰ ਤੇ ਹੋਊਗਾ ਨਾ, ਉਹ ਆਖੂਗਾ ਮੈਂ ਹਬੋਰ ਤੋਂ ਆ। ਹਬੋਰ ਉਹ ਆੜਾ ਨਹੀਂ ਬੋਲਦੇ, ਉਹ ਅਬੋਹਰ ਕਦੇ ਆਖੂਗੇ ਹੀ ਨਹੀਂ, ਠੀਕ ਆ। ਹਬੋਰ ਆਖਣਗੇ ਹਮੇਸ਼ਾ, ਤੇ ਉਹਨਾਂ ਦੀ ਲੈਂਗੁਏਜ ਟੋਨ ਇੱਕ ਕਿਸਮ ਦੀ ਵੱਖਰੀ, ਠੀਕ ਆ, ਜਿਹੜੀ ਜਿਵੇਂ ਰਾਜ ਸਿੱਖ ਬੋਲਦੇ ਆ। ਪੁਆਧੀਆਂ ਦਾ ਵੀ ਵੱਖਰੇ ਪਤਾ ਲੱਗ ਜਾਂਦਾ ਕਿਹੜੇ ਏਰੀਏ ਦਾ, ਮਜੈਲਾਂ ਦਾ ਵੀ ਪਤਾ ਲੱਗ ਜਾਂਦਾ, ਠੀਕ ਆ। ਉਹ ਤੁਹਾਡਾ ਤੁਹਾਡਾ ਕਰਦੇ ਆ, ਠੀਕ ਆ। ਇੱਧਰ ਵਾਲੇ ਮਾਰੇ ਮਾਰੇ ਬੋਲਦੇ, ਗੈਲ ਬੋਲਦੇ ਆ, ਠੀਕ ਆ। ਜੇ ਪੁਆਧੀਆਂ ਆਖੇ ਕਿ ਮੈਂ ਉਸ ਗੈਲ ਬੈਠਾ, ਪਤਾ ਹੀ ਲੱਗਦਾ ਖੱਬੇ ਬੈਠਾ, ਸੱਜੇ ਬੈਠਾ, ਵਿੱਚ ਬੈਠਾ, ਹਨਾ। ਤਾਂ ਇਹ ਚੀਜ਼ਾਂ ਅੱਗੇ ਜਾ ਕੇ ਤੁਸੀਂ ਫੇਸ ਕਰਨੀਆਂ ਤੁਸੀਂ, ਪਰ ਜੇ ਪਹਿਲੀ ਥੋੜ੍ਹਾ ਜਿਹਾ ਧਿਆਨ ਨਾਲ ਚੱਲੋਗੇ, ਮਤਲਬ ਲੈਂਗੁਏਜ ਨੂੰ ਸਿੱਖਣ ਦੇ ਤਰੀਕੇ ਦੇ ਨਾਲ, ਤਾਂ ਬੜਾ ਸੌਖੇ ਰਹੋਗੇ। ਜਿੰਨਾ ਟਾਈਮ ਤੁਹਾਡੀ ਜ਼ਬਾਨ ਨਹੀਂ ਨਾ ਸਟੂਡੈਂਟ ਨਾਲ ਸਾਂਝੀ ਹੁੰਦੀ, ਸਿੱਖ ਨਹੀਂ ਸਕਦਾ ਬੰਦਾ, ਸਿਖਾ ਵੀ ਨਹੀਂ ਸਕਦੇ। ਕਿਉਂਕਿ ਜਿੰਨਾ ਤੁਹਾਡੇ ਏਰੀਏ ਦਾ ਕੋਈ ਬੰਦਾ ਮਿਲੇ, ਭਾਵੇਂ ਤੁਹਾਡੇ ਨਾਲ ਗੱਲ ਨਹੀਂ ਕਰਦਾ ਪਿਆ, ਉਹ ਦੁਕਾਨ ਤੇ ਖੜਾ ਤੁਹਾਡੇ ਹੀ ਏਰੀਏ ਦਾ ਬੰਦਾ ਕਿਸੇ ਨਾਲ ਗੱਲ ਕਰਦਾ ਹੋਵੇ, ਤੁਸੀਂ ਉਹਦੀ ਜ਼ਬਾਨ ਸੁਣ ਕੇ ਨਾ ਤੁਹਾਨੂੰ ਇੱਕ ਸਾਂਝ ਮਹਿਸੂਸ ਹੁੰਦੀ ਹੈ, ਤੇ ਨਾ ਚਾਹੁੰਦੇ ਵੀ ਤੁਸੀਂ ਪੁੱਛ ਲੈਣੇ ਕਿ ਤੂੰ ਕਿੱਥੋਂ ਆ। ਕਈ ਵਾਰੀ ਉਹ ਪਿੰਡ ਦੇ ਨੇੜਿਓਂ ਨਿਕਲਿਆ ਹੁੰਦਾ, ਹੁਣ ਤੁਹਾਡਾ ਰਿਲੇਸ਼ਨ ਕਿਵੇਂ ਬਣਿਆ, ਉਹ 'ਚ ਜ਼ਬਾਨ ਤੁਹਾਡੀ ਸਾਂਝੀ ਹੈ। ਮਾਨਸਾਣੇ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਏਰੀਏ ਦੇ, ਬੁਲਾਡਿਆਂ ਨੂੰ ਪਤਾ ਲੱਗ ਜਾਂਦਾ, ਪੁਆਧੀਆਂ ਦਾ ਵੀ ਪਤਾ ਲੱਗ ਜਾਂਦਾ। ਏਰੀਏ 'ਚ ਵੀ ਬੜੀਆਂ ਵੱਖਰਤਾਵਾਂ ਹੁੰਦੀਆਂ। ਜਿਹੜਾ ਤੁਹਾਡੇ 'ਚ ਹੈਗਾ ਕੋਈ ਬੁਲਾਡਾ ਬਰੇਟਾ, ਮਾਨਸਾ ਕਿਹੜਾ ਏਰੀਆ, ਮਾਨਸਾ ਦਾ ਕਿਹੜਾ, ਕਿਹੜੇ ਪਾਸੇ, ਮੂਣਕ ਵਾਲੀ ਸਾਈਡ ਆ, ਹੈ ਮੂਸੇ ਵਾਲੀ ਸਾਈਡ ਆ। ਅੱਛਾ, ਮੂਸੇ ਨੂੰ ਮੁੜ ਕੇ ਜਾਂ ਮੇਨ ਰੋਡ ਤੇ। ਕੈਂਚੀਆਂ ਕੋਲੇ। ਅੱਛਾ, ਹੁਣ ਜਿਹੜੇ ਬੁਲਾਡੇ ਬਰੇਟੇ ਵਾਲੇ ਆ, ਉਹਨਾਂ ਦੀ ਭਾਸ਼ਾ ਵੱਖਰੀ ਹੈ। ਉਹ ਹਮੇਸ਼ਾ ਪ੍ਰੈਜੈਂਟ ਕੰਟੀਨਿਊਸ ਰਹਿੰਦੇ ਆ। ਮਤਲਬ ਜੇ ਤੁਹਾਡਾ ਕੋਈ ਦੋਸਤ ਹੋਵੇ, ਇੱਥੇ ਪੜ੍ਹਦਾ ਹੋਵੇ, ਤੁਸੀਂ ਉਹਨੂੰ ਪੁੱਛੋ ਵੀ ਤੂੰ ਕਿੱਥੇ ਆ, ਉਹ ਆਖੋ ਮੈਂ ਘਰੇ ਜਾ ਰਿਹਾ ਜਾਂ ਮੈਂ ਰੋਟੀ ਖਾ ਰਿਹਾ। ਤੁਸੀਂ ਆਖੋ ਕੋਈ ਨਾ ਰੋਟੀ ਖਾ ਲਾ ਫੇਰ ਕਰ ਲਈ, ਉਹ ਨਹੀਂ ਨਹੀਂ ਮੈਂ ਖਾ ਚੁੱਕਿਆ। ਉਹ ਹਰ ਚੀਜ਼ ਨੂੰ ਆਖਣਗੇ ਮੈਂ ਕਰ ਰਿਹਾ, ਉਹ ਬੈਠੇ ਘਰੇ ਹੋਣਗੇ ਆਖੇ ਮੈਂ ਘਰੇ ਜਾ ਰਿਹਾ, ਮੈਂ ਫਲਾਨਾ ਕੰਮ ਕਰ ਰਿਹਾ, ਆਪਣੇ ਫੋਨ ਕੱਟ ਦਿੰਦੇ, ਚੱਲ ਕੋਈ ਨਾ ਬਾਅਦ ਚ ਕਰ ਲਈ। ਉਹ ਕਦੇ ਐਂ ਕਹਿੰਦੀ ਨਹੀਂ ਮੈਂ ਆਹ ਕੰਮ ਕਰ ਚੁੱਕਾ, ਉਹ ਰਿਹਾ ਚ ਹੀ ਰਹਿੰਦੇ ਆ ਹਮੇਸ਼ਾ ਹੀ, ਠੀਕ ਹੈ। ਜੇ ਨਹੀਂ ਕਦੇ ਵਾਹ ਪਿਆ, ਇਨ ਫਿਊਚਰ ਤੁਹਾਡਾ ਵਾਹ ਪਊਗਾ, ਵੇਖ ਲਿਓ। ਤਾਂ ਬਹੁਤ ਸਾਰੀਆਂ ਡਾਇਲੈਕਟ ਨੇ, ਬਹੁਤ ਸਾਰੇ ਵਰਜਨ ਨੇ। ਜਿੰਨਾ ਟਾਈਮ ਤੁਹਾਨੂੰ ਇਕੱਲੇ ਇਕੱਲੇ ਬਾਰੇ ਮੋਟੀ ਸਮਝ ਨਹੀਂ ਨਾ ਆਉਂਦੀ, ਉਨਾ ਟਾਈਮ ਗੱਲ ਨਹੀਂ ਸਮਝਾ ਸਕਦੇ। ਹੁਣ ਜੇ ਬਾਹਰੋਂ ਪੜ੍ਹ ਕੇ ਆਏ ਬੰਦੇ ਨੂੰ ਪਤਾ ਨਹੀਂ ਹੈਗਾ ਕਿ ਪਿੰਡ ਦੇ ਲੋਕ ਕੀ ਗੱਲ ਕਰਦੇ ਆ, ਕਿਵੇਂ ਹੈਗੇ ਆ, ਕਿਵੇਂ ਅੰਗਰੇਜ਼ ਜਦੋਂ ਆਏ ਆ, ਸਭ ਤੋਂ ਪਹਿਲਾਂ ਉਹਨਾਂ ਨੇ ਕੰਮ ਕੀ ਕੀਤਾ ਸੀ ਕਿ ਪੰਜਾਬੀ ਸਿੱਖੀਏ। ਸਿੱਖੀ ਵੀ ਕਿਉਂ? ਕਿਉਂਕਿ ਰਾਜ ਕਰਨਾ ਸੀ। ਅਸੀਂ ਚੰਗੀ ਚੀਜ਼ ਸਿਖਾਉਣ ਵਾਸਤੇ ਨਹੀਂ ਸਿੱਖਦੇ, ਉਹਨਾਂ ਤਾਂ ਫਿਰ ਵੀ ਸਾਡੇ 'ਤੇ ਰਾਜ ਕਰਨਾ ਸੀ, ਠੀਕ ਹੈ। ਇਸ ਕਰਕੇ ਸਿੱਖੀ ਵਿਆਕਰਨਾਂ ਵੀ ਪੰਜਾਬੀ ਦੀਆਂ ਜਿਹੜੀਆਂ ਤਿਆਰ ਕੀਤੀਆਂ, ਉਹ ਅੰਗਰੇਜ਼ਾਂ ਨੇ ਤਿਆਰ ਕੀਤੀਆਂ। ਜਿੰਨਾ ਫੋਕਲੋਰ ਲੋਕ ਗੀਤ ਇਕੱਠੇ ਕੀਤੇ ਨੇ, ਜਿਹੜੀਆਂ ਅਸੀਂ ਹੁਣ ਕਥਾਵਾਂ ਵਾਰਸ ਦੀ ਹੀਰ ਪੜ੍ਹਦੇ ਹਾਂ, ਮਿਰਜ਼ਾ ਸਾਹਿਬਾ ਪੜ੍ਹਦੇ ਹਾਂ, ਅੰਗਰੇਜ਼ਾਂ ਦੀ ਦੇਣ ਹੈ। ਨਹੀਂ ਸੀ ਕਿਸੇ ਨੇ ਇਕੱਠੀਆਂ ਕਰਨੀ, ਕਿਉਂਕਿ ਉਹਨਾਂ ਦਾ ਮਤਲਬ ਸੀ ਲੋਕਾਂ ਨੂੰ ਸਮਝਣਾ, ਲੋਕਾਂ ਦੀ ਸਾਈਕੋਲੋਜੀ ਨੂੰ ਸਮਝਣਾ। ਜੇ ਤੁਹਾਨੂੰ ਲੈਂਗੁਏਜ ਦੀ ਸਮਝ ਨਹੀਂ ਹੈ, ਸਾਈਕੋਲੋਜੀ ਨੂੰ ਨਹੀਂ ਸਮਝਿਆ ਜਾ ਸਕਦਾ। ਇੱਕ ਬੱਚੇ ਨੂੰ ਨਹੀਂ ਕਹਿ ਸਕਦੇ ਕਿ ਉਹ ਆਪਣੀ ਭਾਸ਼ਾ ਨੂੰ, ਆਪਣੀ ਪੁਆਧੀ ਨੂੰ ਛੱਡ ਕੇ ਤੁਹਾਡੀ ਟਕਸਾਲੀ 'ਚ ਬੋਲੇ, ਨਹੀਂ ਬੋਲੂਗਾ ਉਹ। ਤੁਹਾਨੂੰ ਉਸ ਬੱਚੇ ਦੀ ਪੁਆਧੀ ਸਿੱਖਣੀ ਪੈਣੀ ਹੈ ਜਿਹਨੂੰ ਸਿਖਾਉਣਾ, ਤੁਹਾਡੀ ਨਹੀਂ ਉਹ ਕਰੂਗਾ। ਇਹ ਬਹੁਤ ਹੁੰਦਾ ਇੱਕ ਕਿਸਮ ਦਾ ਨਾ, ਮਤਲਬ ਕਲਾਸਾਂ ਦੇ ਵਿੱਚ ਟੀਚਰਾਂ ਨੇ ਬਣਾਇਆ ਵੀ ਹੁੰਦਾ, ਤੂੰ ਆਹ ਨਾ ਛੱਡ ਦੇ ਆਪਦੀ ਘਰ ਵਾਲੀ ਭਾਸ਼ਾ, ਐਂ ਬੋਲ। ਮੈਂ ਕਹਿਣਾ ਕਿ ਇਨ ਫਿਊਚਰ ਜੇ ਤੁਹਾਡੇ ਨਾਲ ਹੋਵੇ ਤਾਂ ਉੱਥੇ ਹੀ ਵਿਰੋਧ ਕਰਨਾ ਉਸ ਗੱਲ। ਮੈਂ ਕਹਿਣਾ ਨਾ ਮੇਰੀ ਕਲਾਸ 'ਚ ਕਿ ਜਿਹੜਾ ਵੀ ਜਿਹੜੀ ਭਾਸ਼ਾ ਤੁਹਾਡੇ ਘਰੇ ਬੋਲੀ ਜਾਂਦੀ ਆ ਨਾ, ਉਸੇ 'ਚ ਕਰੋ ਗੱਲ ਕਲਾਸ 'ਚ।
ਘੱਟੋ ਘੱਟ ਦੂਜੇ ਤੋਂ ਸਿੱਖੋਗੇ। ਜ਼ਰੂਰੀ ਤਾਂ ਹੈ ਨਹੀਂ ਕਿ ਜੇ ਕੋਈ ਸ਼ਬਦ ਆ ਗਿਆ ਪੇਪਰ ਦੇ ਵਿੱਚ ਉਹ ਕਿਤਾਬ 'ਚੋਂ ਪੜ੍ਹਿਆ ਹੋਇਆ ਆਊਗਾ ਤੁਹਾਨੂੰ ਕੰਮ। ਕਿਤਾਬਾਂ ਦੇ ਵਿੱਚ ਤਾਂ ਸਾਰਾ ਕੁਛ ਬਾਅਦ 'ਚੋਂ ਜਾਂਦਾ, ਨੌਲੇਜ ਤਾਂ ਪਹਿਲਾਂ ਆਸੇ ਪਾਸੇ ਫਿਰਦੀ ਆ, ਸੁਸਾਇਟੀ 'ਚ ਆ, ਤੁਹਾਡੇ ਆਸੇ ਪਾਸੇ ਆ, ਤੁਸੀਂ ਆਸੇ ਪਾਸੇ 'ਤੇ ਸਿੱਖਣਾ ਇੱਕ ਦੂਜੇ ਨਾਲ ਗੱਲਬਾਤ ਕਰਕੇ। ਇਸ ਕਰਕੇ ਮੋਲਡ ਨਹੀਂ ਕਰਨਾ। ਪੁਆਧੀਆਂ ਦੀ ਦਿੱਕਤ ਆ ਥੋੜ੍ਹੀ ਜ਼ਿਆਦਾ, ਉਹ ਇੱਥੇ ਜਾ ਕੇ ਘਬਰਾ ਜਾਂਦੇ ਆ, ਠੀਕ ਹੈ, ਪਹਿਲਾਂ ਤਾਂ ਬੋਲਦੇ ਨਹੀਂ ਸੀ ਹੁੰਦੇ, ਉਹ ਜਦੋਂ ਬਾਅਦ 'ਚੋਂ ਫਿਰ ਬੋਲਦੇ ਉਦੋਂ ਪਤਾ ਲੱਗਦਾ। ਉਹ ਮੈਂ ਕਿਹਾ ਤੁਸੀਂ ਕਲਾਸ 'ਚ ਕਿਉਂ ਨਹੀਂ ਬੋਲਦੇ? ਉਹ ਨਹੀਂ ਜੀ, ਦੂਜੇ ਹੱਸਦੇ ਆ ਜੀ। ਮੈਂ ਕਿਹਾ ਫਿਰ ਕੀ ਹੈ, ਘਰੇ ਨਹੀਂ ਬੋਲਦੇ? ਆਪਣੀ ਭਾਸ਼ਾ 'ਤੇ ਤੁਹਾਨੂੰ ਮਾਣ ਹੋਣਾ ਚਾਹੀਦਾ। ਕਿੰਨਾ ਕੁ ਹੱਸ ਲੂ ਬੰਦਾ? ਜੇ ਤੁਹਾਨੂੰ ਇਹ ਲੱਗਦਾ ਕਿ ਤੁਹਾਡੀ ਭਾਸ਼ਾ 'ਤੇ ਹੱਸ ਰਿਹਾ, ਤਾਂ ਮਤਲਬ ਕਿ ਤੁਹਾਡੇ 'ਚ ਕੌਨਫੀਡੈਂਸ ਨਹੀਂ ਹੈ, ਤੁਸੀਂ ਆਪਣੀ ਇਹ ਭਾਸ਼ਾ ਨੂੰ ਖੁਦ ਹੀਣਾ ਕਰਦੇ ਪਏ ਹੋ। ਲੈਂਗੁਏਜ ਕੋਈ ਛੋਟੀ ਚੀਜ਼ ਨਹੀਂ ਹੈ, ਬਹੁਤ ਤੁਹਾਡਾ ਸਾਰਾ ਕਲਚਰ ਲੈਂਗੁਏਜ ਨਾਲ ਜੁੜਿਆ ਹੋਇਆ। ਜੇ ਲੈਂਗੁਏਜ ਨਹੀਂ ਆਊਗੀ ਤਾਂ ਕਲਚਰ ਦਾ ਕੀ ਪਤਾ ਲੱਗੂਗਾ? ਜੇ ਪਤਾ ਹੀ ਨਹੀਂ ਵੀ ਕੋਈ ਮਧਾਣੀ ਸ਼ਬਦ ਵੀ ਹੁੰਦਾ, ਤਾਂ ਉਹ ਚੀਜ਼ ਦਾ ਕੀ ਪਤਾ ਲੱਗੂ ਕਿ ਮਧਾਣੀ ਹੁੰਦੀ ਵੀ ਹੈ? ਜੇ ਪਤਾ ਹੀ ਨਹੀਂ ਕਿ ਗੱਡਾ ਕੀ ਹੁੰਦਾ, ਤੰਬੂ ਕੀ ਹੁੰਦਾ, ਖੇਤ ਦੀਆਂ ਜਿੰਨੀਆਂ ਵੀ ਚੀਜ਼ਾਂ ਵਰਤਣੇ, ਹਲ ਪੰਜਾਲੀ ਕੀ ਹੁੰਦਾ, ਇੱਕ ਇੱਕ ਸ਼ਬਦ ਜੇ ਖਤਮ ਹੁੰਦਾ ਤਾਂ ਤੁਹਾਡਾ ਕਲਚਰ ਵੀ ਖਤਮ ਹੁੰਦਾ। ਐਜ਼ ਏ ਟੀਚਰ ਇੱਕ ਰਿਸਪੋਂਸੀਬਿਲਟੀ ਬਣਦੀ ਹੈ ਲੈਂਗੁਏਜ ਨੂੰ ਵੀ ਨਾਲ ਰੱਖਣਾ ਅਤੇ ਆਪਣੇ ਸਬਜੈਕਟ ਨੂੰ ਵੀ। ਅਤੇ ਜਿੰਨਾ ਵਧੀਆ ਤੁਸੀਂ ਆਪਣੀ ਮਦਰ ਟੰਗ 'ਚ ਕਿਸੇ ਸਬਜੈਕਟ ਨੂੰ ਪੜ੍ਹਾ ਸਕਦੇ ਹੈਗੇ ਹੋ, ਉਦੋਂ ਵਧੀਆ ਕਿਸੇ ਹੋਰ 'ਚ ਨਹੀਂ ਪੜ੍ਹਾ ਸਕਦੇ। ਨੋ ਡਾਊਟ ਕਿ ਸਾਨੂੰ ਉਹ ਚੀਜ਼ਾਂ ਕਰਨੀਆਂ ਪੈਂਦੀਆਂ ਨੇ, ਮਜਬੂਰੀ ਹੈ, ਕਿਉਂਕਿ ਕੰਟੈਂਟ ਨਹੀਂ ਮਿਲਦਾ ਹੈਗਾ। ਪਰ ਇਸੇ ਕਰਕੇ ਤਾਂ ਸਾਨੂੰ ਕਿਸੇ ਨੂੰ ਨੋਵਲ ਨਹੀਂ ਮਿਲਿਆ, ਕਿੰਨੇ ਵਿਗਿਆਨੀ ਹੋ ਗਏ, ਠੀਕ ਆ, ਜਿੰਨੇ ਵੀ ਅਵਾਰਡ ਮਿਲਦੇ ਉਹ ਬਾਹਰਲਿਆਂ ਨੂੰ ਮਿਲਦੇ ਆ, ਜਾਂ ਉਹਨਾਂ ਨੂੰ ਮਿਲਦੇ ਜਿਨ੍ਹਾਂ ਨੇ ਆਪਣੀ ਮਦਰ ਟੰਗ 'ਚ ਕੰਮ ਕੀਤਾ। ਠੀਕ ਹੈ, ਚਲੋ ਵਾਪਸ ਆਉਣੇ ਇੱਥੇ, ਆਪਣੀ ਕਲਾਸ 6:30 ਤੱਕ ਆ। ਤਾਂ ਭਾਸ਼ਾ ਜਾਂ ਬੋਲੀ ਦਾ ਜਿਹੜਾ ਕੇਂਦਰ ਹੈਗਾ ਉਹ ਹੈਗਾ ਬੋਲ ਜਾਂ, ਠੀਕ ਆ, ਭਾਸ਼ਾ, ਭਾਸ਼ ਇਹਦਾ ਮਤਲਬ ਹੈ ਜੀਵ। ਇਹ ਤਾਂ ਸੀਗੀ ਇੱਕ ਲਿਮਿਟਡ ਡੈਫੀਨੇਸ਼ਨ ਭਾਸ਼ਾ ਦੀ, ਵਿਆਕਰਨ ਦੇ ਮੁਤਾਬਕ। ਵਿਆਕਰਨ ਦੇ ਮੁਤਾਬਕ ਭਾਸ਼ਾ ਦੀ ਡੈਫੀਨੇਸ਼ਨ ਆ ਕਿ ਜਿਹੜੇ ਵੀ ਸ਼ਬਦ ਜ਼ਬਾਨ ਤੋਂ ਪੈਦਾ ਹੁੰਦੇ ਆ ਉਹਨਾਂ ਦੀ ਸਮੂਹ ਨੂੰ, ਉਹਨਾਂ ਦੇ ਉਹਨਾਂ ਵਰਡਸ ਦੀ ਕਲੈਕਸ਼ਨ ਨੂੰ ਹੀ ਅਸੀਂ ਭਾਸ਼ਾ ਬੋਲਦੇ। ਇੱਕ ਹੈਗੀ ਦੀ ਬ੍ਰੋਡਰ ਡੈਫੀਨੇਸ਼ਨ, ਵੱਡੀ ਡੈਫੀਨੇਸ਼ਨ, ਉਹਦੇ ਵਿੱਚ ਕੀ ਹੈਗਾ ਕਿ ਤੁਸੀਂ ਜਿਹੜੇ ਵੀ ਮੀਡੀਅਮ ਦੇ ਰਾਹੀਂ ਆਪਣੀ ਗੱਲ ਦੂਜੇ ਬੰਦੇ ਨੂੰ ਕਹਿਣੇ ਹੋ ਉਹ ਲੈਂਗੁਏਜ ਹੁੰਦੀ ਹੈ। ਜਿਹੜੇ ਵੀ ਮਾਧਿਅਮ ਰਾਹੀਂ ਤੁਸੀਂ ਆਪਣੀ ਗੱਲ ਦੂਜੇ ਬੰਦੇ ਨੂੰ ਕਹਿਣ ਲਈ ਸਿਰਫ ਬੋਲਦੇ ਨਹੀਂ ਹੈਗੇ, ਲਿਖਦੇ ਵੀ ਹੋ। ਹੁੰਦਾ ਨਾ ਕਲਾਸ 'ਚ ਪਤਾ ਹੁੰਦਾ ਵੀ ਜੇ ਮੈਂ ਐਂ ਕੁਛ ਕਰ ਲੱਗਿਆ ਤਾਂ ਟੀਚਰ ਨੇ ਟੋਕਣਾ, ਕੁੜੀ ਦੂਜੀ 'ਤੇ ਲਿਖੀ ਜਾਂਦੇ ਕਾਪੀ 'ਤੇ, 6 ਵਜੇ ਪਤਾ ਨਹੀਂ ਕਦੋਂ 6:30 ਵਜਣਗੇ, ਉਦੋਂ ਜੀ ਲਿਖੋ, ਚੱਲ ਕੋਈ ਨਾ 2 ਮਿੰਟ ਰਹਿ ਗਏ ਬਸ। ਹੁੰਦਾ ਨਾ ਕੁੜੀਆਂ ਤਾਂ ਕਰਦੀਆਂ ਹੁੰਦੀਆਂ, ਮੈਂ ਉਹ ਲੱਗਦਾ ਵੀ ਐਂ ਹੁੰਦਾ ਵੀ ਚੱਲ ਟੀਚਰ ਨੂੰ ਕੀ ਪਤਾ ਲੱਗਦਾ, ਉਹ ਭਾਈ ਪਤਾ ਲੱਗਦਾ ਹੁੰਦਾ ਸਾਰਾ ਜਦੋਂ ਤੁਸੀਂ ਜਾਓਗੇ ਨਾ, ਛੋਟੇ ਛੋਟੇ ਬੱਚੇ ਤੁਹਾਡੇ ਨਾਲ ਕਰਿਆ ਕਰਨਗੇ, 5ਵੀਂ 6ਵੀਂ ਵਾਲੇ ਤੁਹਾਨੂੰ ਪਤਾ ਲੱਗ ਜਾ ਉਹ ਕੀ ਕਰੀ ਜਾਂਦੇ, ਉਹ ਵੱਖਰੀ ਗੱਲ ਕਿ ਸਾਹਮਣੇ ਵਾਲਾ ਬੰਦਾ ਬੋਲਦਾ ਨਹੀਂ, ਚੱਲ ਕੋਈ ਨਾ ਕਰ ਲੈਂਦੇ ਟਾਈਮ ਹੈ ਇਹਨਾਂ ਦਾ, ਠੀਕ ਆ, ਉਹ ਵੀ ਭਾਸ਼ਾ। ਫਿਰ ਇੱਕ ਦੂਜੇ ਕਿ ਨਹੀਂ ਮਤਲਬ ਅੱਖਾਂ ਦਾ ਇਸ਼ਾਰਾ ਜਿਹਾ ਹੁੰਦਾ ਕਿ ਵੀ ਹੁਣ ਚੱਲੀਏ, ਹਨਾ, ਟਾਈਮ ਹੋ ਗਿਆ, ਉਹ ਵੀ ਭਾਸ਼ਾ। ਹੱਥਾਂ ਦੇ ਇਸ਼ਾਰੇ, ਇਹ ਵੀ ਭਾਸ਼ਾ। ਹਰ ਉਹ ਚੀਜ਼ ਭਾਸ਼ਾ ਜਿਹਦੇ ਨਾਲ ਤੁਸੀਂ ਆਪਣੀ ਗੱਲ ਕਹਿ ਦਿੰਦੇ, ਹਰ ਚੀਜ਼ ਅਸੀਂ ਬੋਲ ਕੇ ਨਹੀਂ ਕਹਿੰਦੇ। ਹੁਣੇ ਕੋਈ ਇੱਥੋਂ ਆ ਜਾਵੇ ਖੂੰਜ ਚ ਆ ਕੇ ਐਂ ਕਰੂ ਮੈਨੂੰ, ਮਤਲਬ ਮੈਨੂੰ ਮੇਰੀ ਉਹਦੀ ਗੱਲ ਮੇਰੇ ਤੱਕ ਪਹੁੰਚ ਗਈ, ਅੰਦਰ ਆਉਣਾ ਚਾਹੁੰਦਾ, ਜੇ ਮੈਂ ਕਹਿਤਾ ਉਹਨੂੰ ਪਤਾ ਲੱਗ ਜੂਗਾ ਕਿ ਆ ਗਿਆ, ਜੇ ਮੈਂ ਕਹਿਤਾ ਕਿ ਨਾ ਉਹ ਮੁੜ ਜੂ। ਹੁਣ ਮੈਂ ਕੁਛ ਬੋਲਿਆ ਵੀ ਨਹੀਂ, ਕੁਛ ਲਿਖਿਆ ਵੀ ਨਹੀਂ, ਤਾਂ ਵੀ ਉਹਨੂੰ ਗੱਲ ਸਮਝ ਆ ਗਈ, ਠੀਕ ਹੈ। ਇਸੇ ਤਰ੍ਹਾਂ ਤੁਹਾਡੇ ਫੇਸ ਦੇ ਐਕਸਪ੍ਰੈਸ਼ਨ, ਤੁਸੀਂ ਗੁੱਸੇ ਹੋ, ਖੁਸ਼ ਹੋ, ਉਦਾਸ ਹੋ, ਕਹਿੰਦੇ ਥੋੜ੍ਹੀ ਕਰਦੇ ਨੇ ਕਿ ਮੈਂ ਅੱਜ ਉਦਾਸ ਹਾਂ ਜਾਂ ਮੈਂ ਅੱਜ ਗੁੱਸੇ ਹਾਂ ਤੇਰੇ ਨਾਲ, ਐਂ ਤਾਂ ਕੋਈ ਨਹੀਂ ਕਹਿੰਦਾ, ਪਤਾ ਲੱਗਦਾ ਮੂੰਹ ਜਿਹਾ ਬਣਿਆ ਹੋਇਆ, ਹਨਾ। ਮਤਲਬ ਸਾਰੀਆਂ ਚੀਜ਼ਾਂ ਹੀ ਭਾਸ਼ਾ ਦਾ ਪਾਰਟ ਨੇ। ਜਿਹੜੀ ਵੀ ਚੀਜ਼ ਰਾਹੀਂ ਤੁਹਾਡੀ ਗੱਲ ਦੂਜੇ ਤੱਕ ਪਹੁੰਚ ਰਹੀ ਹੈ ਨਾ, ਉਹ ਲੈਂਗੁਏਜ ਹੈ। ਜਿੰਨੇ ਵੀ ਸਾਈਨ ਨੇ, ਸਿੰਬਲ ਨੇ,
ਬੱਤੀਆਂ ਦੇ ਜੈਲੋ ਗ੍ਰੀਨ ਲਾਈਟ ਜੋ ਵੀ ਹੈ ਉਹ ਸਾਰੇ ਲੈਂਗੁਏਜ ਨੇ। ਇਸੇ ਤਰ੍ਹਾਂ ਜਿੰਨੇ ਸਾਈਨ ਬੋਰਡ ਲੱਗੇ ਹੁੰਦੇ ਨੇ ਸੜਕ ਤੇ ਜਾਂਦੇ ਹੋ, ਹਨਾ, ਉਹ ਬਣਿਆ ਹੁੰਦਾ ਰੇਲਵੇ ਫਾਟਕ ਦਾ ਐਵੇਂ। ਹੁਣ ਅਸੀਂ ਥੋੜੀ ਐਂ ਥੋੜੀ ਕਹਿੰਦਾ ਕੋਈ ਸਪੀਕਰ ਤੇ ਬੋਲ ਕੇ ਅੱਗੇ ਫਾਟਕ ਹੈ ਫਾਟਕ ਹੈ, ਇਹਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਭਾਈ ਫਾਟਕ ਅੱਗੇ। ਤਾਂ ਮੈਂ ਕੀ ਬੋਲ ਰਿਹਾ, ਇੱਕ ਸਿੰਗਲ ਲਾਈਨ ਦੇ ਵਿੱਚ ਹਰ ਉਹ ਮਾਧਿਅਮ ਜਿਹਦੇ ਰਾਹੀਂ ਤੁਸੀਂ ਆਪਣੀ ਗੱਲ ਦੂਜੇ ਬੰਦੇ ਤੱਕ ਪਹੁੰਚਾ ਦਿਓਗੇ ਉਸੇ ਨੂੰ ਭਾਸ਼ਾ ਬੋਲਿਆ ਜਾਂਦਾ, ਉਸੇ ਨੂੰ ਹੀ ਅਸੀਂ ਲੈਂਗੁਏਜ ਬੋਲਦੇ। ਇਹ ਇੱਕ ਬ੍ਰੋਡਰ ਡੈਫੀਨੇਸ਼ਨ ਹੈ, ਮੈਂ ਤਾਂ ਡਿਸਕਸ ਕਰੀ ਹੈ ਕਿਉਂਕਿ ਇਦੋਂ ਪਹਿਲਾਂ ਇੱਕ ਸਵਾਲ ਬਹੁਤ ਵਾਰੀ ਆਉਂਦਾ ਰਿਹਾ ਕਿ ਭਾਸ਼ਾ ਦੇ ਵਿੱਚ ਕੀ ਕੁਝ ਸ਼ਾਮਿਲ ਹੁੰਦਾ, ਕੀ ਨੰਬਰ ਇੱਕ ਸਿਰਫ ਬੋਲ ਸ਼ਾਮਿਲ ਹੁੰਦਾ, ਕੀ ਉਹਦੇ ਵਿੱਚ ਹਾਵ ਭਾਵ ਸ਼ਾਮਿਲ ਹੁੰਦੇ ਆ, ਕੀ ਉਹਦੇ ਵਿੱਚ ਇਸ਼ਾਰੇ ਸ਼ਾਮਿਲ ਹੁੰਦੇ ਆ, ਜਾਂ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ, ਸਾਰੀਆਂ। ਤੇ ਜੇ ਮੈਂ ਆ ਦੂਜੇ ਵਾਰੀ ਨਾ ਦੱਸਾਂ ਸਿਰਫ ਆ ਬੋਲ ਵਾਲੇ ਮਸਲੇ ਤੇ ਰਹਿੰਦਾ ਤੇ ਫਿਰ ਬੋਲ ਹੀ ਜਵਾਬ ਟਿੱਕ ਕਰਨਾ ਸੀ, ਸਮਝ ਗਏ ਨਾ। ਚਲੋ ਇਹ ਤਾਂ ਸੀ ਭਾਸ਼ਾ। ਉਦੋਂ ਬਾਅਦ ਇੱਕ ਚੀਜ਼ ਹੋਰ ਆਉਂਦੀ ਆ ਜਿਹਨੂੰ ਬੋਲਦਾ ਲਿਪੀ, ਸੁਣਿਆ ਹੋਣਾ ਲਿਪੀ ਬਾਰੇ। ਲਿਪੀ ਨੂੰ ਕੀ ਕਹਿੰਦੇ ਅੰਗਰੇਜ਼ੀ ਚ? ਸਕ੍ਰਿਪਟ। ਲਿਪੀ ਨੂੰ ਬੋਲਦਾ ਸਕ੍ਰਿਪਟ, ਠੀਕ ਹੈ। ਕੀ ਫਰਕ ਹੁੰਦਾ ਵੀ ਭਾਸ਼ਾ ਤੇ ਲਿਪੀ ਦਾ? ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਦੇ ਲਈ ਤੁਸੀਂ ਜਿਹੜੇ ਸਿੰਬਲਸ, ਜਿਹੜੇ ਸਾਈਨਸ, ਜਿਹੜੇ ਚਿੰਨ ਵਰਤਦੇ ਹੋ ਉਹਨਾਂ ਸਾਰਿਆਂ ਦੀ ਕਲੈਕਸ਼ਨ ਨੂੰ ਲਿਪੀ ਕਿਹਾ ਜਾਂਦਾ। ਕਲੈਕਸ਼ਨ, ਕੱਲਾ ਊੜਾ ਜਾਂ ਕੱਲੀ ਏ ਜਾਂ ਕੱਲਾ ਅ, ਇਹਨੂੰ ਅਸੀਂ ਲਿਪੀ ਨਹੀਂ ਬੋਲਦੇ, ਇਹਨੂੰ ਅਸੀਂ ਬੋਲਦੇ ਲਿਪੀ ਚਿੰਨ। ਲਿਪੀ ਚਿੰਨ ਜਦੋਂ ਅਸੀਂ ਸਾਰੇ ਲਿਖ ਦਿੰਦੇ ਹਾਂ ਊੜੇ ਤੋਂ ਲੈ ਕੇ ਲੱਲੇ ਪਰ ਬਿੰਦੀ ਤੱਕ ਵਰਨਮਾਲਾ ਆ ਜਾਂਦੀ ਸਾਰੀ, ਉਹ ਵੀ ਲਿਪੀ ਚਿੰਨ ਹੈ। ਜਿਹੜੀਆਂ ਲਗਾਂ ਮਾਤਰਾ ਨੇ ਸਿਹਰੀ ਬੈਰੀ ਉਹ ਵੀ ਲਿਪੀ ਚਿੰਨ ਹੈ। ਜਿਹੜਾ ਵਿਸ਼ਰਾਮ ਚਿੰਨ ਹੈ ਸਾਡੇ ਕੌਮਾ ਡੰਡੀ, ਠੀਕ ਹੈ, ਇਹ ਵੀ ਲਿਪੀ ਚਿੰਨ। ਪੈਰ ਚ ਪੈਣ ਵਾਲੇ ਅੱਖਰ ਆਹਾ ਰਾਰਾ ਵਾਹਵਾ ਇਹ ਵੀ ਲਿਪੀ ਚਿੰਨ, ਠੀਕ ਹੈ, ਬਿੰਦੀ ਟਿੱਪੀ ਅੱਧਕ ਇਹ ਵੀ ਲਿਪੀ ਚਿੰਨ। ਤਾਂ ਜਿਹੜਾ ਵੀ ਸਿੰਬਲ ਤੁਸੀਂ ਯੂਜ਼ ਕਰਦੇ ਹੈਗੇ ਹੋ ਕਿਸੇ ਗੱਲ ਨੂੰ ਸਹੀ ਤਰੀਕੇ ਨਾਲ ਲਿਖਣ ਵਾਸਤੇ ਉਹ ਲਿਪੀ ਚਿੰਨ ਹੁੰਦਾ, ਤੇ ਉਹਨਾਂ ਸਾਰਿਆਂ ਦੀ ਕਲੈਕਸ਼ਨ ਨੂੰ ਹੀ ਅਸੀਂ ਲਿਪੀ ਬੋਲਦੇ, ਉਹਨੂੰ ਅਸੀਂ ਲਿਪੀ ਬੋਲਦੇ। ਅੰਗਰੇਜ਼ੀ ਚ ਉਹਨੂੰ ਸਕ੍ਰਿਪਟ ਬੋਲ ਦਿੰਦੇ ਆ, ਠੀਕ ਹੈ। ਹੁਣ ਮੈਜੋਰਿਟੀ ਦਾ ਮਸਲਾ ਹੁਣ ਇਹ ਹੋਇਆ ਪਿਆ ਕਿ ਲਿਪੀ ਤੇ ਭਾਸ਼ਾ ਦੇ ਵਿੱਚ ਫਰਕ ਨਹੀਂ ਕਰਨ ਆ ਰਿਹਾ, ਦਿੱਕਤ ਇਹ ਆ ਅਸੀਂ ਰਲਗੜ ਕਰਦੇ ਪਏ ਹਾਂ। ਜਿੰਨਾ ਕੁ ਹੁਣ ਪਿੱਛੇ ਜੇ ਬਹੁਤ ਹੋਇਆ ਕਿ ਜਦੋਂ ਸਰਕਾਰ ਨੇ ਕਿਹਾ ਕਿ ਜੀ ਸਾਰੇ ਬੋਰਡ ਜਿਹੜੇ ਨੇ ਪੰਜਾਬੀ 'ਚ ਕੀਤੇ ਜਾਣ, ਹਨਾ, ਦਫ਼ਤਰੀ ਕੰਮ ਪੰਜਾਬੀ 'ਚ ਕੀਤੇ ਜਾਣ, ਠੀਕ ਹੈ, ਹੋਰਡਿੰਗ ਲਾਏ ਜਾਣ, ਦੁਕਾਨਾਂ ਨੂੰ ਅਪੀਲ ਵੀ ਕੀਤੀ, ਹੋਰ ਰਾਜ ਭਾਸ਼ਾ ਐਕਟ 'ਚ ਵੀ ਬੜੀਆਂ ਸੋਧਾਂ ਦਾ ਮਸਲਾ ਚੱਲਿਆ। ਉੱਥੇ ਕੀ ਹੋਇਆ ਕਿ ਬਹੁਤੇ ਕਰਮਚਾਰੀਆਂ ਨੂੰ ਇਹ ਨਹੀਂ ਪਤਾ ਲੱਗਿਆ ਹੈਗਾ ਕਿ ਅਸੀਂ ਅੰਗਰੇਜ਼ੀ ਨੂੰ ਪੰਜਾਬੀ 'ਚ ਕਿਵੇਂ ਬਦਲਣਾ। ਉਹਨਾਂ ਨੇ ਕੀ ਕੀਤਾ, ਸਿਰਫ ਸਕ੍ਰਿਪਟ ਬਦਲਤੀ। ਸਕ੍ਰਿਪਟ ਬਦਲਣ ਦੇ ਨਾਲ ਭਾਸ਼ਾ ਨਹੀਂ ਬਦਲਦੀ। ਜੇ ਕਿਸੇ ਦਰਵਾਜ਼ੇ ਤੇ ਲਿਖਿਆ ਹੋਇਆ ਸੀਗਾ ਇੱਦਾਂ ਕੁਛ, ਤੇ ਜੇ ਸਰਕਾਰ ਨੇ ਕਿਹਾ ਕਿ ਇਹਨੂੰ ਪੰਜਾਬੀ 'ਚ ਲਿਖੋ, ਉਹਨਾਂ ਨੇ ਬੜਾ ਵਧੀਆ ਤਰੀਕਾ ਵਰਤਿਆ ਇਉਂ ਲਿਖਤਾ, ਇਹ ਪੰਜਾਬੀ ਨਹੀਂ ਬਣ ਗਈ, ਇਹ ਸਿਰਫ ਲਿਪੀ ਬਦਲੀ ਹੈ। ਰੋਮਨ ਤੋਂ ਗੁਰਮੁਖੀ ਕਰ ਲਈ, ਅੰਗਰੇਜ਼ੀ ਸੀ ਉੱਪਰ ਤੇ ਅੰਗਰੇਜ਼ੀ ਹੇਠਾਂ ਵੀ ਹੈ। ਜੇ ਤੁਸੀਂ ਇਹਨੂੰ ਟ੍ਰਾਂਸਲੇਸ਼ਨ ਕਰਨਾ ਤਾਂ ਇਹਦਾ ਸ਼ਬਦ ਲਿਖਣਾ ਪੈਣਾ,
ਜਿੱਦਾਂ ਲਿਖਿਆ ਹੁੰਦਾ ਧੱਕੋ ਤੇ ਖਿੱਚੋ, ਪੁੱਲ ਐਂਡ ਪੁਸ਼, ਆਹ ਪੰਜਾਬੀ ਹੈ, ਇਹ ਟ੍ਰਾਂਸਲੇਸ਼ਨ ਹੈ। ਜਿਹੜਾ ਆਹ ਕੰਮ ਕੀਤਾ ਨਾ, ਇਹ ਸਿਰਫ ਸਕ੍ਰਿਪਟ ਬਦਲੀ ਹੈ। ਇਹ ਮੈਜੋਰਿਟੀ ਨੂੰ ਇਸ ਦੀ ਹਜੇ ਸਮਝ ਨਹੀਂ ਹੈ, ਕਿਉਂਕਿ ਅਸੀਂ ਦੋਨੋਂ ਚੀਜ਼ ਨੂੰ ਰਲਗਟ ਕਰਦੇ ਹਾਂ। ਸਾਨੂੰ ਇਹ ਲੱਗਦਾ ਕਿ ਜੋ ਵੀ ਗੁਰਮੁਖੀ 'ਚ ਲਿਖਿਆ ਹੋਇਆ ਉਹ ਪੰਜਾਬੀ ਹੈ ਤੇ ਜੋ ਵੀ ਰੋਮਨ 'ਚ ਲਿਖਿਆ ਹੋਇਆ ਉਹ ਅੰਗਰੇਜ਼ੀ ਹੈ। ਨਹੀਂ ਹੈਗਾ, ਰੋਮਨ ਦੇ ਵਿੱਚ ਤਾਂ ਬਹੁਤ ਸਾਰੀਆਂ ਭਾਸ਼ਾਵਾਂ ਲਿਖੀਆਂ ਜਾਂਦੀਆਂ, ਜਿੰਨੀਆਂ ਅਮੈਰੀਕਾ ਦੀਆਂ ਉਹ, ਯੂਰਪ ਦੀਆਂ ਉਹ, ਰਸ਼ੀਆ ਦੀਆਂ ਉਹ, ਆਸਟ੍ਰੇਲੀਆ ਦੀਆਂ ਉਹ, ਫ੍ਰੈਂਚ, ਕਿੰਨੀਆਂ ਭਾਸ਼ਾਵਾਂ ਨੇ ਜਿਹੜੀਆਂ, ਜਿਹਨਾਂ ਦੀ ਸਕ੍ਰਿਪਟ ਤਾਂ ਉਹੀ ਹੈ, ਰੋਮਨੀ ਹੈ। ਪਰ ਹਰ ਚੀਜ਼ ਰੋਮਨ 'ਚ ਲਿਖੀ ਨਹੀਂ ਪੜ੍ਹ ਸਕਦੇ। ਪੜ੍ਹ ਕੇ ਦਿਖਾਓ, ਜਰਮਨ ਰੋਮਨ ਦੇ ਅੱਖਰ ਨੇ, ਇਹਦਾ ਮਤਲਬ ਹਰ ਕੁਛ ਜੇ ਰੋਮਨ 'ਚ ਲਿਖਿਆ ਉਹ ਅੰਗਰੇਜ਼ੀ ਥੋੜ੍ਹੀ ਬਣ ਜੂ। ਇਸੇ ਤਰ੍ਹਾਂ ਸਾਰਾ ਕੁਛ ਜੇ ਗੁਰਮੁਖੀ 'ਚ ਲਿਖ ਦਿਓਗੇ ਤਾਂ ਉਹ ਪੰਜਾਬੀ ਨਹੀਂ ਬਣਨਾ। ਹੁਣ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ ਇਹਦੇ ਹਵਾਲੇ ਨਾਲ, ਕਿ ਲਿਪੀ ਦਾ ਕੰਮ ਹੁੰਦਾ ਲਿਖਣਾ, ਭਾਸ਼ਾ ਨੂੰ ਲਿਖਤੀ ਰੂਪ ਦੇਣਾ। ਠੀਕ ਹੈ, ਭਾਸ਼ਾ ਦੇ ਦੋ ਹੀ ਵਰਜਨ ਹੁੰਦੇ ਨੇ, ਇੱਕ ਵਰਬਲ ਤੇ ਇੱਕ ਉਹਦਾ ਰਿਟਨ। ਭਾਸ਼ਾ ਦਾ ਪਹਿਲਾ ਰੂਪ ਹੁੰਦਾ ਵਰਬਲ, ਔਰਲ, ਕਿਉਂਕਿ ਔਰਲ ਰੂਪ ਜੇ ਹੋਏਗਾ ਤਾਂ ਹੀ ਉਹਦਾ ਰਿਟਨ ਰੂਪ ਬਣੂ। ਦੁਨੀਆਂ ਦੇ ਵਿੱਚ ਸਭ ਤੋਂ ਪਹਿਲਾਂ ਭਾਸ਼ਾ ਪੈਦਾ ਹੁੰਦੀ ਹੈ, ਸਕ੍ਰਿਪਟ ਬਾਅਦ ਚ ਪੈਦਾ ਹੁੰਦੀ ਹੈ, ਲਿਪੀ ਕਦੇ ਵੀ ਪਹਿਲਾਂ ਪੈਦਾ ਨਹੀਂ ਹੁੰਦੀ। ਲਿਖਣ ਦਾ ਕੰਮ ਬਹੁਤ ਲੇਟ ਜਾ ਕੇ ਸ਼ੁਰੂ ਹੋਇਆ, ਪਹਿਲਾਂ ਸਾਰਾ ਕੁਛ ਹੀ ਵਰਬਲ ਹੈ। ਜਿੰਨੇ ਸਾਡੇ ਵੇਦ ਨੇ, ਰਿਗਵੇਦ, ਜਿੰਨੇ ਵੀ ਮੰਤਰ ਨੇ, ਸਾਰਾ ਕੁਛ ਉਹ ਸਾਰਾ ਵਰਬਲ ਹੀ ਆਇਆ ਸਾਡੇ ਕੋਲ। ਉਹ ਤਾਂ ਬਹੁਤ ਲੇਟ ਜਾ ਕੇ ਉਹਨਾਂ ਨੂੰ ਲਿਪੀਬੱਧ ਕੀਤਾ ਗਿਆ, ਲਿਖਿਆ ਗਿਆ। ਪੂਰੀ ਦੁਨੀਆਂ 'ਚ ਜਦੋਂ ਵੀ ਬੰਦਾ ਬੰਦਾ ਬਣਿਆ ਤਾਂ ਉਹ ਭਾਸ਼ਾ ਦੇ ਸਿਰ 'ਤੇ ਬਣਿਆ। ਨੰਬਰ ਇੱਕ, ਭਾਸ਼ਾ ਨੇ ਹੀ ਸਾਨੂੰ ਜਾਨਵਰਾਂ ਤੋਂ ਵੱਖਰੇ ਕੱਢ ਕੇ ਬੰਦਾ ਬਣਾਇਆ। ਤੇ ਪੂਰੀ ਦੁਨੀਆਂ 'ਚ ਜਿੱਥੇ ਬੰਦਾ ਰਹਿੰਦਾ ਉਹਦੇ ਕੋਲ ਕੋਈ ਨਾ ਕੋਈ ਭਾਸ਼ਾ ਲਾਜ਼ਮੀ ਤੌਰ 'ਤੇ ਹੈਗੀ, ਪਰ ਜ਼ਰੂਰੀ ਨਹੀਂ ਕਿ ਉਹਦੇ ਕੋਲ ਲਿਪੀ ਵੀ ਹੋਵੇ, ਇਸ ਗੱਲ ਦਾ 'ਚ ਕੋਈ ਜ਼ਰੂਰੀ ਨਹੀਂ। ਠੀਕ ਹੈ, ਇਸ ਕਰਕੇ ਪੈਡਾਗੋਜੀ ਦੇ ਸਵਾਲ ਇਹਦੇ ਨਾਲ ਬਣਦੇ ਆ। ਇੱਕ ਸਵਾਲ ਪੈਡਾਗੋਜੀ ਚਾਹੁੰਦਾ ਹੁੰਦਾ ਕਿ ਦੱਸੋ ਕਿ ਇਹ ਸਟੇਟਮੈਂਟ ਸਹੀ ਹੈ ਜਾਂ ਨਹੀਂ ਹੈਗੀ ਆ। ਉਹ ਸਟੇਟਮੈਂਟ ਹੈਗੀ ਆ, ਦੁਨੀਆਂ ਦੀ ਹਰ ਭਾਸ਼ਾ ਨੂੰ ਦੁਨੀਆਂ ਦੀ ਹਰ ਲਿਪੀ ਵਿੱਚ ਲਿਖਿਆ ਜਾ ਸਕਦਾ ਹੈ। ਇਜ਼ ਇਟ ਟਰੂ ਔਰ ਨੋਟ, ਤੁਹਾਨੂੰ ਕੀ ਲੱਗਦਾ? ਸਟੇਟਮੈਂਟ ਦੁਆਰਾ ਬੋਲ ਦੇਣਾ, ਦੁਨੀਆਂ ਦੀ ਹਰ ਭਾਸ਼ਾ ਨੂੰ ਹਰ ਲਿਪੀ ਵਿੱਚ ਲਿਖਿਆ ਜਾ ਸਕਦਾ। ਤੁਹਾਨੂੰ ਕੀ ਲੱਗਦਾ ਪਿੱਛੇ ਲਿਖਿਆ ਜਾ ਸਕਦਾ? ਲਿਖਿਆ ਜਾ ਸਕਦਾ, ਦੁਨੀਆਂ ਦੀ ਕਿਸੇ ਵੀ ਭਾਸ਼ਾ ਨੂੰ ਕਿਸੇ ਵੀ ਲਿਪੀ 'ਚ ਲਿਖਿਆ ਜਾ ਸਕਦਾ। ਇਹਦਾ ਜੇ ਤੁਸੀਂ ਪ੍ਰਤੱਖ ਉਦਾਹਰਣ ਵੀ ਦੇਖਣੀ ਹੋਵੇ, ਵਟਸਐਪ 'ਤੇ ਤਾਂ ਕੁਛ ਵੀ ਨਹੀਂ, ਮੈਂ ਹੋਰ ਦੱਸਦਾ। ਗੂਗਲ 'ਤੇ ਜਾਣਾ, ਉੱਥੇ ਭਰਨਾ ਜਪਜੀ ਸਾਹਿਬ ਇਨ ਡਿਫਰੈਂਟ ਲੈਂਗੁਏਜਿਸ, ਇੱਕ ਵੈਬਸਾਈਟ ਹੈ, ਹੁਣ ਵੈਬਸਾਈਟ ਦਾ ਨਾਮ ਭੁੱਲਦਾ ਪਿਆ, ਸ਼ਾਇਦ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਕੋਈ ਹੋਰ ਹੈ। ਉੱਥੇ ਉਹਨਾਂ ਨੇ ਜਪਜੀ ਸਾਹਿਬ ਨੂੰ 150 ਤੋਂ ਵੱਧ ਭਾਸ਼ਾਵਾਂ 'ਚ ਅਨੁਵਾਦ ਵੀ ਕੀਤਾ ਹੋਇਆ ਅਤੇ 150 ਤੋਂ ਵੱਧ ਸਕ੍ਰਿਪਟ ਦੇ ਵਿੱਚ ਟ੍ਰਾਂਸਲਿਟਰੇਟ ਵੀ ਕੀਤਾ ਹੋਇਆ। ਦੋ ਸ਼ਬਦ ਹੁੰਦੇ, ਇੱਕ ਟ੍ਰਾਂਸਲੇਸ਼ਨ ਹੁੰਦੀ ਹੈ, ਲੈਂਗੁਏਜ ਟੂ ਲੈਂਗੁਏਜ ਜਦੋਂ ਚੇਂਜ ਕਰਦੇ ਉਹਨੂੰ ਟ੍ਰਾਂਸਲੇਸ਼ਨ ਬੋਲਦੇ ਆ। ਜਦੋਂ ਸਿਰਫ ਸਕ੍ਰਿਪਟ ਬਦਲਦੇ ਹੋ, ਲੈਂਗੁਏਜ ਨਹੀਂ ਬਦਲਦੇ, ਉਹਨੂੰ ਟ੍ਰਾਂਸਲਿਟਰੇਟ ਬੋਲਦੇ ਆ। ਅਤੇ ਤੁਹਾਨੂੰ ਜਪਜੀ ਸਾਹਿਬ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਚੀਨੀ ਭਾਸ਼ਾ 'ਚ ਪੜ੍ਹਨਾ ਤਾਂ ਵੀ ਪੜ੍ਹ ਸਕਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪੜ੍ਹਨਾ ਪੰਜਾਬੀ 'ਚ ਪਰ ਸਕ੍ਰਿਪਟ ਉਹਦੀ ਚੀਨੀ ਹੋਵੇ ਤਾਂ ਵੀ ਪੜ੍ਹ ਸਕਦੇ। ਇਹਦਾ ਮਤਲਬ ਕਿ ਹਰ ਭਾਸ਼ਾ ਦੇ ਵਿੱਚ, ਹਰ ਭਾਸ਼ਾ ਨੂੰ ਹਰ ਲਿਪੀ ਦੇ ਵਿੱਚ ਲਿਖਿਆ ਜਾ ਸਕਦਾ, ਜਿੰਨੀਆਂ ਵੀ ਲਿਪੀਆਂ ਹੈਗੀਆਂ ਦੁਨੀਆਂ ਦੀਆਂ।
ਤੇ ਲਿਪੀਆਂ ਦੀ ਗਿਣਤੀ ਸੀਮਤ ਹੈ। ਭਾਸ਼ਾਵਾਂ ਤਾਂ ਤਕਰੀਬਨ 7700-7800 ਦੇ ਕਰੀਬ ਨੇ ਜਿਹੜੀਆਂ ਯੂਨੈਸਕੋ ਨੇ ਆਇਡੈਂਟੀਫਾਈ ਕੀਤੀਆਂ ਪੂਰੀ ਦੁਨੀਆ 'ਚ, ਪਰ 300 ਭਾਸ਼ਾਵਾਂ ਨੇ ਜਿਹਨਾਂ ਕੋਲ ਸਕ੍ਰਿਪਟ ਹੈਗੀ, ਬਾਕੀਆਂ ਕੋਲ ਨਹੀਂ ਹੈਗੀ। ਇਸ ਕਰਕੇ ਭਾਸ਼ਾ ਹਮੇਸ਼ਾ ਹੀ ਇੰਡੀਪੈਂਡੈਂਟ ਹੁੰਦੀ ਹੈ, ਲੈਂਗੁਏਜ ਇੰਡੀਪੈਂਡੈਂਟ ਹੁੰਦੀ ਆ, ਸਕ੍ਰਿਪਟ ਹਮੇਸ਼ਾ ਡਿਪੈਂਡੈਂਟ ਹੁੰਦੀ। ਮਤਲਬ ਕੀ ਹੈ, ਭਾਸ਼ਾ, ਮੈਂ ਸਟੇਟਮੈਂਟ ਬੋਲਦਾ ਤੁਸੀਂ ਦੱਸੋ ਕਿਹੜੀ ਸਹੀ ਹੈ, ਭਾਸ਼ਾ ਲਿਪੀ ਬਿਨਾਂ ਹੋ ਸਕਦੀ ਹੈ ਜਾਂ ਲਿਪੀ ਭਾਸ਼ਾ ਬਿਨਾਂ ਹੋ ਸਕਦੀ ਹੈ? ਉੱਚੀ ਬੋਲੋ, ਭਾਸ਼ਾ ਲਿਪੀ ਬਿਨਾਂ ਹੋ ਸਕਦੀ ਹੈ, ਪਹਿਲੀ ਸਟੇਟਮੈਂਟ। ਦੂਜੀ, ਲਿਪੀ ਭਾਸ਼ਾ ਬਿਨਾਂ ਹੋ ਸਕਦੀ ਹੈ? ਹੁਣ ਜਵਾਬ ਰਹਿ ਬਦਲ ਗਈ ਛੇਤੀ, ਉਲਟ ਬੋਲਿਆ ਸੀ ਮੇਰਾ ਖਿਆਲ, ਤੁਸੀਂ ਕਿਹਾ ਸੀ ਲਿਪੀ ਭਾਸ਼ਾ ਬਿਨਾਂ ਹੋ ਸਕਦੀ ਹੈ, ਮੈਂ ਬੋਲਿਆ ਸੀ। ਸੌਂ ਵਾਲਾ ਕੀ ਮਸਲਾ ਹੈ, ਸੌਂ ਸੌਂ ਵਾਲਾ ਕੋਈ ਮਸਲਾ ਨਹੀਂ, ਠੀਕ ਹੈ। ਜਿਹੜੀ ਮੈਂ ਪਹਿਲਾਂ ਤੁਹਾਨੂੰ ਗੱਲ ਕਹੀ ਹੈ ਨਾ, ਉੱਥੇ ਸਾਬਤ ਹੁੰਦਾ ਕਿ ਦੁਨੀਆਂ 'ਚ ਭਾਸ਼ਾਵਾਂ ਬਹੁਤ ਨੇ, ਲਿਪੀਆਂ ਬਹੁਤ ਥੋੜੀਆਂ। ਦੁਨੀਆਂ ਦੀ ਹਰ ਭਾਸ਼ਾ ਦਾ ਵਰਬਲ ਰੂਪ ਲਾਜ਼ਮੀ ਤੌਰ 'ਤੇ ਹੋਊਗਾ ਹੀ ਹੋਊਗਾ, ਰਿਟਨ ਹੋਵੇ ਨਾ ਹੋਵੇ। ਇਸ ਕਰਕੇ ਭਾਸ਼ਾ ਜਿਹੜੀ ਉਹ ਸੁਤੰਤਰ ਹੁੰਦੀ ਹੈ, ਲਿਪੀ ਹਮੇਸ਼ਾ ਭਾਸ਼ਾ ਦੇ ਉੱਪਰ ਨਿਰਭਰ ਹੁੰਦੀ ਹੈ। ਭਾਸ਼ਾ ਹੋ ਸਕਦੀ ਹੈ ਇਕੱਲੀ, ਪਰ ਦੁਨੀਆਂ ਦੀ ਕੋਈ ਅਜਿਹੀ ਲਿਪੀ ਨਹੀਂ ਹੈਗੀ ਜੋ ਭਾਸ਼ਾ ਬਿਨਾਂ ਹੋਵੇ। ਲਿਪੀ ਬਿਨਾਂ ਸਰ ਸਕਦਾ, ਭਾਸ਼ਾ ਬਿਨਾਂ ਨਹੀਂ ਸਰ ਸਕਦਾ, ਠੀਕ ਹੈ। ਜ਼ਰੂਰੀ ਨਹੀਂ ਕਿ ਹਰ ਭਾਸ਼ਾ ਦੀ ਲਿਪੀ ਹੋਵੇ, ਬਹੁਤ ਸਾਰੀਆਂ ਜਿਹੜੀਆਂ ਕਹਿ ਲਈ ਕਿ ਜਿੰਨੇ ਐਮਾਜ਼ੋਨ ਦੇ ਕਬੀਲੇ ਆ, ਭਾਰਤ ਦੇ ਝਾਰਖੰਡ ਦੇ ਕਬੀਲੇ ਆ, ਅੰਡੇਮਾਨ ਨਿਕੋਬਾਰ ਦੇ ਕਬੀਲੇ ਨੇ, ਜੰਗਲੀ, ਬਹੁਤ ਸਾਰੀਆਂ ਭਾਸ਼ਾਵਾਂ ਨੇ ਜਿਹਨਾਂ ਕੋਲ ਕੋਈ ਸਕ੍ਰਿਪਟ ਨਹੀਂ, ਸਿਰਫ ਵਰਬਲ ਨੇ। ਤੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਬੰਦੇ ਵੀ ਦੋ ਦੋ ਤਿੰਨ ਤਿੰਨ ਰਹਿੰਦੇ ਆ ਬਜ਼ੁਰਗ, ਕਿਉਂਕਿ ਉਹਨਾਂ ਦੀ ਭਾਸ਼ਾ ਸਿਰਫ ਔਰਲ ਹੈ, ਅੱਗੇ ਉਹਨਾਂ ਦੀ ਪੂਰੀ ਜਿਹੜੀ ਆ ਉਹ ਕੁੱਲ ਜਿਹੜੀ ਉਹ ਖਤਮ ਹੋ ਚੁੱਕੀ ਹੈ। ਜਿਵੇਂ ਪ੍ਰਜਾਤੀਆਂ ਦੀ ਪੜ੍ਹਦੇ ਹੋ ਤੁਸੀਂ ਸਾਇੰਸ 'ਚ, ਉਹਨਾਂ ਦਾ ਰਿਟਨ ਰੂਪ ਹੈ ਨਹੀਂ, ਕੋਈ ਲਿਖਤੀ ਰੂਪ ਹੈ ਨਹੀਂ, ਤਾਂ ਕਿ ਉਹ ਨੈਕਸਟ ਜਨਰੇਸ਼ਨ ਜਾਂ ਅੱਗੇ ਸਾਂਭੀ ਜਾ ਸਕੇ। ਉਹ ਬੰਦੇ ਥੋੜ੍ਹੇ ਰਹਿੰਦੇ ਨੇ, ਤੇ ਜਿੰਦੇ ਉਹ ਬੰਦੇ ਮਰ ਗਏ ਭਾਸ਼ਾ ਹੀ ਮਰ ਜਾਣੀ। ਇਸ ਕਰਕੇ ਭਾਸ਼ਾ ਹਮੇਸ਼ਾ ਸੁਤੰਤਰ ਹੁੰਦੀ ਹੈ, ਲਿਪੀ ਹਮੇਸ਼ਾ ਹੀ ਭਾਸ਼ਾ ਦੇ ਉੱਪਰ ਨਿਰਭਰ ਹੁੰਦੀ ਹੈ। ਭਾਸ਼ਾ ਹੋ ਸਕਦੀ, ਲਿਪੀ ਦਾ ਹੋਣਾ ਜ਼ਰੂਰੀ ਨਹੀਂ ਹੈ, ਨੰਬਰ ਇੱਕ, ਠੀਕ ਹੈ। ਇਹ ਲਿਪੀ ਤਾਂ ਸਦੀਆਂ ਬਾਅਦ ਕਿਤੇ ਜਾ ਕੇ ਪੈਦਾ ਹੋਈ ਹੈ, ਮਤਲਬ ਲਿਪੀ ਦਾ ਇਤਿਹਾਸ ਤਾਂ ਲਗਭਗ 2500 ਤੋਂ 3500 ਸਾਲ ਪੁਰਾਣਾ ਹੈ, ਇਸ ਤੋਂ ਜ਼ਿਆਦਾ ਨਹੀਂ ਹੈ। ਪਰ ਭਾਸ਼ਾ ਦੀ ਤਾਂ ਹੱਦ ਹੀ ਨਹੀਂ ਤੈਅ ਕੀਤੀ ਜਾ ਸਕਦੀ, ਕਿੰਨੇ 6-7 ਕਰੋੜ ਸਾਲ ਦਾ ਜਿਹੜਾ ਉਹ ਸਾਡਾ ਇਤਿਹਾਸ ਹੈਗਾ ਹਿਊਮਨ ਐਵੋਲਿਊਸ਼ਨ ਦਾ, ਠੀਕ ਹੈ। ਬੰਦਾ ਹੈ ਇੱਕ ਜੁਵਲ ਨੋ ਹਰਾਰੀ, ਨਾ ਨਾ ਸੁਣਿਆ, ਹਰਾਰੀ ਇੱਕ ਇਜ਼ਰਾਈਲ ਦਾ ਪ੍ਰੋਫੈਸਰ ਹੈ, ਜੁਵਲ ਨੋ ਹਰਾਰੀ, ਉਹਦੀ ਕਿਤਾਬ ਹੈਗੀ ਹੈ ਹਿਸਟਰੀ ਆਫ ਮੈਨਕਾਇੰਡ, ਅੰਗਰੇਜ਼ੀ ਛਪੀ ਹੈ, ਹਿੰਦੀ ਟਰਾਂਸਲੇਸ਼ਨ ਵੀ ਹੋ ਗਈ, ਪੰਜਾਬੀ ਟਰਾਂਸਲੇਸ਼ਨ ਹੋ ਰਹੀ ਹੈ ਉਹਦੀ, ਹੈ ਜੋ ਛਪਣੀ ਹੈ। ਜੇ ਕਦੇ ਮੌਕਾ ਮਿਲੇ ਤਾਂ ਕਿਤਾਬ ਨੂੰ ਜ਼ਰੂਰ ਪੜ੍ਹਿਓ, ਬੜੀ ਕਮਾਲ ਦੀ ਕਿਤਾਬ। ਉਹਨੇ ਪੂਰੀ ਐਵੋਲੂਸ਼ਨ ਦੱਸੀ ਹੈ ਬੰਦੇ ਦੀ, ਕਿ ਬੰਦਾ ਜਾਨਵਰ ਤੋਂ ਬੰਦੇ ਤੱਕ ਕਿਵੇਂ ਪਹੁੰਚਿਆ, ਉਹਦੀ ਮੈਂਟਲ ਜਿਹੜੀ ਹੈਗੀ ਹੈ ਨਾ ਉਹ ਉਹਦੀ ਡਿਵੈਲਪਮੈਂਟ ਕਿਵੇਂ ਹੋਈ ਹੈ, ਉਹ ਫਿਜ਼ੀਕਲੀ ਵੀ ਦੱਸਦਾ ਡਿਵੈਲਪਮੈਂਟ, ਉਹਦੀ ਕੋਗਨੀਸ਼ਨ ਵੀ ਦੱਸਦਾ। ਜਿਹੜੀ ਅਸੀਂ ਕੋਗਨੀਸ਼ਨ ਦੀ ਥਿਉਰੀ ਤੁਸੀਂ ਪੜ੍ਹਦੇ ਹੋ ਨਾ, ਉਹਦੇ ਬਹੁਤ ਸਾਰੇ ਬੇਸਿਕਸ ਉਹਨੇ ਉਹਦੇ 'ਚ ਕਲੀਅਰ ਕੀਤੇ ਹੋਏ। ਕਿਤਾਬ ਦਾ ਨਾ ਹੈ ਇਹ ਹਿਸਟਰੀ ਆਫ ਮੈਨਕਾਇੰਡ, ਬੜੀ ਪ੍ਰਚਲਿਤ ਕਿਤਾਬ ਰਹੀ ਹੈ, ਉਹ ਇੰਟਰਨੈਟ 'ਤੇ ਵੀ ਮਿਲ ਜਾਂਦੀ ਹੈ, PDF ਵੀ ਮਿਲ ਜਾਂਦੀ ਹੈ, ਠੀਕ ਹੈ।
ਉਹਦੇ ਵਿੱਚ ਪੂਰਾ ਉਹ ਕੋਗਨੀਟਿਵ ਜਿਹੜੀ ਡਿਵੈਲਪਮੈਂਟ ਹੈਗੀ ਆ ਉਹਦੀ ਗੱਲ ਕਰਦਾ। ਆ ਤਾਂ ਮਤਲਬ ਉਹਦੀ ਥਿਊਰੀ ਦੇ ਮੁਕਾਬਲੇ ਬਹੁਤ ਥੋੜੀਆਂ ਛੋਟੀਆਂ ਥਿਊਰੀਜ਼ ਲੱਗਦੀਆਂ ਜਿਹੜੀਆਂ ਹੈਗੀਆਂ ਪਿਆਜ਼ੇ ਵਗੈਰਾ ਦੀਆਂ, ਠੀਕ ਆ, ਨੋ ਡਾਊਟ ਇਹਨਾਂ ਦਾ ਵੀ ਵੱਡਾ ਰੋਲ ਹੈ। ਤਾਂ ਉਹ ਕੋਗਨੀਸ਼ਨ ਦੇ ਵਿੱਚ ਦੱਸਦਾ ਕਿ ਜੇ ਬੰਦਾ ਆਵਾਜ਼ਾਂ ਤੋਂ ਸ਼ਬਦ ਨਾ ਬਣਾ ਸਕਦਾ, ਆਵਾਜ਼ ਦੁਨੀਆ ਦੀ ਹਰ ਪ੍ਰਜਾਤੀ ਪੈਦਾ ਕਰ ਸਕਦੀ ਗਲੇ ਦੇ ਵਿੱਚੋਂ, ਜਾਨਵਰ ਵੀ ਕਰ ਲੈਂਦੇ ਆ, ਪਰ ਜੇ ਬੰਦੇ ਦੀ ਕੋਗਨੀਸ਼ਨ ਸ਼ੁਰੂ ਹੋਈ ਆ ਉਹ ਉਦੋਂ ਹੀ ਸ਼ੁਰੂ ਹੋਈ ਆ ਜਦੋਂ ਉਹਨੇ ਆਵਾਜ਼ ਨੂੰ ਇੱਕ ਖਾਸ ਟੋਨ 'ਚ ਬਦਲ ਲਿਆ, ਸ਼ਬਦਾਂ 'ਚ ਬਦਲ ਲਿਆ, ਉਦੋਂ ਹੀ ਸੋਚਣਾ ਸ਼ੁਰੂ ਹੋਇਆ। ਕਿਉਂਕਿ ਇੱਕ ਜਿੰਨਾ ਟਾਈਮ, ਹੁਣ ਤੁਸੀਂ ਦੇਖੋ ਕੋਗਨੀਸ਼ਨ ਦਾ ਮਸਲਾ ਹੈ, ਪੰਜਾਬੀ ਦੀ ਕਲਾਸ ਅਜੇ ਤੱਕ ਨਹੀਂ ਲੱਗੀ, ਪਹਿਲੀ ਕਲਾਸ ਇਹਦੋ ਲੱਗਣੀ ਆ, ਕਲਾਸ ਲੱਗਣ ਤੋਂ ਪਹਿਲਾਂ ਤੁਹਾਡੇ ਕੋਲ ਕਿੰਨੀ ਨੌਲੇਜ ਆ, ਉਦੋਂ ਬਾਅਦ ਕਿੰਨੀ ਕੁ ਹੋਊਗੀ, ਉਦੋਂ ਬਾਅਦ ਜੇ ਤੁਹਾਡੇ ਕੋਲ ਨੌਲੇਜ ਹੋਊਗੀ ਉਹਦਾ ਮਸਲਾ ਕੀ ਹੈ ਕਿ ਮੈਂ ਜੋ ਬੋਲਦਾ ਪਿਆ ਤੁਹਾਡੇ ਕੰਨਾਂ ਰਾਹੀਂ ਅੰਦਰ ਜਾ ਰਿਹਾ, ਜੇ ਕੁਛ ਜ਼ੁਬਾਨ ਚੋਂ ਸ਼ਬਦ ਹੀ ਨਹੀਂ ਪੈਦਾ ਹੋਊਗਾ ਤਾਂ ਤੁਹਾਡੀ ਨੌਲੇਜ ਕਿਵੇਂ ਇਨਕਰੀਜ਼ ਹੋਊਗੀ। ਇਸੇ ਕਰਕੇ ਮੰਨਿਆ ਜਾਂਦਾ ਕਿ ਲੈਂਗੁਏਜ ਅਜਿਹਾ ਟੂਲ ਆ ਜਿਹਦੇ ਕਰਕੇ ਕੋਗਨੀਸ਼ਨ ਹੋਈ। ਉਸੀ ਉਹਦੇ ਆਸੇ ਪਾਸੇ ਥਿਊਰੀਜ਼ ਘੁੰਮਦੀਆਂ ਸਾਰੀਆਂ ਜਿਹਦੇ ਬਾਰੇ ਉਹ ਬਿਗੋਸਕੀ ਤੇ ਪਿਆਜ਼ੀ ਲੜਦੇ ਰਹਿੰਦੇ ਆਪਸ ਦੇ ਵਿੱਚ ਕਿ ਜੀ ਕੋਗਨੀਸ਼ਨ ਪਹਿਲਾਂ ਜਾਂ ਲੈਂਗੁਏਜ ਪਹਿਲਾਂ, ਠੀਕ ਆ, ਪਹਿਲਾਂ ਵਿਚਾਰ ਪੈਦਾ ਹੋਇਆ ਜਾਂ ਪਹਿਲਾਂ ਭਾਸ਼ਾ ਪੈਦਾ ਹੋਈ, ਠੀਕ ਆ, ਉਹ ਚਲੋ ਆਪਾਂ ਪੈਡਾਗੋਜੀ 'ਚ ਕਰਾਂਗੇ ਸਾਰੀਆਂ ਗੱਲਾਂ। ਹੁਣ ਮੈਂ ਵਾਪਸ ਇਹਦੇ ਫਿਰ ਆਉਣਾ ਲਿਪੀ ਦੇ ਸਕ੍ਰਿਪਟ ਵਾਲੇ ਮਸਲੇ 'ਚ, ਜਿਹੜਾ ਹੈਗਾ ਸੀ ਆਈਡੈਂਟੀਫਿਕੇਸ਼ਨ ਵਾਲਾ ਮਸਲਾ, ਕਿ ਜੇ ਮੈਂ ਐਵੇਂ ਲਿਖਤਾ ਕਿ ਕੱਲ ਸ਼ੁੱਕਰਵਾਰ ਹੈ, ਨੰਬਰ ਇੱਕ, ਹੁਣ ਚਾਰ ਵਾਕ ਲਿਖੇ ਨੇ, ਤੁਸੀਂ ਪਛਾਣ ਕਰਨੀ ਹੈ ਕਿ ਪੰਜਾਬੀ ਭਾਸ਼ਾ ਦੇ ਕਿੰਨੇ ਕਿਹੜਾ ਕਿਹੜਾ ਨੰਬਰ ਵਾਕ ਪੰਜਾਬੀ ਭਾਸ਼ਾ ਦਾ ਤੇ ਕਿਹੜਾ ਕਿਹੜਾ ਅੰਗਰੇਜ਼ੀ ਦਾ। ਗੱਲ ਇੱਕੋ ਹੀ ਲਿਖੀ ਹੈ ਚਾਰਾਂ ਚ, ਕੱਲ ਸ਼ੁੱਕਰਵਾਰ ਹੈ, ਟਮੋਰੋ ਇਜ਼ ਫਰਾਈਡੇ, ਕੱਲ ਸ਼ੁੱਕਰਵਾਰ ਹੈ, ਟਮੋਰੋ ਇਜ਼ ਫਰਾਈਡੇ। ਅੱਛਾ, ਤੁਹਾਨੂੰ ਕੀ ਲੱਗਦਾ ਹੈ? ਕੁਛ ਵੀ ਨਹੀਂ ਲੱਗਦਾ, ਇਹ ਤਾਂ ਬਾਹਲੀ ਵਧੀਆ ਗੱਲ ਹੈ, ਇਹਦੂ ਵਧੀਆ ਤਾਂ ਗੱਲ ਹੀ ਕੋਈ ਨੀ। ਮੈਂ ਸਵਾਲ ਦੁਬਾਰਾ ਉਹ ਕਰ ਦਿੰਦਾ, ਸਵਾਲ ਹੈਗਾ ਕਿ ਕਿਹੜੇ ਵਾਕ ਪੰਜਾਬੀ ਭਾਸ਼ਾ ਦੇ ਆ, ਕਿਹੜੇ ਅੰਗਰੇਜ਼ੀ ਭਾਸ਼ਾ ਦੇ ਆ। ਸਿਰਫ ਕਾਊਂਟਿੰਗ ਦੱਸਣੀ ਆ ਕਿ 1-2 ਕਿੱਧਰ ਆਉਣਗੇ, 3-4 ਕਿੱਧਰ ਆਉਣਗੇ, ਜਾਂ 1-3 ਕਿੱਧਰ ਆਉਣਗੇ, 2-4 ਕਿੱਧਰ ਆਉਣਗੇ, ਇਸ ਤਰ੍ਹਾਂ। ਪਹਿਲਾ ਤੇ ਚੌਥਾ ਪੰਜਾਬੀ ਦਾ,
ਤੁਸੀਂ ਕੀ ਕਹਿੰਦੇ ਪਹਿਲੇ ਦੋ? ਅੱਛਾ, ਪਹਿਲਾ ਪੰਜਾਬੀ ਦਾ, ਦੂਜਾ ਅੰਗਰੇਜ਼ੀ ਦਾ, ਤੀਜਾ ਅੰਗਰੇਜ਼ੀ ਦਾ, ਚੌਥਾ ਪੰਜਾਬੀ ਦਾ, ਤੁਸੀਂ ਕੀ ਸਮਝੇ? ਹਾਂਜੀ, ਬਾਕੀ ਸਾਰੇ ਇੰਗਲਿਸ਼ ਲੱਗ ਰਹੇ ਆ। ਅੱਛਾ ਹਾਂਜੀ, ਕੀ ਲੱਗਦਾ? ਪਹਿਲਾ ਤੇ ਚੌਥਾ ਪੰਜਾਬੀ ਆ। ਅੱਛਾ ਹਾਂਜੀ, ਪਿੱਛੇ। ਅੱਛਾ, ਇਹ ਤਾਂ ਕੋਈ ਸਹਿਮਤੀ ਨਹੀਂ ਬਣਦੀ ਬਈ, ਹੈ ਨੀ ਸਹਿਮਤੀ ਤਾਂ ਚੱਲਦੇ ਬਣ ਜੂ, ਤੁਹਾਨੂੰ ਕੀ ਲੱਗਦਾ? ਹਾਂਜੀ, ਓਨਲੀ ਫਸਟ ਪੰਜਾਬੀ ਆ, ਬਾਕੀ ਸਾਰੇ ਇੰਗਲਿਸ਼ ਦੇ ਨੇ। ਹਾਂ ਸਵਾਲ ਸਮਝਣ ਦੇ ਮਸਲਾ ਹੈ ਸਾਰਾ, ਸਿੰਪਲ ਇੱਕ ਲਾਈਨ ਚ ਸਵਾਲ ਹੈ ਕਿ ਕਿਹੜੇ ਵਾਕ ਪੰਜਾਬੀ ਭਾਸ਼ਾ ਦੇ ਆ ਤੇ ਕਿਹੜੇ ਅੰਗਰੇਜ਼ੀ ਭਾਸ਼ਾ ਦੇ। ਹੁਣ ਮੈਂ ਜਿਹੜੀ ਗੱਲ ਪਹਿਲਾਂ ਕਰਕੇ ਹਟਿਆ ਨਾ, ਆਹ ਗੱਲ ਇਹਨੂੰ ਰੀਥਿੰਕ ਕਰੋ ਥੋੜਾ ਜਿਹਾ। ਮੈਂ ਕਿਹਾ ਕਿ ਲੈਂਗੁਏਜ ਇਜ਼ ਡਿਫਰੈਂਟ ਥਿੰਗ ਔਰ ਸਕ੍ਰਿਪਟ ਇਜ਼ ਡਿਫਰੈਂਟ ਥਿੰਗ, ਰਲਗੜ ਨਹੀਂ ਕਰਨਾ, ਇਹ ਰਲਗੜ ਕਰਦੇ ਪਏ ਹੋ, ਮਸਲਾ ਸਾਰਾ ਇੱਥੇ ਆ। ਦੋ ਭਾਸ਼ਾਵਾਂ ਇਹਦੇ ਵਿੱਚ ਪੰਜਾਬੀ ਤੇ ਅੰਗਰੇਜ਼ੀ ਦੇ, ਦੋ ਹੀ ਲਿਪੀਆਂ, ਕਿਹੜੀ ਕਿਹੜੀਆਂ? ਰੋਮਨ ਤੇ ਗੁਰਮੁਖੀ। ਤੇ ਦੋ ਦੋ ਵਾਕ ਨੇ ਦੋਨਾਂ ਦੇ, ਇਹ ਵੀ ਹੈ, ਇਹਦਾ ਮਤਲਬ ਇੱਕ ਤੇ ਤਿੰਨ ਵਾਲਾ ਤਾਂ ਬਣਦੀ ਨੀ। ਲੋਕ ਕੀਤਾ ਜਾਵੇ ਫਸਟ ਫੋਰ ਕੀ ਹੈ? ਪੰਜਾਬੀ ਟੂ ਤੇ ਥਰਡ ਤੁਸੀਂ ਕਹਿੰਦੇ ਵੀ ਇਹ ਅੰਗਰੇਜ਼ੀ। ਅੱਛਾ, ਮੈਂ ਦੋ ਤਿੰਨ ਜਣੇ ਆ ਜਿਨ੍ਹਾਂ ਨੇ ਇਸ ਕੰਬੀਨੇਸ਼ਨ ਚ ਜਵਾਬ ਦਿੱਤਾ ਹੈਗਾ, ਤੇ ਬਾਕੀ ਜਿਹੜੇ ਮੈਜੋਰਿਟੀ ਨੇ ਉਹ ਕੋਈ ਕਹਿੰਦਾ ਕਿ ਪਹਿਲਾ ਪੰਜਾਬੀ ਦਾ, ਕਹਿੰਦਾ ਪਹਿਲਾ ਤੇ ਚੌਥਾ ਵੀ ਖਾਸੀ ਦੀ ਸਹਿਮਤੀ ਹੈ ਨਾ, ਪਰ ਵਨ ਤੇ ਫੋਰ ਤੇ ਟੂ ਤੇ ਥ੍ਰੀ ਦੀ ਹਨਾ। ਹੁਣ ਮਸਲਾ ਕਿ ਇਹਦਾ ਹੱਲ ਕੰਪਿਊਟਰ ਹਮਾਜ ਨੂੰ ਪੁੱਛਦੇ, ਉਹਨਾਂ ਨੇ ਕਹਿੰਦਾ ਲੋਕ ਕਰਦੇ। ਸੁਣੋ, ਮੈਂ ਤੁਹਾਨੂੰ ਪਹਿਲਾਂ ਇਹਦੇ ਵਿੱਚ ਗੱਲ ਕਹਿ ਕੇ ਹਟਿਆ, ਸਕ੍ਰਿਪਟ ਵੱਖਰੀ ਚੀਜ਼ ਹੁੰਦੀ, ਲਿਪੀ ਹੋਰ ਚੀਜ਼ ਹੈ, ਭਾਸ਼ਾ ਹੋਰ ਚੀਜ਼ ਹੈ। ਦੁਨੀਆ ਦੀ ਕਿਸੇ ਵੀ ਭਾਸ਼ਾ ਨੂੰ ਕਿਸੇ ਵੀ ਲਿਪੀ ਦੇ ਵਿੱਚ ਲਿਖਿਆ ਜਾ ਸਕਦਾ ਤੇ ਤੁਹਾਡੇ ਸਾਹਮਣੇ ਲਿਖਿਆ ਵੀ ਹੋਇਆ। ਜਿਹੜੇ ਸੈਂਟੈਂਸ ਨੂੰ ਪੜ੍ਹ ਕੇ ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਇਮੇਜ ਬਣਦੀ ਪਈ ਹੈ ਜਿਹੜੀ ਭਾਸ਼ਾ ਦੀ, ਉਹੀ ਰਹਿਣੀ ਹੈ, ਸਕ੍ਰਿਪਟ ਨਹੀਂ ਵੇਖਣੀ। ਪਹਿਲਾ ਵਾਕ ਹੈਗਾ ਕੱਲ ਸ਼ੁੱਕਰਵਾਰ ਹੈ, ਪੰਜਾਬੀ ਭਾਸ਼ਾ ਲਿਪੀ ਗੁਰਮੁਖੀ ਹੈ। ਦੂਜਾ ਹੈਗਾ ਟਮੋਰੋ ਇਜ਼ ਫਰਾਈਡੇ, ਅੰਗਰੇਜ਼ੀ ਭਾਸ਼ਾ ਸਕ੍ਰਿਪਟ ਰੋਮਨ ਹੈ। ਤੀਜਾ ਕੱਲ ਸ਼ੁੱਕਰਵਾਰ ਹੈ, ਭਾਸ਼ਾ ਤਾਂ ਪੰਜਾਬੀ ਹੋਈ ਹੈ, ਸਕ੍ਰਿਪਟ ਰੋਮਨ ਹੈ। ਕੱਲ ਸ਼ੁੱਕਰਵਾਰ ਹੈ, ਇਹ ਪੰਜਾਬੀ ਭਾਸ਼ਾ ਹੈ, ਸਿਰਫ ਸਕ੍ਰਿਪਟ ਬਦਲੀ ਹੈ। ਟਮੋਰੋ ਇਜ਼ ਫਰਾਈਡੇ, ਹਰ ਗੁਰਮੁਖੀ ਚ ਲਿਖੀ ਹੋਈ ਚੀਜ਼ ਅੰਗਰੇਜ਼ੀ ਨਹੀਂ ਹੁੰਦੀ, ਜਿਵੇਂ ਉਹ ਗੀਤ ਹਰ ਚਮਕਦੀ ਚੀਜ਼ ਸੋਹਣਾ ਨਹੀਂ ਹੁੰਦੀ, ਉਹੀ ਮਸਲਾ ਹੈ। ਟਮੋਰੋ ਇਜ਼ ਫਰਾਈਡੇ ਲੈਂਗੁਏਜ ਇੰਗਲਿਸ਼ ਹੈ, ਜਸਟ ਸਕ੍ਰਿਪਟ ਬਦਲਤੀ। ਤੇ ਇਹ ਆ ਜਿਹੜਾ ਚੌਥਾ ਪੁਆਇੰਟ ਆ ਨਾ,
ਜਿਹੜੇ ਅੰਗਰੇਜ਼ੀ ਚੋਂ ਪਾਸ ਨਹੀਂ ਨਾ ਹੁੰਦੇ ਹੁੰਦੇ ਉਹਨਾਂ ਨੂੰ ਇਹਦਾ ਪਤਾ ਹੈ ਪੱਕਾ ਕਿ ਆਹ ਚੀਜ਼ ਬਹੁਤ ਵਧੀਆ ਕੰਮ ਆਉਂਦੀ ਹੈ। ਪਰਚੀਆਂ ਇਸੇ ਚ ਬਣਾਈਆਂ ਹੁੰਦੀਆਂ। ਰੀਅਲੀ ਬਹੁਤ ਕੇਸ ਪੜ੍ਹਿਆ ਮੈਂ। ਵੱਖਰੀ ਗੱਲ ਆ ਕਿ ਚਲੋ ਛੱਡ ਦੀ ਤਾਂ ਚੱਲ ਕੋਈ ਗੱਲ ਨਹੀਂ, ਨਹੀਂ ਤਾਂ ਸਖਤੀ ਹੁੰਦੀ ਹੈ ਕਿ ਨਹੀਂ ਛੱਡਣਾ ਨਹੀਂ ਕਿਸੇ ਨੂੰ ਕੇਸ ਬਣਾਉਣਾ, ਚਲੋ ਕੋਈ ਗੱਲ ਨਹੀਂ ਸਮਝਾ ਕੇ। ਅੰਗਰੇਜ਼ੀ ਦੇ ਪੇਪਰ ਚ, ਅੰਗਰੇਜ਼ੀ ਲਿਟਰੇਚਰ ਵਾਲੇ ਚ ਜਾਂ ਅੰਗਰੇਜ਼ੀ ਕੰਪਲਸਰੀ ਚ ਗੁਰਮੁਖੀ ਚ ਬਣਾਈਆਂ ਹੁੰਦੀਆਂ ਉਹਨਾਂ ਨੇ ਪਰਚੀਆਂ, ਐਂ ਲਿਖਿਆ ਹੁੰਦਾ। ਅੜੇ ਨੂੰ ਲੱਗਦਾ ਵੀ ਪਰਚੀ ਫੜੀ ਤਾਂ ਪੰਜਾਬੀ ਦੀ ਆ, ਕਿਹੜਾ ਦੇਖਦਾ। ਉਹ ਜਦੋਂ ਪੜ੍ਹ ਕੇ ਦੇਖਦੇ ਆ ਹੁੰਦੀ ਤਾਂ ਅੰਗਰੇਜ਼ੀ ਹੋਈ ਆ। ਅੜੇ ਨੂੰ ਪਤਾ ਆ ਜਾਂਦਾ ਕਿ ਸਾਰੇ ਪੈਰੇ ਲਿਖ ਲਓ ਉਹਨੂੰ, ਮੋਟਾ ਮੋਟਾ ਪਰ ਉਮਰ ਚ ਤਾਂ ਲਿਖ ਹੀ ਦੇਵਾਂਗੇ, ਪਾਸ ਜੋ ਹੁਣ ਜੋਗੇ ਨੰਬਰ ਆ ਜਾਣਗੇ। ਚੱਲ ਬਹੁਤ ਚੱਲਦਾ ਰਿਹਾ ਇਹ ਕੰਮ ਤੇ ਚੱਲਦਾ ਵੀ ਹੋਣਾ, ਠੀਕ ਆ, ਤੇ ਸ਼ਾਇਦ ਤੁਹਾਡਾ ਵਾਹ ਵੀ ਪਵੇ ਕਿਸੇ ਟਾਈਮ। ਤਾਂ ਉਹਨੂੰ ਵੀ ਪਤਾ ਹੈ ਕਿ ਲਿੰਗ ਦੀ ਸਕ੍ਰਿਪਟ ਵੱਖਰੀ ਵੱਖਰੀ ਹੁੰਦੀ ਆ, ਠੀਕ ਆ, ਜਿਹੜਾ ਬੰਦਾ ਏਦਾਂ ਦੇ ਜਗਾੜ ਲਾਉਂਦਾ। ਇਸ ਕਰਕੇ ਤੁਹਾਨੂੰ ਲਾਜ਼ਮੀ ਤੌਰ ਤੇ ਪਤਾ ਹੋਣਾ ਚਾਹੀਦਾ, ਪਹਿਲਾ ਵਾਕ ਤੇ ਤੀਸਰਾ ਵਾਕ ਪੰਜਾਬੀ ਭਾਸ਼ਾ ਦੇ ਨੇ, ਸਿਰਫ ਲਿਪੀ ਦਾ ਫਰਕ ਹੈ। ਪਹਿਲੇ ਦੀ ਲਿਪੀ ਗੁਰਮੁਖੀ ਹੈ, ਤੀਜੇ ਦੀ ਲਿਪੀ ਜਿਹੜੀ ਉਹ ਰੋਮਨ ਹੈ, ਦੂਜੇ ਦੀ ਲਿਪੀ ਰੋਮਨ ਹੈ, ਭਾਸ਼ਾ ਅੰਗਰੇਜ਼ੀ ਹੈ। ਤੇ ਇੱਥੇ ਲਿਪੀ ਬਦਲੀ ਹੈ, ਭਾਸ਼ਾ ਨਹੀਂ ਬਦਲੀ। ਇਹ ਜਿਹੜਾ ਸੈਂਟੈਂਸ ਹੈਗਾ ਟਮੋਰੋ ਇਜ਼ ਫਰਾਈਡੇ, ਇਹ ਅੰਗਰੇਜ਼ੀ ਦਾ ਹੀ ਹੈ, ਅੰਗਰੇਜ਼ੀ ਦਾ ਹੀ ਰਹਿਣਾ, ਸਮਝ ਗਏ ਨਾ। ਇਸ ਤੋਂ ਬਾਅਦ ਥੋੜ੍ਹਾ ਇਹਨੂੰ ਫਿਰ ਰੀਥਿੰਕ ਕਰਿਓ ਕਿ ਭਾਸ਼ਾ ਔਰ ਲਿਪੀ ਦੋਨੇ ਵੱਖਰੀਆਂ ਚੀਜ਼ਾਂ ਨੇ। ਤੁਹਾਡੀ ਕਲਾਸ ਤੋਂ ਬਾਹਰ ਜਿਹੜੇ ਬੰਦੇ ਆ ਨਾ, ਉਹਨਾਂ ਨੂੰ ਕੋਈ ਮਸਲਾ ਨਹੀਂ ਇਸ ਗੱਲ, ਉਹ ਭਾਵੇਂ ਦੋਨਾਂ ਨੂੰ ਇਕੱਠੀ ਸਮਝ ਜਾਣ, ਬਟ ਤੁਹਾਡੇ ਤੇ ਰਿਸਪੋਂਸੀਬਿਲਟੀ ਹੈ, ਤੁਸੀਂ ਸਾਰੀਆਂ ਚੀਜ਼ਾਂ ਸਿਖਾਉਣੀਆਂ ਨੇ, ਪੇਪਰ ਕੁਆਲੀਫਾਈ ਕਰਨਾ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਕੋਈ ਚੀਜ਼ ਇੱਦਾਂ ਲਿਖੀ ਜਾਂਦੀ ਹੈਗੀ ਆ ਤਾਂ ਤੁਸੀਂ ਆਈਡੈਂਟੀਫਾਈ ਕਿੱਥੋਂ ਕਰਨਾ ਹੈ, ਤੁਸੀਂ ਆਈਡੈਂਟੀਫਾਈ ਉਹਦੀ ਲੈਂਗੁਏਜ ਤੋਂ ਕਰੋਗੇ, ਨਾ ਕਿ ਸਕ੍ਰਿਪਟ ਤੋਂ। ਤੇ ਜਦੋਂ ਸਰਕਾਰ ਕਹਿੰਦੀ ਹੈ ਨਾ ਫਿਰ ਇੱਦਾਂ ਬਦਲਣ ਵਾਸਤੇ, ਆ ਫਿਰ ਜਦੋਂ ਤੁਸੀਂ ਬਦਲਦੇ ਪਏ ਪੁਸ਼ ਨੂੰ ਪੁਸ਼ ਦੇ ਵਿੱਚ, ਤਾਂ ਇਹ ਲੈਂਗੁਏਜ ਨਹੀਂ ਬਦਲੀ ਗਈ। ਆ ਮੈਂ ਐਗਜ਼ਾਮਪਲ ਤੁਹਾਡੇ ਸਾਹਮਣੇ ਪਹਿਲਾਂ ਰੱਖੀ ਸੀ, ਬਹੁਤਿਆਂ ਨੇ ਇਹਨੂੰ ਪ੍ਰੋਸੈਸ ਕਰਕੇ ਅਪਲਾਈ ਕਰ ਲਿਆ, ਬਹੁਤਿਆਂ ਨੂੰ ਨਹੀਂ ਹੋਇਆ, ਠੀਕ ਹੈ, ਪਰ ਉਮੀਦ ਆ ਕਿ ਇਨ ਫਿਊਚਰ ਹੋ ਜਾਊਗਾ। ਤਾਂ ਜਿਹੜੀ ਹੁਣ ਇੱਥੇ ਦੋ ਚੀਜ਼ਾਂ ਜਿਨ੍ਹਾਂ ਨੂੰ ਨਹੀਂ ਪਤਾ ਉਹ ਜ਼ਰੂਰ ਲਿਖ ਲਓ, ਜਦੋਂ ਭਾਸ਼ਾ ਨੂੰ ਭਾਸ਼ਾ ਦੇ ਵਿੱਚ ਬਦਲਿਆ ਜਾਂਦਾ, ਭਾਸ਼ਾ ਨੂੰ ਭਾਸ਼ਾ ਦੇ ਵਿੱਚ ਬਦਲਿਆ ਜਾਂਦਾ, ਤਾਂ ਉਹਨੂੰ ਅਸੀਂ ਬੋਲਦੇ ਹੈਗੇ ਹਾਂ ਟ੍ਰਾਂਸਲੇਸ਼ਨ। ਭਾਸ਼ਾ ਨੂੰ ਭਾਸ਼ਾ ਚ ਬਦਲਿਆ ਜਾਂਦਾ ਤਾਂ ਉਹਨੂੰ ਬੋਲਦੇ ਸੀ ਟ੍ਰਾਂਸਲੇਸ਼ਨ, ਉਹਨੂੰ ਪੰਜਾਬੀ ਚ ਕਹਿੰਦੇ ਜੀ ਅਨੁਵਾਦ। ਤੇ ਜਦੋਂ ਲਿਪੀ ਨੂੰ ਲਿਪੀ ਚ ਬਦਲਿਆ ਜਾਂਦਾ, ਲਿਪੀ ਨੂੰ ਲਿਪੀ ਦੇ ਵਿੱਚ ਬਦਲਿਆ ਜਾਂਦਾ ਤਾਂ ਉਹਨੂੰ ਬੋਲਦੇ ਨੇ ਟ੍ਰਾਂਸਲਿਟਰੇਸ਼ਨ। ਉਹਨੂੰ ਕਹਿੰਦੇ ਨੇ ਜੀ ਲਿਪੀ ਅੰਤਰਣ, ਲਿਪੀ ਅੰਤਰਣ। ਤੇ ਜੇ ਇਹ ਚੀਜ਼ਾਂ ਚ ਫਰਕ ਨਾ ਹੁੰਦਾ ਤਾਂ ਟਰਮਸ ਬਣਨੀਆਂ ਨਹੀਂ ਸੀਗੀਆਂ। ਅਸੀਂ ਟ੍ਰਾਂਸਲੇਸ਼ਨ ਨੂੰ ਟ੍ਰਾਂਸਲਿਟਰੇਸ਼ਨ ਨਹੀਂ ਸਮਝਣਾ ਤੇ ਟ੍ਰਾਂਸਲਿਟਰੇਸ਼ਨ ਨੂੰ ਟ੍ਰਾਂਸਲੇਸ਼ਨ ਨਹੀਂ ਸਮਝਣਾ, ਦੋਨੇ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਤੇ ਆਹ ਜਿਹੜਾ ਮੈਂ ਤੁਹਾਨੂੰ ਲਿਖਾਇਆ ਤੇ ਅੱਗੇ ਜਾ ਕੇ ਆਪਾਂ ਜਦੋਂ ਸ਼ਬਦ ਪੜਾਂਗੇ ਨਾ, ਉਹਦਾ ਸਟਰਕਚਰ ਪੜਾਂਗੇ, ਉਦੋਂ ਇਹ ਕੰਮ ਆਊਗੀ ਆ ਚੀਜ਼ ਟ੍ਰਾਂਸਲੇਸ਼ਨ ਵਾਲੀ। ਜਦੋਂ ਅਸੀਂ ਸ਼ਬਦ ਬਾਹਰੋਂ ਕਿਸੇ ਹੋਰ ਭਾਸ਼ਾ ਤੋਂ ਲੈਂਦੇ ਹਾਂ ਜਿਹਨੂੰ ਅਸੀਂ ਤਤਸਮ ਤਦਭਵ ਬੋਲਦੇ ਹਾਂ, ਠੀਕ ਆ, ਉਹ ਇਹ ਚੀਜ਼ ਕੰਮ ਆਊਗੀ। ਸਮਝ ਗਏ ਹੁਣ ਕਿ ਲਿਪੀ ਵੱਖਰੀ ਚੀਜ਼ ਆ, ਭਾਸ਼ਾ ਵੱਖਰੀ ਚੀਜ਼ ਆ। ਚਲੋ ਉਦੋਂ ਬਾਅਦ ਕੁਝ ਸਵਾਲ ਪੰਜਾਬੀ ਭਾਸ਼ਾ ਬਾਰੇ।
ਪੰਜ ਸੱਤ ਮਿੰਟ ਹੈਗੇ ਆ ਮੇਰੇ ਕੋਲ, ਵਾਧੂ ਟਾਈਮ ਆ ਆਪਦਾ ਦੇਖ ਲਓ ਠੀਕ ਆ। ਪੰਜਾਬੀ ਭਾਸ਼ਾ ਬਾਰੇ ਇੱਕ ਗੱਲ ਆਪਾਂ ਕਰ ਲਈ ਹੈ ਕਿ ਦੁਨੀਆਂ ਦੀ ਹਰ ਭਾਸ਼ਾ ਨੂੰ ਹਰ ਲਿਪੀ ਦੇ ਵਿੱਚ ਲਿਖਿਆ ਜਾ ਸਕਦਾ। ਪੰਜਾਬੀ ਭਾਸ਼ਾ ਨੂੰ ਹੁਣ ਤੱਕ ਜੋ ਕਿਤਾਬਾਂ ਦੇ ਵਿੱਚ ਦਰਜ ਆ ਉਹ ਇਹੀ ਹੈ ਕਿ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਦੁਨੀਆਂ ਦੇ ਵਿੱਚ ਦੋ ਲਿਪੀਆਂ ਵਰਤੀਆਂ ਜਾਂਦੀਆਂ ਨੇ ਜਾਂ ਦੋ ਲਿਪੀਆਂ ਦੇ ਵਿੱਚ ਪੰਜਾਬੀ ਨੂੰ ਲਿਖਿਆ ਜਾਂਦਾ। ਕਿਹੜੀਆਂ ਕਿਹੜੀਆਂ ਭਲਾ? ਉਹ ਗੁਰਮੁਖੀ ਤੇ ਸ਼ਾਹਮੁਖੀ ਲਿਪੀ, ਠੀਕ ਹੈ। ਪੂਰੀ ਦੁਨੀਆਂ ਦੇ ਵਿੱਚ ਪੰਜਾਬੀ ਬੋਲਣ ਵਾਲੇ ਬੰਦੇ ਲਗਭਗ 20-22 ਕਰੋੜ ਬੰਦੇ ਜਿਹੜੇ ਪੰਜਾਬੀ ਬੋਲਦੇ ਆ, ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਬੰਦੇ ਕਿਸੇ ਇੱਕ ਥਾਂ ਤੇ ਰਹਿੰਦੇ ਨੇ ਤਾਂ ਉਹ ਕਿੱਥੋਂ ਵਾਲੇ ਆ ਭਲਾ? ਦੋ ਪੰਜਾਬ ਆ ਸਾਡੇ, ਇੱਕ ਭਾਰਤੀ ਪੰਜਾਬ, ਇੱਕ ਪਾਕਿਸਤਾਨੀ ਪੰਜਾਬ। ਕੀ ਲੱਗਦਾ ਸਾਡੇ ਵਾਲੇ ਪੰਜਾਬੀ ਵੱਧ ਬੋਲਦੇ ਆ ਜਾਂ ਉੱਧਰ ਵਾਲੇ ਵੱਧ ਬੋਲਦੇ? ਹੈਂਜੀ, ਪਾਕਿਸਤਾਨੀ। ਪਾਕਿਸਤਾਨੀ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ 7 ਕਰੋੜ ਦੇ ਐਵਰੇਜ, ਸਾਡੇ ਕੋਲ 3 ਕਰੋੜ ਬੰਦਾ, ਸਾਡੇ ਦੁੱਗਣੇ ਤੋਂ ਵੀ ਜ਼ਿਆਦਾ ਨੇ। ਤੇ ਬਾਕੀ ਜਿਹੜੇ ਰਹਿ ਗਏ ਪਿੱਛੇ 7-8 ਕਰੋੜ, ਉਹ ਵਿਦੇਸ਼ਾਂ 'ਚ ਹੈਗੇ ਆ। ਉਹਦੇ 'ਚ ਸਭ ਤੋਂ ਵੱਧ ਇਸ ਟਾਈਮ ਪਾਪੂਲੇਸ਼ਨ ਹੈਗੀ ਹੈ ਕੈਨੇਡਾ ਦੇ ਵਿੱਚ ਪੰਜਾਬੀ ਬੋਲਣ ਵਾਲੀ, ਠੀਕ ਹੈ। ਉਹ ਤਾਂ ਹੁਣ ਉਹਨਾਂ ਦੀ ਤਾਂ ਆਈਲੈਟਸ ਵੀ ਏਅਰਪੋਰਟ 'ਤੇ ਰੁਲ ਜਾਂਦੀ ਆ, ਉਹ ਕਹਿੰਦੇ ਲੋੜ ਹੀ ਨਹੀਂ ਪੈਂਦੀ, ਐਵੇਂ ਪਤਾ ਨਹੀਂ ਕਿਉਂ ਸਿਖਾਈ ਜਾਂਦੇ ਨੇ। ਮਤਲਬ ਜਿੰਨਾ ਕੁ ਮੈਨੂੰ ਵਾਹ ਹੈਗਾ, ਤੁਹਾਡਾ ਵੀ ਵਾਹ ਹੋਣਗੇ, ਵੀ ਬਹੁਤ ਰੇਅਰ ਹੀ ਹੈ ਜਿਨ੍ਹਾਂ ਨੂੰ ਅੰਗਰੇਜ਼ੀ ਦੀ ਵਰਤਣ ਦੀ ਲੋੜ ਪੈ ਰਹੀ ਆ। ਲਗਭਗ ਪੰਜਾਬੀ ਨਾਲ ਸਾਰੇ ਕੰਮ ਜਿਨ੍ਹਾਂ ਦੇ ਸਰੀ ਜਾਂਦੇ ਨੇ, ਖਾਸ ਕਰ ਬ੍ਰਹਮਟਨ ਵਾਲਿਆਂ ਨੂੰ ਤਾਂ ਭੁੱਲ ਭੱਲ ਗਏ ਜਿਹੜੇ ਗ੍ਰਾਮਰ ਦੇ ਰੂਲ ਹੈਗੇ ਅੰਗਰੇਜ਼ੀ ਦੇ, ਹਨਾ। ਉਹ ਕਹਿੰਦੇ ਵੀ ਸਾਨੂੰ ਇੱਥੇ ਆ ਕੇ ਕਈ ਵਾਰੀ ਬੋਲਣੀ ਪੈਂਦੀ, ਉੱਥੇ ਤਾਂ ਲੋੜ ਨਹੀਂ ਪੈਂਦੀ, ਠੀਕ ਹੈ। ਕਿਉਂਕਿ ਹੁਣ ਤਾਂ ਉਹ ਗੋਰੇ ਐਸੇ, ਉਹ ਤਾਂ ਕਹਿੰਦੇ ਗੋਰੇ ਵੀ ਸਿੱਖ ਗਏ, ਉਹ ਤਾਂ ਆਪ ਵਧੀਆ ਨਜ਼ਾਰਾ ਹੁੰਦਾ ਪੰਜਾਬੀ ਬੋਲ ਕੇ। ਤੇ ਕੈਨੇਡਾ ਸਭ ਤੋਂ ਵੱਧ ਬੋਲੀ ਜਾਂਦੀ ਆ ਇੱਕ ਥਾਂ ਤੇ, ਪਾਕਿਸਤਾਨੀ ਪੰਜਾਬ 'ਚ ਸਭ ਤੋਂ ਵੱਧ ਪੰਜਾਬੀ ਬੋਲੀ ਜਾਂਦੀ ਆ, ਸਾਡੇ ਨੂੰ ਜ਼ਿਆਦਾ ਨੇ, ਉਦੋਂ ਬਾਅਦ ਸਾਡਾ ਨੰਬਰ ਆਉਂਦਾ। ਪਾਕਿਸਤਾਨੀ ਪੰਜਾਬ ਦੇ ਵਿੱਚ ਲਿਖਣ ਦੇ ਲਈ, ਪੰਜਾਬੀ ਲਿਖਣ ਦੇ ਲਈ ਉਹ ਲਿਪੀ ਵਰਤਦੇ, ਉਹਨੂੰ ਬੋਲਦੇ ਨੇ ਪਰਸ਼ੀਅਨ ਸਕ੍ਰਿਪਟ, ਪਰਸ਼ੀਅਨ ਫਾਰਸੀ ਲਿਪੀ, ਤੇ ਉਹਨੂੰ ਅਸੀਂ ਬੋਲਦੇ ਹਾਂ ਸ਼ਾਹਮੁਖੀ ਲਿਪੀ, ਸ਼ਾਹਮੁਖੀ, ਠੀਕ ਹੈ। ਜਿਹਨੂੰ ਤੁਸੀਂ ਉਰਦੂ ਕਹਿੰਦੇ ਹੋ ਨਾ, ਹੁਣ ਆਮ ਤੌਰ ਤੇ ਜਿਹੜੇ ਉਰਦੂ ਅੱਖਰਾਂ 'ਚ ਜੋ ਲਿਖਿਆ ਹੁੰਦਾ ਸਾਨੂੰ ਉਰਦੂ ਲੱਗਦੀ ਹੈ, ਪਰ ਉਹ ਜ਼ਰੂਰੀ ਨਹੀਂ ਕਿ ਉਰਦੂ ਹੋਵੇ, ਹੋ ਸਕਦਾ ਉਹ ਅਰਬੀ ਹੋਵੇ, ਹੋ ਸਕਦਾ ਉਹ ਫਾਰਸੀ ਹੋਵੇ, ਕਿਉਂਕਿ ਸਾਨੂੰ ਤਾਂ ਸਿਰਫ ਚਿੰਨ੍ਹਾਂ ਦਾ ਪਤਾ ਵੀ ਆ, ਬਿੰਗੇ ਟੇਢੇ ਜਿਹੜੇ ਪਾਉਂਦੇ ਹੁੰਦੇ ਨੇ, ਠੀਕ ਹੈ। ਤਾਂ ਪਾਕਿਸਤਾਨੀ ਪੰਜਾਬ ਵਾਲੇ ਸ਼ਾਹਮੁਖੀ ਲਿਪੀ ਵਰਤਦੇ, ਭਾਰਤੀ ਪੰਜਾਬ ਦੇ ਵਿੱਚ ਜਿੰਨਾ ਵੀ ਕੁਛ ਪੰਜਾਬੀ ਦੇ ਵਿੱਚ ਲਿਖਿਆ ਜਾਂਦਾ ਉਹ ਗੁਰਮੁਖੀ ਲਿਪੀ 'ਚ ਲਿਖਿਆ ਜਾਂਦਾ। ਤੇ ਜਿਹੜਾ ਸਾਡਾ ਐਕਟ ਹੈਗਾ 1968 ਦਾ, ਉਹਦੇ ਵਿੱਚ ਵੀ ਇਹ ਗੱਲ ਦਰਜ ਹੈ ਕਿ ਪੰਜਾਬ ਦੇ ਵਿੱਚ ਜਿੰਨਾ ਵੀ ਸਰਕਾਰੀ ਕੰਮ ਹੋਣਾ ਉਹ ਪੰਜਾਬੀ ਭਾਸ਼ਾ 'ਚ ਹੋਣਾ। ਪੰਜਾਬੀ ਭਾਸ਼ਾ ਦਾ ਮਤਲਬ ਗੁਰਮੁਖੀ ਲਿਪੀ 'ਚ ਆਉਣਾ, ਕਿਉਂਕਿ ਲਿਪੀ ਨੂੰ ਨਾਲ ਲਿਖਣਾ ਪੈਂਦਾ ਕਿ ਲਿਪੀ ਕਿਹੜੀ ਵਰਤੀ ਜਾਣੀ ਹੈ, ਇਕੱਲੀ ਭਾਸ਼ਾ ਨਾਲ ਨਹੀਂ ਸਰਦਾ। ਭਾਸ਼ਾ ਨੂੰ ਤਾਂ ਤੁਸੀਂ ਬਹੁਤ ਸਾਰੀਆਂ ਲਿਪੀਆਂ 'ਚ ਉਹ ਕਰਦੇ ਹੋ, ਜਿੰਨਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਤੁਹਾਡਾ ਕੰਟੈਂਟ ਹੈਗਾ, ਗੱਲਬਾਤ ਹੈਗੀ, ਉਹ ਸਾਰੀ ਰੋਮਨ 'ਚ ਹੈ ਜਾਂ ਮੋਸਟਲੀ ਰੋਮਨ 'ਚ ਹੈ। ਤੁਹਾਡੀ ਜਿੰਨੀ ਵੀ ਕਮਿਊਨੀਕੇਸ਼ਨ ਹੈ ਚੈਟ ਵਾਲੀ ਸਾਰੀ ਰੋਮਨ 'ਚ ਹੈ, ਕੋਈ ਤੁਹਾਡੇ 'ਚ ਹੋ ਸਕਦਾ ਕਿ ਗੁਰਮੁਖੀ ਕੀਬੋਰਡ ਵਰਤਦਾ ਹੋਵੇ, ਠੀਕ ਆ। ਚਲੋ ਹੁਣ ਤਾਂ ਕੰਪਨੀਆਂ 'ਚ ਧੱਕੇ ਨਾਲ ਕੀਬੋਰਡ ਦੇਣ ਲੱਗ ਗਏ ਪੰਜਾਬੀ ਦਾ ਵੀ ਵਿੱਚ, ਪਰ ਉਹ ਵਰਤਦੇ ਬਹੁਤ ਥੋੜ੍ਹੇ ਆ। ਮਤਲਬ ਕਿ ਸੋਸ਼ਲ ਮੀਡੀਆ 'ਤੇ ਰੋਮਨ ਸਭ ਤੋਂ ਵਰਤੀ ਜਾ ਰਹੀ ਹੈ, ਕਿਤਾਬਾਂ 'ਚ ਹਲੇ ਵੀ ਇਹ ਗੱਲ ਦਰਜ ਹੈਗੀ ਹੈ ਕਿ ਸ਼ਾਹਮੁਖੀ ਅਤੇ ਗੁਰਮੁਖੀ ਲਿਪੀ ਦੋ ਲਿਪੀਆਂ ਨੇ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਜਿਹੜੀਆਂ ਵਰਤੀਆਂ ਜਾਂਦੀਆਂ ਨੇ। ਪਰ ਪੰਜਾਬੀ ਸਿਰਫ ਇਹਨਾਂ 'ਚ ਨਹੀਂ ਲਿਖੀ ਜਾਂਦੀ, ਹੋਰ ਵੀ ਬਹੁਤ ਸਾਰੇ 'ਚ ਲਿਖੀ ਜਾਂਦੀ, ਜਿੰਨੀਆਂ ਵੀ ਲਿਪੀਆਂ ਹੈਗੀਆਂ। ਜਰਮਨ ਵਾਲੇ ਆਪਣੀ ਜਰਮਨ 'ਚ ਵੀ ਪੰਜਾਬੀ ਲਿਖ ਲੈਂਦੇ, ਠੀਕ ਆ। ਅਗਲੀ ਗੱਲ, ਇੱਕ ਹੋਰ ਸਵਾਲ ਇਹਦੇ ਨਾਲ ਬਣਦਾ ਪੰਜਾਬੀ ਭਾਸ਼ਾ, ਕਿ ਇਹ ਗੱਲ ਠੀਕ ਹੈ ਕਿ ਜੀ ਹਰ ਭਾਸ਼ਾ ਨੂੰ ਹਰ ਲਿਪੀ ਦੇ ਵਿੱਚ ਲਿਖਿਆ ਜਾ ਸਕਦਾ, ਪਰ ਇਹ ਗੱਲ ਕਿਉਂ ਕਹੀ ਜਾਂਦੀ ਹੈ ਕਿ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਢੁਕਵੀਂ ਲਿਪੀ?
ਸੂਟੇਬਲ ਹੈ। ਢੁਕਵੀਂ ਦਾ ਮਤਲਬ ਸੂਟੇਬਲ, ਕਿ ਜਦੋਂ ਅਸੀਂ ਰੋਮਨ 'ਚ ਵੀ ਲਿਖ ਸਕਦੇ ਹਾਂ, ਅਸੀਂ ਉਹਨੂੰ ਦੇਵਨਾਗਰੀ 'ਚ ਵੀ ਲਿਖ ਸਕਦੇ ਹਾਂ ਪੰਜਾਬੀ ਨੂੰ, ਅਸੀਂ ਉਹਨੂੰ ਸ਼ਾਹਮੁਖੀ 'ਚ ਵੀ ਲਿਖ ਸਕਦੇ ਹਾਂ, ਗੁਰਮੁਖੀ ਲਿਖ ਸਕਦੇ ਹਾਂ, ਤਾਂ ਗੁਰਮੁਖੀ ਹੀ ਕਿਉਂ ਸੂਟੇਬਲ ਹੈ? ਕਦੇ ਸੋਚਿਆ ਇਹਦੇ ਬਾਰੇ, ਜਾਂ ਕਦੇ ਸਵਾਲ ਆਇਆ ਹੋਵੇ ਦਿਮਾਗ 'ਚ? ਇਹ ਤਾਂ ਪੜ੍ਹਿਆ ਹੋਣਾ ਘੱਟੋ ਘੱਟ ਕਿ ਪੰਜਾਬੀ ਭਾਸ਼ਾ ਦੀ ਢੁਕਵੀਂ ਲਿਪੀ ਕਿਹੜੀ ਆ। ਪੜ੍ਹਿਆ ਕਦੇ ਕਿ ਨਹੀਂ ਪੜ੍ਹਿਆ? ਵੀ ਨਹੀਂ ਪੜ੍ਹਿਆ, ਧੁੰਦਲਾ ਹੋ ਗਿਆ। ਪੜ੍ਹਿਆ ਹੋਣਾ, ਉਹ ਮਿੱਟੀ ਮੁੱਟੀ ਜੀ ਪੈ ਗਈ, ਕੋਈ ਨਾ, ਝੜ ਜੂ ਇੱਕ ਦੋ ਦਿਨਾਂ 'ਚ। ਟਾਈਮ ਬਹੁਤ ਹੋ ਗਿਆ ਹੋਣਾ, ਕਈਆਂ ਨੂੰ ਕਿਸੇ ਨੂੰ 7-8 ਸਾਲ, ਕਿਸੇ ਨੂੰ 10 ਹੋ ਗਏ ਹੋਣੇ ਸਕੂਲ ਪੱਧਰ ਤੇ ਪੜ੍ਹਿਆ ਨੂੰ। ਸੂਟੇਬਲ ਸਕ੍ਰਿਪਟ ਵੱਖਰੀ ਹੁੰਦੀ ਆ, ਠੀਕ ਆ, ਨੋਰਮਲ ਸਕ੍ਰਿਪਟ ਵੱਖਰੀ ਹੁੰਦੀ ਹੈ। ਨੋਰਮਲ ਦਾ ਮਤਲਬ ਕਿ ਤੁਸੀਂ ਕਿਸੇ ਵੀ ਸਕ੍ਰਿਪਟ ਦੇ ਵਿੱਚ ਲਿਖ ਲਓ। ਹੁਣ ਜੇ ਤੁਸੀਂ ਪੰਜਾਬੀ ਭਾਸ਼ਾ ਨੂੰ ਚਾਹੋ ਕਿ ਅਸੀਂ ਬਿਲਕੁਲ ਇੰਨ ਬਿੰਨ ਸ਼ੁੱਧ ਤਰੀਕੇ ਦੇ ਨਾਲ ਕਿਸੇ ਹੋਰ ਸਕ੍ਰਿਪਟ 'ਚ ਲਿਖ ਸਕਦੇ ਹਾਂ, ਤਾਂ ਉਹਦੇ ਵਿੱਚ ਦਿੱਕਤ ਹੈ। ਕਿਉਂ ਦਿੱਕਤ ਹੈ? ਕਿਉਂਕਿ ਹਰ ਭਾਸ਼ਾ ਦੇ ਵਿੱਚ ਆਵਾਜ਼ਾਂ ਦੀ ਗਿਣਤੀ ਸੀਮਤ ਹੈ, ਆਵਾਜ਼ਾਂ ਦੀ ਗਿਣਤੀ ਦੇ ਵਿੱਚ ਫਰਕ ਹੈ, ਆਵਾਜ਼ਾਂ ਦੀ ਗਿਣਤੀ 'ਚ ਫਰਕ ਹੋਣ ਕਰਕੇ ਅੱਖਰਾਂ ਦੀ ਗਿਣਤੀ 'ਚ ਫਰਕ ਹੈ। ਅੰਗਰੇਜ਼ੀ ਦੇ ਵਿੱਚ 26 ਲੈਟਰ ਹੈ, ਸਾਡੇ ਕੋਲ 41 ਲੈਟਰ ਨੇ, ਦੇਵਨਾਗਰੀ 'ਚ ਇਦੋਂ ਵੀ ਜ਼ਿਆਦਾ ਨੇ, 52 ਲੈਟਰ ਨੇ। ਉਹ 52 ਲੈਟਰ ਕਿਉਂ ਬਣੇ ਆ? ਕਿਉਂਕਿ ਹਿੰਦੀ ਬੋਲਣ ਵਾਲਾ ਬੰਦਾ 52 ਕਿਸਮ ਦੀਆਂ ਆਵਾਜ਼ਾਂ ਆਪਣੇ ਗਲੇ 'ਚੋਂ ਪੈਦਾ ਕਰਦਾ, ਉਹ 52 ਕਿਸਮ ਦੀਆਂ ਆਵਾਜ਼ਾਂ ਵੱਖਰੀਆਂ ਨੇ। ਅੰਗਰੇਜ਼ੀ ਵਾਲਾ ਬੰਦਾ 26 ਕਿਸਮ ਦੀਆਂ ਆਵਾਜ਼ਾਂ ਪੈਦਾ ਕਰਦਾ, ਸਾਡਾ ਗਲਾ ਪੰਜਾਬੀ ਬੰਦਾ 41 ਕਿਸਮ ਦੀਆਂ ਆਵਾਜ਼ਾਂ ਪੈਦਾ ਕਰਦਾ। ਉਹ 41 ਆਵਾਜ਼ਾਂ ਨੂੰ ਲਿਖਣ ਦੇ ਲਈ ਸਾਡੇ ਕੋਲ ਇੱਕ ਵੱਖਰਾ ਸਿੰਬਲ ਹੈ। ਜੇ ਅਸੀਂ ਸਾਹ ਲਿਖਣਾ ਹੈ ਤਾਂ ਸੱਸਾ ਹੈ, ਜੇ ਸ਼ਾਹ ਲਿਖਣਾ ਤਾਂ ਛੱਸੇ ਪੈਰ ਬਿੰਦੀ ਹੈ, ਜੇ ਅਸੀਂ ਛਤਰੀ ਲਿਖਣਾ ਤਾਂ ਛੱਛਾ ਹੈ ਜਲੇਬੀ ਵਾਲਾ, ਜੇ ਸੱਤ ਲਿਖਣਾ ਤਾਂ ਸੱਸਾ ਦੂਜਾ। ਪਰ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਹੋ ਕਿ ਅਸੀਂ ਰੋਮਨ 'ਚ ਲਿਖ ਲਈਏ, ਤਾਂ ਉੱਥੇ ਅਸੀਂ ਉਸ ਤਰ੍ਹਾਂ ਨਹੀਂ ਲਿਖ ਸਕਦੇ। ਕਿਵੇਂ? ਪੰਜਾਬੀ ਦੇ ਵਿੱਚ ਸ਼ਬਦ ਹੈਗਾ ਢੋਲ, ਢੋਲ, ਇੱਕ ਢੱਡਾ ਇੱਕ ਲੱਲਾ, ਦੋ ਆਵਾਜ਼ਾਂ ਪੈਦਾ ਹੋਈਆਂ, ਦੋਨਾਂ ਨੂੰ ਲਿਖਣ ਦੇ ਲਈ ਅਸੀਂ ਇੱਕ ਸਿੰਬਲ ਵਰਤਿਆ, ਠੀਕ। ਲਿਖੋ ਇਹਨੂੰ ਰੋਮਨ 'ਚ DHOL, ਤਾਂ ਇਕੱਲੇ ਢੱਡੇ ਦੀ ਆਵਾਜ਼ ਪੈਦਾ ਕਰਨ ਵਾਸਤੇ ਦੋ ਅੱਖਰ ਜੋੜਨੇ ਪਏ, ਇਹ ਦੋ ਜੁੜ ਕੇ ਫਿਰ ਢੱਡੇ ਦੀ ਆਵਾਜ਼ ਪੈਦਾ ਹੋਈ, ਠੀਕ। ਇਸੇ ਤਰ੍ਹਾਂ ਜੇ ਤੁਸੀਂ ਲਿਖਣਾ ਹੋਵੇ ਸ਼ਬਦ, ਮੰਨ ਲਓ ਚਾਚਾ, CHA, ਚੱਚੇ ਦੇ ਲਈ ਦੋ ਅੱਖਰ ਇਕੱਠੇ ਕਰਨੇ ਪਏ। ਤੇ ਜੇ ਮੰਨ ਲਓ ਤੁਸੀਂ ਪਾਉਣਾ ਹੋਵੇ ਛਤਰੀ, ਫਿਰ ਤਾਂ ਕਮਾਲ ਹੀ ਹੋਜੂ, CHH। ਇੱਕ ਛੱਛਾ ਬਣਾਉਣ ਦੇ ਲਈ 3 ਅੱਖਰ ਇਕੱਠੇ ਕਰਨੇ ਪਏ। ਕਹਿਣ ਦਾ ਮਤਲਬ ਸਾਡੇ ਗਲੇ 'ਚੋਂ ਪਿਆਜ ਪੈਦਾ ਹੋਈ ਛ ਦੀ, ਗੁਰਮੁਖੀ ਦੇ ਵਿੱਚ ਤਾਂ ਇੱਕੋ ਅੱਖਰ ਨੇ ਸਾਰ ਦੇਣਾ ਉਹਨੂੰ, ਇੱਕੋ ਅੱਖਰ ਨੇ, ਪਰ ਦੂਜੀ ਸਕ੍ਰਿਪਟ ਦੇ ਵਿੱਚ ਸਾਨੂੰ ਅਲੱਗ ਅਲੱਗ ਸਿੰਬਲ ਨੂੰ ਕੰਬਾਈਨ ਕਰਕੇ ਉਹਦੀ ਆਵਾਜ਼ ਪੈਦਾ ਕਰਨੀ ਪੈਣੀ ਹੈ। ਤੇ ਉਹਦੇ ਉਚਾਰਨ ਦਾ ਵੀ ਮਸਲਾ ਕਿ ਉਹਨੂੰ ਨੌਨ ਪੰਜਾਬੀ ਬੰਦਾ ਕੀ ਉਚਾਰੇ, ਕਿਉਂਕਿ ਢੋਲ ਪਾਉਣਾ ਤਾਂ DH ਨਾਲ ਪੈ ਗਿਆ। ਮੰਨ ਲਓ ਇੱਕ ਸ਼ਬਦ ਹੈਗਾ ਧੌਲਾ, ਇੱਕ ਪਿੰਡ ਦਾ ਨਾਮ ਹੀ ਆ, ਇਹ ਵੀ ਐਂ ਪਊਗਾ DHAULLA, ਤਾਂ ਹੁਣ ਕਿਹਨੂੰ ਢੋਲਾ ਬੋਲੋਗੇ ਜਾਂ ਧੌਲਾ ਬੋਲੋਗੇ? ਨੌਨ ਪੰਜਾਬੀ ਦੇ ਲਈ ਦਿੱਕਤ ਹੈ, ਪਰ ਜੇ ਉਹਨੇ ਸਾਡੀ ਸਕ੍ਰਿਪਟ ਸਿੱਖੀ, ਉਹਨੂੰ ਪਤਾ ਹੈ ਕਿ ਧ ਤੇ ਧ ਦੇ ਲਈ ਸਿੰਬਲ ਵੀ ਵੱਖਰਾ, ਤਾਂ ਇਹ ਸਮੱਸਿਆ ਨੂੰ
ਜਦੋਂ ਇਦਾਂ ਦੀ ਸਮੱਸਿਆ ਆਉਂਦੀ ਹੈ ਨਾ, ਤਾਂ ਹੀ ਕਿਹਾ ਜਾਂਦਾ ਕਿ ਕੋਈ ਨਾ ਕੋਈ ਸਕ੍ਰਿਪਟ ਅਜਿਹੀ ਹੁੰਦੀ ਆ ਜਿਹੜੀ ਉਸ ਲੈਂਗੁਏਜ ਦੀ ਹਰ ਟੋਨ ਨੂੰ ਸਹੀ ਤਰੀਕੇ ਨਾਲ ਲਿਖ ਸਕਦੀ। ਤੇ ਸਾਡੀ ਗੁਰਮੁਖੀ ਲਿਪੀ ਦੇ ਵਿੱਚ ਇਹ ਸ਼ਕਤੀ ਹੈਗੀ ਆ ਕਿ ਸਾਡੀ ਹਰ ਇੱਕ ਆਵਾਜ਼ ਨੂੰ ਲਿਖਣ ਦੇ ਲਈ ਇੱਕੋ ਹੀ ਸਿੰਬਲ ਸਾਰ ਦਿੰਦਾ ਕੰਮ। ਦੂਜੀ ਸਕ੍ਰਿਪਟ ਦੇ ਸਾਨੂੰ ਅਲੱਗ ਅਲੱਗ ਸਿੰਬਲ ਨੂੰ ਕੰਬਾਈਨ ਕਰਨਾ ਪੈਂਦਾ, ਸਾਨੂੰ ਇੱਥੇ ਕੰਬਾਈਨ ਕਰਨ ਦੀ ਲੋੜ ਨਹੀਂ ਪੈਂਦੀ, ਸੂਟੇਬਲ ਇਸ ਕਰਕੇ ਬੋਲਿਆ ਜਾਂਦਾ। ਇਸੇ ਤਰ੍ਹਾਂ ਮੰਨ ਲਓ ਸ਼ਬਦ ਲਿਖਤਾ ਮੈਂ ਭਰਾ, ਕਿਵੇਂ ਲਿਖੋਗੇ ਇਹਨੂੰ? ਬੀ ਐਚ ਆਰ ਏ, ਤਾਂ ਬੀ ਐਚ ਇਕੱਠਾ ਕਰਨਾ ਪੈ ਗਿਆ, ਠੀਕ ਹੈ। ਜੇ ਅਸੀਂ ਸਾਡੇ ਆਵਾਜ਼ ਪੈਦਾ ਹੋਈ ਹੈ ਗਲੇ ਚੋਂ ਕ, ਹੁਣ ਇਹਨੂੰ ਰੋਮਨ ਚ ਤੁਸੀਂ ਲਿਖਣੀ ਹੈ ਕ ਦੀ ਆਵਾਜ਼, ਤਾਂ ਉੱਥੇ ਪਈ ਸੀ ਵੀ ਹੈ ਤੇ ਕੇ ਵੀ ਹੈ, ਦੋਨਾਂ ਦੀ ਆਵਾਜ਼ ਤਾਂ ਕ ਹੈ। ਉਹ ਕ ਨੂੰ ਲਿਖਣ ਦੇ ਲਈ ਦੋ ਸਿੰਬਲ ਵਰਤਦੇ ਪਏ ਨੇ, ਸਾਡੇ ਕੋਲ ਡਬਲ ਨਹੀਂ ਹੈ, ਸਾਡੇ ਕੋਲ ਇੱਕੋ ਹੀ ਹੈ। ਹੁਣ ਜਦੋਂ ਕੈਟ ਲਿਖਣਗੇ ਤਾਂ ਸੀ ਏ ਟੀ, ਜੇ ਕਾਈਟ ਲਿਖਣਾ ਤਾਂ ਕੇ ਆਈ ਟੀ ਹੈ, ਇਹਦਾ ਵੀ ਆਵਾਜ਼ ਕ ਦੀ ਤੇ ਇਹਦੀ ਵੀ ਆਵਾਜ਼ ਕ ਦੀ। ਇਸ ਕਰਕੇ ਜਿਹੜਾ ਉਹਨਾਂ ਦਾ ਸੀ ਐਚ ਹੈ ਉਹ ਕਦੇ ਤਾਂ ਚ ਆਵਾਜ਼ ਪੈਦਾ ਕਰਦਾ ਤੇ ਕਦੇ ਸੀ ਐਚ ਕ, ਜੇ ਚੇਅਰ ਬੋਲੋਗੇ ਤਾਂ ਚ ਦੀ, ਜੇ ਕੈਮਿਸਟਰੀ ਬੋਲੋਗੇ ਤਾਂ ਉਹ ਕ ਦੀ ਆਵਾਜ਼ ਹੈ। ਇਹ ਦਿੱਕਤ ਹੁੰਦੀ ਹੈ ਦੂਸਰੀ ਸਕ੍ਰਿਪਟ ਦੇ ਵਿੱਚ ਲਿਖਣ ਦੀ। ਇਸੇ ਕਰਕੇ ਗੁਰਮੁਖੀ ਦੇ ਵਿੱਚ ਜਿੰਨੇ ਵੀ ਅੱਖਰ ਨੇ ਉਹ ਹਰ ਆਵਾਜ਼ ਨੂੰ ਲਿਖਣ ਦੇ ਲਈ ਵਰਤੇ ਜਾਂਦੇ। ਹੁਣ ਡਾੜਾ ਸਾਊਂਡ ਹੈ, ਸਭ ਤੋਂ ਵੱਡੀ ਮੁਸ਼ਕਲ ਆਉਂਦੀ ਹੈ ਜਿਹੜਾ ਡਾੜਾ ਹੈਗਾ ਉਹਨੂੰ ਕਿਵੇਂ ਲਿਖੀਏ। ਉਹਨੂੰ ਦੋ ਤਰੀਕੇ ਵਰਤ ਲੈਂਦੇ ਬੰਦੇ, ਕੋਈ ਆਰ ਐਚ ਵਰਤ ਲੈਂਦਾ, ਕੋਈ ਡੀ ਐਚ ਵਰਤ ਲੈਂਦਾ। ਨਹੀਂ ਕਲੀਅਰ ਹੁੰਦੀ ਆਵਾਜ਼, ਕਿਉਂਕਿ ਹਰ ਬੰਦਾ ਉਹਨੂੰ ਵੱਖਰੇ ਤਰੀਕੇ ਨਾਲ ਪੜੂਗਾ। ਇਸੇ ਤਰ੍ਹਾਂ ਹੁਣ ਜੇ, ਹਾਂ ਇੱਕ ਗੱਲ ਹੋਰ, ਜੇ ਸਾਡੇ ਕੋਲੇ ਡਾੜੇ ਦੀ ਆਵਾਜ਼ ਹੈਗੀ ਆ ਨਾ, ਤਾਂ ਸਾਡੇ ਕੋਲੇ ਚਿੰਨ ਵੀ ਹੈਗਾ। ਹੁਣ ਜੇ ਦੂਜਿਆਂ ਕੋਲੇ ਕਿਸੇ ਕੋਲੇ ਡਾੜੇ ਦੀ ਆਵਾਜ਼ ਹੀ ਨਹੀਂ, ਚਿੰਨ ਕਿੱਥੋਂ ਹੋਊਗਾ? ਡਾੜਾ ਇਕਲੌਤਾ ਸਿੰਬਲ ਹੈ ਪੂਰੀਆਂ ਨੌਰਥ ਜ਼ੋਨ ਦੀਆਂ ਭਾਸ਼ਾਵਾਂ ਦੇ ਵਿੱਚੋਂ ਜਿਹੜਾ ਸਿਰਫ ਪੰਜਾਬੀ 'ਚ, ਇਹਦੀ ਆਵਾਜ਼ ਹੋਰ ਸਭ ਤੋਂ ਖਤਮ ਹੋ ਗਈ ਹੈ, ਨਾ ਹਿੰਦੀ 'ਚ, ਨਾ ਕਿਸੇ ਹੋਰ 'ਚ, ਨਾ ਭੋਜਪੁਰੀ 'ਚ, ਨਾ ਬੰਗਾਲੀ 'ਚ, ਕਿਸੇ ਵੀ ਨਹੀਂ। ਡਾੜਾ, ਅਤੇ ਡਾੜਾ ਸਿਖਾਉਣਾ ਸਭ ਤੋਂ ਔਖਾ ਕੰਮ ਹੈ, ਕਿਉਂਕਿ ਮੇਰਾ ਵਾਹ ਰਿਹਾ ਜਿਹੜੇ ਸਾਊਥ ਤੋਂ ਵਿਦਿਆਰਥੀ ਆਉਂਦੇ ਆ ਯੂਨੀਵਰਸਿਟੀ 'ਚ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਕਰਨ, ਉਹਨਾਂ ਨੂੰ ਇੱਕ ਵਾਰੀ ਪੰਜਾਬੀ ਸਿਖਾਉਣੀ ਸਿਖਾਉਣੀ ਆ ਸਾਲ ਭਰ ਦੇ ਲਈ, ਤਾਂ ਕਿ ਉਹ ਬੋਲਣਾ ਸਿੱਖ ਜਾਣ। ਹੁਣ ਉਹਨਾਂ ਨੂੰ ਜਦੋਂ ਸਿਖਾਈਦਾ, ਉਹਨਾਂ ਕੋਲ ਬੜੀਆਂ ਟੋਨ ਜਿਹੜੀਆਂ ਹੈ ਹੀ ਨਹੀਂ, ਬਹੁਤ ਸਾਰੇ ਤਾਂ ਅਜਿਹੇ ਨੇ ਜਿਹਨਾਂ ਕੋਲੇ ਟ ਦੀ ਸਾਊਂਡ ਹੀ ਹੈ ਨਹੀਂ, ਜਿਹਨਾਂ ਦੀ ਲਿਪੀ 'ਚ ਉਹ ਤ ਬੋਲਦੇ ਆ। ਰਸ਼ੀਅਨ ਤੁਸੀਂ ਸੁਣਿਓ ਬੰਦਿਆਂ ਨੂੰ, ਉਹ ਸਟਾਲਿਨ ਨਹੀਂ ਬੋਲਦੇ, ਸਤਾਲਿਨ ਬੋਲਦੇ ਆ। ਉਹ ਸਟੱਡੀ ਨਹੀਂ ਬੋਲਦੇ, ਸਤੱਦੀ ਬੋਲਦੇ, ਸਤੱਡੀ। ਜੇ ਤੁਹਾਡਾ ਇੱਥੇ ਵੀ ਵਾਹ ਪਵੇ ਨਾ ਕਿਸੇ ਥੋਪੀਅਨ ਨਾਲ, ਉਹਨੂੰ ਪੁੱਛੇਗਾ ਸਟੱਡੀ ਬੋਲੋ, ਉਹ ਸਤੱਦੀ, ਕਿਉਂਕਿ ਟ ਸਾਊਂਡ ਹੀ ਹੈ ਨਹੀਂ ਉਹਨਾਂ ਕੋਲ। ਹੁਣ ਜਦੋਂ ਸਾਊਂਡ ਹੀ ਨਹੀਂ ਤੇ ਤੁਹਾਡੀਆਂ ਸਾਊਂਡਸ ਕਿਵੇਂ ਬੋਲ ਸਕਦੇ ਨੇ? ਇਸੇ ਤਰ੍ਹਾਂ ਜਿਹੜਾ ਸਾਡਾ ਨਾਮ ਪਿਆ ਨਾ ਹਿੰਦੁਸਤਾਨ ਦਾ, ਹਿੰਦੁਸਤਾਨ ਜਾਂ ਹਿੰਦੂ, ਇਹ ਵੀ ਟੋਨ ਦੀ ਚੇਂਜ ਹੈ। ਅਸਲ ਦੇ ਵਿੱਚ ਸ਼ਬਦ ਹੈਗਾ ਗਾ ਸਿੰਧ, ਸਿੰਧ ਘਾਟੀ ਦੀ ਸਭਿਅਤਾ ਜਾਂ ਸਿੰਧ,
ਸਿੰਧ ਇੱਕ ਦਰਿਆ, ਸਿੰਧ ਦਰਿਆ ਦੇ ਆਸੇ ਪਾਸੇ ਰਹਿਣ ਵਾਲੇ ਬੰਦੇ ਨੂੰ ਬੋਲਦੇ ਨੇ ਸਿੰਧੂ, ਸਿੰਧੂ ਬੋਲਦੇ ਆ। ਦਰਾਵੜ ਦਾ ਟਾਈਮ ਹੈ ਜਦੋਂ ਆਰੀਅਨ ਆਉਂਦੇ ਆ, ਮਿਡੀਵਲ ਜਿਹੜਾ ਏਸ਼ੀਆ ਹੈਗਾ ਉੱਥੋਂ, ਮੱਧ ਏਸ਼ੀਆ ਤੋਂ। ਤਾਂ ਮਸਲਾ ਕੀ ਹੈ ਕਿ ਉਹਨਾਂ ਕੋਲ ਸ ਦੀ ਆਵਾਜ਼ ਹੀ ਨਹੀਂ ਹੈਗੀ, ਉਹ ਸ ਨੂੰ ਹ ਬੋਲਦੇ ਆ। ਉਹਨਾਂ ਨੇ ਸਿੰਧ ਨੂੰ ਬੋਲਦੇ ਬੋਲਦੇ ਹਿੰਦ ਬਣਾ ਲਿਆ, ਤੇ ਇੱਥੇ ਰਹਿਣ ਵਾਲੇ ਬੰਦੇ ਨੂੰ ਹਿੰਦੂ ਬਣਾ ਲਿਆ, ਤੇ ਹਿੰਦੂ ਤੋਂ ਬਣ ਗਿਆ ਜੀ ਹਿੰਦੁਸਤਾਨ। ਤਾਂ ਟੋਨ ਦੀ ਜਿਹੜੀ ਚੇਂਜ ਹੈ ਨਾ, ਸਭ ਤੋਂ ਵੱਡੀ ਉਦਾਹਰਣ ਇਹ ਹੈ। ਇਹ ਹਿੰਦ ਐਵੇਂ ਨਹੀਂ ਬਣਿਆ, ਇਹ ਹਿੰਦ ਟੋਨ ਦੀ ਚੇਂਜ ਕਰਕੇ ਬਣਿਆ। ਜੇ ਉਹ ਨਾ ਆਉਂਦੇ ਤਾਂ ਸਿੰਧੂ ਹੁੰਦਾ, ਸਿੰਧ ਹੁੰਦਾ, ਸਿੰਧੋਸਤਾਨ ਹੁੰਦਾ, ਹਿੰਦੁਸਤਾਨ ਨਹੀਂ ਸੋਣਾ। ਹੈ ਆਰੀਅਨ ਦੀ, ਆਰੀਅਨ ਕੋਲ ਸਾਊਂਡ ਨਹੀਂ ਸੀ ਸ ਦੀ, ਹ ਦੀ ਸਾਊਂਡ ਸੀਗੀ। ਤਾਂ ਇਉਂ ਸਾਰੀ ਦੁਨੀਆਂ ਦੇ ਵਿੱਚ ਜਿੰਨੀਆਂ ਵੀ ਭਾਸ਼ਾਵਾਂ ਨੇ ਨਾ, ਜ਼ਰੂਰੀ ਨਹੀਂ ਕਿ ਜਿੰਨੀਆਂ ਆਵਾਜ਼ਾਂ, ਜਿੰਨੀਆਂ ਟੋਨ ਅਸੀਂ ਪੈਦਾ ਕਰ ਸਕਦੇ ਹਾਂ, ਦੂਜੇ ਵੀ ਪੈਦਾ ਕਰ ਸਕਦੇ ਹੋਣ, ਜਾਂ ਦੂਜੇ ਜਿਹੜੀਆਂ ਟੋਨਸ ਪੈਦਾ ਕਰ ਸਕਦੇ ਨੇ ਉਹ ਅਸੀਂ ਵੀ ਪੈਦਾ ਕਰ ਸਕਦੇ ਹੋ। ਹਿੰਦੀ ਦੇ ਵਿੱਚ ਜਿਹੜੀਆਂ ਆਹ ਧੁਨੀਆਂ ਨੇ, ਘੱਗਾ, ਝੱਜਾ, ਢੱਡਾ, ਇਹਨਾਂ ਦੀ ਉਚਾਰਨ ਵੱਖਰ ਹੈ, ਪੰਜਾਬੀ 'ਚ ਵੱਖਰ ਆ, ਠੀਕ ਆ। ਅਸੀਂ ਤਾਂ ਬੋਲਦੇ ਇਹਨੂੰ ਘਰ, ਹਿੰਦੀ ਵਾਲੇ ਕੀ ਬੋਲਦੇ ਆ, ਤੁਸੀਂ ਬੋਲ ਸਕਦੇ ਹੋਵੋਗੇ ਘਰ, ਹੈ ਨਾ, ਮਤਲਬ ਗਲਾ ਭਰ ਕੇ ਬੋਲਦੇ ਆ। ਇਸ ਕਰਕੇ ਜਦੋਂ ਟੋਨਜ ਵੱਖਰੀਆਂ ਹੁੰਦੀਆਂ ਨੇ, ਆਵਾਜ਼ਾਂ ਵੱਖਰੀਆਂ ਹੁੰਦੀਆਂ, ਤਾਂ ਉਹਨਾਂ ਨੂੰ ਲਿਖਣ ਦੇ ਲਈ ਚਿੰਨ੍ਹ ਵੀ ਨਵੇਂ ਘੜਨੇ ਪੈਂਦੇ, ਤੇ ਉਹੀ ਚਿੰਨ੍ਹ ਸਹੀ ਤਰੀਕੇ ਦੇ ਨਾਲ ਸ਼ਬਦਾਂ ਨੂੰ ਲਿਖ ਸਕਦੇ ਹੁੰਦੇ ਨੇ। ਇਹ ਮਸਲਾ ਹੁੰਦਾ ਢੁਕਵੀਂ ਲਿਪੀ, ਠੀਕ ਹੈ। ਚਲੋ ਅੱਜ ਇੱਥੇ ਆਪਾਂ ਕਰਦੇ ਹਾਂ ਸਮਾਪਤ, ਕੱਲ੍ਹ ਮਿਲਦੇ ਹਾਂ।